ਲੱਗਾ, ਇੱਕ ਪਾਸੇ ਮਿਡਵੀ ਮਿਡਵੇ ਤੇ ਦੂਸਰੇ ਪਾਸੇ ਕਮੈਂਟਰੀ। ਅਖਤਰ ਜੀ ਟੌਸ ਕਰੋ ਜੀ। ਹਾਂਜੀ ਦੇਖੋ ਕਿਹੜਾ ਪਲੜਾ ਭਾਰੀ ਟੇਲ ਉੱਤੇ ਆਈ ਆ, ਕਿਹਨਾਂ ਦੀ ਰੇਡ ਆ ਜੀ? ਅਖਤਰ ਜੀ ਰੇਡ ਮਿਡਵੇ ਦੀ। ਮੈਚ ਸ਼ੁਰੂ ਹੋਣ ਲੱਗਾ, ਮਾਰੋ ਵਿਸਲ, ਮੈਚ ਕਰਾਈ ਗਏ। ਹਾਂਜੀ ਮੇਰੇ ਵੀਰ ਜੀ ਪਿੰਦਾ ਜੀ, ਹਾਂਜੀ ਰੇਡ ਲੱਗੀ ਆ ਪੈਂਟ ਮਿਡਵੇ ਸਾਈਡ ਤੋਂ। ਸਿੰਘ ਸਰਦਾਰ ਥਾਪੀਆਂ ਮਾਰਦਾ ਕਮੈਂਟਰੀ ਦੇ ਗਰਾਊਂਡ ਵਿੱਚ ਪਹੁੰਚ ਗਿਆ। ਪਿੰਦਾ ਜੀ ਸੌਖਾ ਜੀ, ਸਭ ਦੌੜ ਗਏ, ਆਓ ਲਓ ਜੀ। ਪਹਿਲੀ ਕਬੱਡੀ ਉੱਧਰ ਸਖਰਾਜ ਸੰਧੂ ਹੱਲਾ ਸ਼ੇਰੀ ਦਿੰਦਾ, ਰੰਧਾਵੇ ਮਸੰਧਾਂ ਵਾਲੇ ਜੱਗੇ ਦਾ ਪਹਿਲਾ ਡੇਢ ਪੁਆਇੰਟ ਮਿਡਵੇ ਦੇ ਖਾਤੇ ਦੇ ਵਿੱਚ। ਇੱਧਰ ਨੀਨਾ ਲਵਪ੍ਰੀਤ ਨੀਨਾ ਡਰੋਲੀ ਭਾਈ ਕੀ ਪਿੰਡ ਚੋਬਰ, ਹੁਣੇ ਹੁਣੇ ਡਬਈ ਦੇ ਵਿੱਚ ਆਪਣੇ ਕੰਪੀਟੀਸ਼ਨ ਦੇ ਵਿੱਚ ਸਿਲੈਕਟ ਹੋ ਕੇ ਆਇਆ। ਨੀਨਾ ਡਰੋਲੀ ਭਾਈ ਕੇ ਪਿੰਡ ਵਾਲੇ ਦੀ ਕਬੱਡੀ, ਮਾਲਵੇ ਦੀ ਧਰਤੀ, ਮੂਹਰੇ ਅਰਸ਼ਦ, ਦੂਸਰੀ ਕੰਨੀ ਪਿੰਦਾ, ਅਰਸ਼ਦ ਦੇ ਨਾਲ ਮੁਕਾਬਲਾ। ਇੱਕ ਪਾਸੇ ਚੜ੍ਹਦੀ ਜਵਾਨੀ, ਦੂਸਰੇ ਪਾਸੇ ਕਬੱਡੀ ਦਾ ਤਜਰਬਾ ਨੀਨਾ ਡਰੋਲੀ ਭਾਈ ਕੀ ਵਾਲਾ। ਬਹੁਤ ਹੀ ਵਧੀਆ ਪੁਆਇੰਟ ਕਮੈਂਟਰੀ ਦੇ ਹੱਕ ਦੇ ਵਿੱਚ। ਉੱਧਰ ਜੈਲਦਾਰ ਖੜਾ ਵੇਖਦਾ ਪਈ ਆਕਮੰਦ ਪਾ ਡੋਗਰਾ ਕਬੱਡੀ, ਮੂਹਰੇ ਪਤਾ ਲੱਗਣਾ। ਇੱਕ ਕੰਨੀ ਰਿਸ਼ਪਾਲ, ਕਰਮਜੀਤ ਲਸਾੜਾ, ਕੁਲਵੰਤ ਹਰਿਆਣੇ ਵਾਲਾ ਅਤੇ ਨਾਲ ਇੱਧਰ ਕਰਮਜੀਤ ਸਿੰਘ ਸਰਦਾਰ ਦੇ ਨਾਲ ਟੱਕਰ ਹੋਈ ਆ ਅਤੇ ਪੁਆਇੰਟ ਜਿਹੜਾ ਗਿਆ ਆਕਮਦ ਡੋਗਰ ਦੇ ਹੱਕ ਦੇ ਵਿੱਚ। ਇੱਕ ਅੰਕ ਦਾ ਹੋਰ ਵਾਧਾ ਮਨਿੰਦਰ। ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੀ ਗੱਲ ਕਰੀਏ, ਗੁਰੂਆਂ ਦੀ ਗੱਲ ਕਰੀਏ, ਸਾਹਿਬਜ਼ਾਦਿਆਂ ਦੀ ਗੱਲ ਕਰੀਏ, ਉਸ ਪਵਿੱਤਰ ਧਰਤੀ ਤੋਂ ਬਿਲਕੁਲ ਨੇੜੇ ਮਨਿੰਦਰ ਸਰਾਂ ਪਿੰਡ ਪੈਂਦਾ ਹੈ ਚੋਬਰ ਦਾ। ਪੁਆਇੰਟ ਜਿਹੜਾ ਮਨਿੰਦਰ ਦੇ ਹੱਕ ਦੇ ਵਿੱਚ ਅਤੇ ਕਬੱਡੀ ਪੈਣ ਲੱਗੀ ਆ। ਸ਼ਾਹਕੋਟ ਏਰੀਆ ਦੀ ਗੱਲ ਕਰੀਏ, ਗੱਲ ਕਰੀਏ ਨਕੋਦਰ ਮਹਿਤਪੁਰ ਏਰੀਆ, ਇਹ ਆ ਬਿਲਕੁਲ ਉਸੇ ਏਰੀਏ ਦੇ ਵਿੱਚ ਪਿੰਡ ਪੈਂਦਾ ਧਰਮੀਵਾਲ, ਜਲੰਧਰ ਜ਼ਿਲ੍ਹਾ ਅਤੇ ਸੁੱਚਾ ਨਾਂ ਹੈ ਚੋਬਰ ਦਾ। ਅਤੇ ਉਹ ਵੇਖ ਲਓ ਕੀ ਬਣਦਾ, ਸੁੱਚਾ ਸੁੱਚਾ ਹੋ ਗਈ ਅਤੇ ਇੱਧਰ ਪਿਛਲ ਖੁਰੀ ਭੱਜਿਆ ਜਾਂਦਾ, ਉੱਧਰ ਤਰਨਜੀਤ ਕਹਿੰਦਾ ਮਿੱਤਰਾ ਭੱਜ ਲੈ। ਪੁਆਇੰਟ ਮਿਡਵੇ ਦੇ ਖਾਤੇ ਦੇ ਵਿੱਚ, ਸਭ ਹੀ ਹੱਲਾ ਸ਼ੇਰੀ ਦਿੰਦਾ ਵੀ ਤਖੜੇ ਹੋ ਜਾਓ। ਪਟਿਆਲੇ ਦੀ ਗੱਲ ਕਰੀਏ ਮਿੱਤਰੋ, ਇਹ ਆ ਵਿੱਕੀ ਘਨੌਰ ਪਿੰਡ ਚੋਬਰ ਦਾ, ਬੜੇ ਲੰਮੇ ਸਮੇਂ ਤੋਂ ਇਹਨਾਂ ਗਰਾਊਂਡਾਂ ਦਾ ਸ਼ਿੰਗਾਰ। ਵਿੱਕੀ ਘਨੌਰ ਜਾਨੀ ਸੁਨਿਆਰੇ ਦੇ ਨਾਲ ਟੱਕਰ, ਪਿਛਲ ਖਰੀ ਭੱਜਿਆ ਆਉਂਦਾ ਵਿੱਕੀ ਘਨੌਰ ਵਾਲਾ ਅੰਕ ਵਿੱਕੀ ਦੇ ਹੱਕ ਦੇ ਵਿੱਚ। ਵਿੱਕੀ ਮੁੜਿਆ ਇੱਦਾਂ ਦੀਆਂ ਤਾਂ ਕਈ ਵਾਰੀ ਲੱਕ ਹਟੀਆਂ, ਆ ਜਾ ਮੇਰਾ ਵੀਰ ਪੁਆਇੰਟ ਮਿਲ ਗਿਆ। ਚਲੋ ਸ਼ੇਰਿਆ ਰਾਣਿਆ ਪਾਪ ਇੱਕ ਵੱਡੀ ਰਾਣਾ ਗੁਰਦਾਸਪੁਰ ਦੀ ਧਰਤੀ, ਧਾਰੋ ਵਾਲੀ ਪਿੰਡ ਗੱਭਰੂ ਦਾ, ਸੱਭਾ ਗੁਰਦਾਸਪੁਰੀ ਆ ਉਸ ਦੇ ਪਿੰਡ ਤੋਂ ਗੱਭਰੂ, ਬੜਾ ਤਕੜਾ ਖੇਡਿਆ ਅੱਜ ਇਹ ਖੇਡ ਮੇਲਾ। ਲੈਸਟ ਦੀ ਟੂਰਨਾਮੈਂਟ ਕਮੇਟੀ ਵੱਲੋਂ ਬੜਾ ਵਧੀਆ ਉਪਰਾਲਾ ਕੀਤਾ, ਰਿਸ਼ਪਾਲ ਸਲੇਮਪੁਰ ਤਲਵੰਡੀ ਅਤੇ ਆ ਜਾਂਦਾ ਭੱਜਿਆ। ਇਹ ਆ ਗੱਚੋੜੀ ਛਾਤੀ, ਗੁੰਦਿਆ ਪਿਆ ਸਰੀਰ ਚੋਬਰ ਦਾ, ਇਹ ਆ ਰਾਣਾ। ਇੱਧਰ ਆਹ ਵੇਖ ਲਓ, ਛੋਟੀ ਜਿਹੀ ਉਮਰ ਅਤੇ 65 ਕਿਲੋ ਭਾਰ ਚੋਬਰ ਦਾ, ਜੀਵਨ ਮਾਨੂਕੇ ਗਿੱਲ ਦੇ ਨਾਂ ਨਾਲ ਕਬੱਡੀ ਖੇਤਰ ਵਿੱਚ ਮਸ਼ਹੂਰ ਹੋਇਆ ਚੋਬਰ। ਅਤੇ ਹਲਕਾ ਜਿਹਾ ਅਰਸ਼ਦ ਨੂੰ ਟੱਚ, ਅਰਸ਼ਦ ਆ ਜਾਂਦਾ ਜੀਵਨ ਮਾਨੂਕੇ ਗਿੱਲ ਵਾਲਾ। ਬਹੁਤ ਹੀ ਵਧੀਆ, ਪਿਛਲੇ ਖੇਡ ਮੇਲਿਆਂ ਦੇ ਵਿੱਚ ਮੇਲੇ ਲੁੱਟੇ ਆ ਜੀਵਨ ਨੇ ਮਾਨੂਕੇ ਗਿੱਲ ਵਾਲੇ ਨੇ। ਦਰਸ਼ਕਾਂ ਨੇ ਤਾੜੀਆਂ ਦੇ ਨਾਲ ਹੱਲਾ ਸ਼ੇਰੀ ਦਿੱਤੀ ਆ। ਅਤੇ ਇੱਧਰ ਜੱਗਾ ਰੰਧਾਵਾ ਮਸੰਧਾਂ, ਪਿੱਛੇ ਜੈਲਦਾਰ ਖੜਾ ਭਾਈ ਪਿੰਦਰਾ, ਇਹ ਸਿੰਘ ਸਰਦਾਰ ਬੜਾ ਤਕੜਾ ਖੇਡਿਆ ਪਿਛਲੇ ਖੇਡ ਮੇਲਿਆਂ ਦੇ ਵਿੱਚ। ਇੱਧਰ ਜੰਡ ਵਾਲੇ ਗੱਭਰੂ ਦੇ ਨਾਲ ਮੁਕਾਬਲਾ ਹੋ ਗਿਆ, ਹੁਣ ਵੇਖਣਾ ਇੱਧਰ ਇੱਧਰ ਜੱਗਾ, ਇੱਧਰ ਬਿਲਕੁਲ ਹੰਦਿਆਂ ਦੇ ਨੇੜੇ ਕਬੱਡੀ ਦਾ ਤਜਰਬਾ। ਬਹੁਤ ਹੀ ਵਧੀਆ ਪੁਆਇੰਟ, ਇੱਕ ਅੰਕ ਦਾ ਹੋਰ ਵਾਧਾ ਇਸ ਮਿਡਵੇ ਦੇ ਹੱਕ ਦੇ ਵਿੱਚ। ਇੱਧਰ ਕੇਬਲੇ ਪਾਸੇ ਵਾਲਾ, ਉੱਧਰ ਨੀਨਾ ਲਵਪ੍ਰੀਤ ਨੀਨਾ, ਪੋਲੇ ਪੋਲੇ ਪੱਬ ਧਰਦਾ, ਚੜ੍ਹਦੀ ਜਵਾਨੀ ਜਾ ਪਹੁੰਚਿਆ ਚੌਹਾਂ ਜਾਫੀਆਂ ਦੇ ਕੋਲ। ਇੱਕ ਕੰਨੀ ਪਿੰਦਾ ਢੰਡੀਆਂ ਵਾਲੇ ਪਿੰਦੇ ਦੇ ਨਾਂ ਨਾਲ ਮਸ਼ਹੂਰ, ਨਾਲ ਹੈਪੀ ਬਿਜਲੀ ਕਾਰੀ ਸਾਰੀ ਵਾਲਾ ਜਾਨੀ ਸੁਨਿਆਰਾ, ਨਹੀਂ ਉਹ ਲੱਭਣੇ ਲਾਲ ਗਵਾਚੇ ਤਾਂ ਮਿੱਟੀ ਨਾ ਫਰੋਲ ਜੋਗੀਆ ਵਾਲੀ ਗੱਲ ਹੋਈ ਆ। ਪੁਆਇੰਟ ਕਮੈਂਟਰੀ ਦੇ ਹੱਕ ਦੇ ਵਿੱਚ ਗਿਆ। ਚਲੋ ਪਾ ਡੋਗਰਾ ਕਬੱਡੀ, ਮੂਹਰੇ ਡੀਕਦਾ ਸ਼ੇਰਾ ਤੈਨੂੰ, ਉੱਧਰ ਕੁਲਵੰਤ ਹਰਿਆਣੇ ਵਾਲਾ, ਬਈ ਕੁਲਵੰਤ ਪਤਾ ਲੱਗਣਾ ਕਿਹੜੇ ਹੱਥਰੇ ਕੰਮ ਕੀਤੇ ਪੰਜਾਬ ਦੀ ਧਰਤੀ 'ਤੇ। ਇੰਗਲੈਂਡ ਦੀ ਕਬੱਡੀ, ਇੰਗਲੈਂਡ ਦੇ ਵਿੱਚ ਮਿੱਤਰਾ ਜੱਫਾ ਲਾਉਣਾ ਤਾਂ ਪੁਆਇੰਟ ਮਿਲਣਾ। ਅਖਤਰ ਨੇ ਪੁਆਇੰਟ
जफा लगे तो देना उधर छपाल करमजीत लसाड़ा ते मित्रों कले न कला फड़ना इधर अख्तर का फैसला पॉइंट जेड़ा डोगर दे हक दे विच उधर मालविंदर मखन शांकरिया अपने समय का सुपरस्टार जाफी उधर शिंदा टप्पाई वाला खड़ा इधर दुनिया पहुंची जांदी है पहुंची जांदी हम आके सिंह फस गए खुंडिया दे मित्रा बह जा गोडी ला के वाली गल हो पई आ मनिंदर सराह वाला लाला मारदा मित्रा कहिंदा आ धरती श्री आनंदपुर साहब दी आ बिल्कुल सराह नेड़े पिंड उस पवित्र धरती दे उधर इंग्लैंड कबड्डी फेडरेशन के चेयरमैन साहब जी सतनाम सिंह जी गिल उधर इंद्रजीत इंद्र के नाँ ना मशहूर उधर साहब भी खड़ा वेखदा लित्रा वाला ते इधर सुचे धर्मी बाल वाले की कबड्डी रिशपाल हुण पता लगना मित्रा किहड़े अथरे काम करके आ यूरप की धरती इंग्लैंड की धरती इको एरिया ते पॉइंट जिहड़ा सुचे धर्मी बाल वाले के हक के विच पॉइंट जिहड़ा सुचे के हक के विच गया लिंक जिहड़ा उहदा पॉइंट जिहड़ा अख्त का तकनीकी पॉइंट जिहड़ा सुचे के हक के विच बिकी घनौर वाले की कबड्डी उधर सुच ओ वेख लो पिंदा सिंह सरदार ढंडरिया वाले के ना ना मशहूर ते ओ बैठा सानवों वाली जफ्फियां पा के एक अंक का वाधा होर होया मिडवे के हक के विच उधर सखराज हुणी तरनजीत हुणी पिछे सारे मिडवे वाले भी बैठे है ते कबड्डी इधर राणे गुरदासपुरी की फिर कबड्डी पई आ पोले पोले पब धरदा हुण वेखणा रिशपाल दे नाल मुकाबला हो गया उधर राणा आ जांदा भज्जिया आ जांदा भज्जिया आ जांदा भज्जिया पॉइंट लेके मिडवे दे खाते विच बहुत ही वधिया चलो जीवन आपा कबड्डी मित्रा दर्शक ताणियां मारन बैठे है पर जीवन ने टंगिया कछा ते हैप्पी हुण लाला मित्रा करंट जिहड़े लगदे आ ते नाल सिंह आ चलिया जीवन तैनू दस्सिया सी कर ला मीटर चेक पॉइंट जीवन माणू के गिल दे हक दे विच बहुत ही वधिया चलो जगिया आपा कबड्डी शेरा जगा रंधावा मसंदा उधर इंग्लैंड कबड्डी फेडरेशन वालों जिहड़ियां कमेटियां बनाईआं आ किसी ने चकनाई कोई चीज़ चेक करनी आ किसी ने कोई भी जड़ी आ बल्ले ये आ जगा रंधावा मसंधा वाला बहुत ही वधिया पॉइंट एक अंक का होर वाधा इंग्लैंड कबड्डी फेडरेशन वालों जे सारे जिदा कमेटियां बनाइया ड्यूटियां लगियां ऑफिशलों दियाँ अपन अपन ड्यूटियां निभा रहे हैं सारिया का टूरनामेंट कमेटी लिस्ट वालों बहुत बहुत धन्यवाद उधर लड्डू वेखदा भाई जानी सुनियारा हो गया मूहरे उधर नीना चढ़ती जवानी उधर जानी सुनियारा आ जाता भज्जा नीना डरोली भाई की वाला पॉइंट जरा नीने के हक के बहुत ही वधिया चलो डोगरा शेरा पता लगना मोहरे जीवना माहौल नहीं खरा मित्रा मोहरे चार जाफी खड़े है एक कन्नी सतनाम जंड वाला दूसरी कन्नी कुलवंत हरियाणे वाला उधर करमजीत लसाड़ा मारवे की धरती रिशपाल सलेमपुर तलवंडी वाला तो उधर हुण वेखना भाई सिटी फैसला जिहड़ा दिंदी आ बिसल वो बै फैसला जिहड़ा मिडवे के खाते विच गया डोगर के खाते विच चलो मनिंदरा शेरा गज चौड़ी छाती आ गभरू की मदरा जा कादिया उधर कबड्डी ओ आर जी कबड्डी UK.com ते ओ उधर अमन हुणी सत्ती हुणी भी बैठे नाल दी नाल हिसाब किताब सारा करी जांदे आ इंटरनेट पर जरा सारा उन्होंने लाना तो इधर कबड्डी सुचे की पैन लगी है सुचे की कबड्डी अगला मैच सिंह सभा स्लो पंजाब यूनाइटेड बुलवाहंट दोनों टीम हाफ टाइम के ग्राउंड में पहुँच जाए इधर प्यारा सिंह रंधावा कुलवंत सिंह संघा साडा वीर बांसिया वाला हरविंदर भलवान लड्डू तो आ जाता भज्जिया सुचा धर्मी बल वाला बहुत ही वधिया पॉइंट चलो भी की शेरा पा कबड्डी दानी सूर में मर्द दलेर दियाँ गल्लां सत्थां च हुंदियां रहिंदियां ने खून खौलदा उदों है कि उत्ते जदों गैरां दियां मंजियां डेंदियां ने कबड्डी बिकी घनौर दी आ मित्रा मूहरे चारे जाफी उधर बिकी हुण वेखणा भई किहड़ा रोकदा इस भरे मेले दे विच उधर लाला मारदा आउंदा बहादुर जल शेर गिल दा फैसला जिहड़ा बिकी घनौर दे हक दे विच मिनी बॉर्डर ब्रेक जिहड़ी हो गई आ यूके कबड्डी लीग 2014 UKKL 2014 ते अज मैदान दे विच बड़ी खुशी हुई है कबड्डी प्रेमियों दे विच सब तो छोटा कबड्डी का फैन साढ़े कोल मौजूद है
हाँ जी भाई साहब जी, तुहाडा नाम की है? बलराज। बलराज सिंह, तुसी इत्थे अज की करन आए हो? कबड्डी देखन। अच्छा जी, कबड्डी देखन वास्ते आया। कबड्डी पसंद करदा? हाँ जी। कबड्डी घरे खेडदा हुंदा? हाँ जी। वड्डा होके कबड्डी खेडेगा? हाँ जी। कबड्डी नाम ते जकारा ला दिए? हाँ जी। बोले कबड्डी दा। ओके बाजी, तुहाडा बहुत बहुत थैंक यू जी, हाथ मिला दियो। ओके बाय बाय। पावे राणिया कबड्डी शेरा मूरे चार जाफी सतनाम जंड वाला नाल करमजीत लसाड़ा ते दूसरी कनी इधर कलवंत ते डबल टच, डबल टच उधर पिछे इंदर हुणी इंदरजीत हुणी खड़े दस दया भई जफा कले ने लाउणा ते तां अख्तर ने मित्रों पॉइंट देना। उधर भिंदी पधाणा अपने समय का तकड़ता भी चोटी का सुपर स्टार प्लेयर वह भी अज खालसा बन के खड़ा मेला वेखदा है। तो जी आया नू जीवन माणू के गिल वाले की कबड्डी भाई जीवना मित्रा अज पता लगना ਕਿਵੇਂ ਕੰਨਾਂ ਟੱਪੀ ਦੀਆਂ ਮਿੱਤਰਾਂ ਬਿਲਕੁਲ ਬਾਰਡਰ ਤੇ ਖੜਾ ਤੇ ਹੁਣ ਵੇਖਣਾ ਭਈ ਆ ਜਾਂਦਾ ਜੀਵਨ ਸੁਨਿਆਰਿਆ ਆ ਵੱਜ ਗਈਆਂ ਤਾੜੀਆਂ ਸਾਬੀ ਕਹਿੰਦਾ ਇੱਧਰ ਨੂੰ ਜਾਣਾ ਗਿਆ ਵੀ ਉੱਧਰ ਨੂੰ ਹੀ ਹੈ। ਬਹੁਤ ਹੀ ਵਧੀਆ, ਬਹੁਤ ਹੀ ਵਧੀਆ ਖਿਡਾਰੀ ਸਾਹੂ ਜਿਹਾ ਸੁਭਾਅ ਹੈ ਚੋਬਰ ਦਾ ਇੱਧਰ ਗੁਰਵੰਤ ਮੱਲੀ ਵੱਲੋਂ ਜੀਵਨ ਨੂੰ ਉੱਧਰ ਆਪਣੇ ਸ਼ਿੰਦੀ ਸ਼ੁਭ ਮੰਤਰ ਤੇ ਨਾਲ ਸਾਡਾ ਪਿੰਦਰ ਤੇ ਕਬੱਡੀ जगे सिंह सरदार दी सतनाम गिल हलाशेरी देंदे जीवना पा कबड्डियां तकड़ा होके पॉइंट जिहड़ा आखत दा फैसला मिडवे दे खाते विच। चलो नीनिया शेरा पता लगे भई इंग्लैंड दीआं ग्राउंडां विच कबड्डी पै गई आ मित्रा तेरी दुनिया दे विच नजरां टिकियां भई किहड़ा गभरू किन्नियां रेडां पाउंदा किन्ने जफ्फे लगदे आ नाल दी नाल मित्रा शाम नूं हिसाब किताब हो जाणा। नीने दी कबड्डी, नीने दी कबड्डी उधर बिसल सुन के मित्रा पॉइंट नीने डरोली भाई की वाले के हक के एक अंक का होर वाधा कमेंट्री के हक के। चलो पा डोगरा कबड्डी, डोगर की कबड्डी उधर मखण शंकरिया इधर साढ़े सिंह सरदार उधर साढ़े इधर डोगर की कबड्डी डोगर मूरे चारे जाफी हुण वेखना भाई डबल टच नहीं मित्रा करना फड़ना तो कले ने तां पॉइंट अख्तर ने देना। अख्तर भी बड़ा तकड़ा खेडिया इन्हों ग्राउंडा का शिंगार इंग्लैंड दिया ग्राउंडा का तो उधर कबड्डी मनिंदर सराह वाले की उधर पिछे सामने शीरा बैठा मेहड़ू वाला दसदा भजी भाई आ जाता मनिंदर भजया पॉइंट लैके बहुत ही वधिया। चलो सुचा पा कबड्डी शेरा सुचा सुरमा किसे नहीं बन जाना घर घर पुत जम दे कबड्डी बहुत ही वधिया सतनाम गिल का इधर सुचा धर्मी वाल पुठियां सीधियां सतनाम इधर गिल उधर सतनाम जंड वाला इधर फिर कबड्डी चलो बिकी हो तकड़ा शेरा इधर केवल पासरे वाला कहिंदा मित्रा कहिंदा जफ्फे लाए है दस के लाए है कोई नेरा नहीं कोई चोरी नहीं ऐन शरेआम जफ्फे ला ला दस्या भई केवल पासरे वाले का जफ्फा लगा ते मित्रों हक दे जोर ना जफ्फे लगते हैं। इधर बिकी घनौर वाला पटियाले की धरती पॉइंट बिकी दे हक दे विच। चलो शेरा उधर केसर सिंह जी साढ़े सिंह सरदार वो भी अपनी ड्यूटी निभा रहे हैं पॉइंटा दे उधर रिशपाल सिंह शीरा वो अपनी टाइम पर ड्यूटी निभा रहे सारे जिदे जिदा इंग्लैंड कबड्डी फेडरेशन वालों ड्यूटियां लगियां रिशपाल निभा रहे हैं। इधर रिशपाल सलेमपुर तलवंडी ते मित्रा अज आ चलिया राणा तो जा फिर जफ्फा ला के ताड़ियां बजदियां रिशपाल के हक के आख लो तरलो मच्छी होया पिया पॉइंट जिहड़ा कमेंट्री दे हक दे विच। ਇੱਧਰ ਸਤਨਾਮ ਗਿੱਲ ਵੀ ਕਹਿੰਦਾ ਪਰ ਜੱਫਾ ਲੱਗਣਾ ਤਾਂ ਮਿੱਤਰਾ ਪਿੱਛੋਂ 10 ਪੌਂਡ ਆਉਣੇ ਆ। ਉੱਧਰ ਸਖਰਾਜ ਸਿੰਘ ਸੰਧੂ ਸਾਬੀ ਦੱਸਦਾ ਪਏ ਜੀਵਨ ਨੂੰ ਜੱਫਾ ਲੱਗੋ ਜਾਂ ਫਿਰ ਅਰਸ਼ਦਾ
ਵੇ ਮਿੱਤਰਾ ਸਾਮ ਹੁੰਦਾ ਤਾਂ ਸਾਮ ਲੈ ਆ ਜਾਂਦਾ ਤਿਲਕ ਦਾ ਚੋਬਰ ਜੀਵਨਾ ਤਾੜੀਆਂ ਮਾਰਨ ਲਈ ਲੋਕ ਮਜਬੂਰ ਹੋਣਗੇ। ਬਹੁਤ ਹੀ ਵਧੀਆ, ਬਹੁਤ ਹੀ ਵਧੀਆ, ਵਾਹਿਗੁਰੂ ਚੜ੍ਹਦੀ ਕਲਾ ਰੱਖੇ ਇਹਨਾਂ ਜਵਾਨਾਂ ਦੀ। ਚਲੋ ਜੱਗਿਆ ਜੱਗਾ ਰੰਧਾਵਾ ਮਸੰਦਾ, ਬਹੁਤ ਹੀ ਵਧੀਆ ਜੱਗਾ ਰੰਧਾਵਾ ਮਸੰਦਾ। ਪੋਲੇ ਪੋਲੇ ਪੱਬ ਧਰਤ ਹੈ ਬਿਲਕੁਲ ਜਲੰਧਰ ਦੇ ਨੇੜੇ। ਡੀਏਵੀ ਕਾਲਜ ਅਕੈਡਮੀ ਦਾ ਖਿਡਾਰੀ ਸਿੰਘ ਸਰਦਾਰ, ਬਹੁਤ ਹੀ ਵਧੀਆ ਸਿੰਘ ਨਾਲ ਸਿੰਘ ਦੀ ਟੱਕਰ ਤੇ ਪੁਆਇੰਟ ਜਿਹੜਾ ਕਮੈਂਟਰੀ ਦੇ ਹੱਕ ਦੇ ਵਿੱਚ, ਕਰਮਜੀਤ ਲਸਾੜੇ ਦੇ ਹੱਕ ਦੇ ਵਿੱਚ। ਚਲੋ ਨੀਨਿਆ ਹੋ ਤਖੜਾ ਸ਼ੇਰਾ ਨੀਨਾ ਡਰੋਲੀ ਭਾਈ ਕੀ ਮਾਲਵੇ ਦੀ ਧਰਤੀ ਵਰਲਡ ਕੱਪ ਦੇ ਵਿੱਚ ਖੇਡਿਆ ਇੰਡੀਆ ਦੀ ਟੀਮ ਵੱਲੋਂ ਤੇ ਹੁਣ ਵੇਖਣਾ ਉੱਧਰ ਸਾਬੀ ਵੀ ਹੱਲਾ ਸ਼ੇਰੀ ਦਿੰਦਾ ਪਿੱਛੇ ਉੱਧਰ ਡਬਲ ਟੱਚ ਦਾ ਪੁਆਇੰਟ ਨੀਨੇ ਦੇ ਹੱਕ ਦੇ ਵਿੱਚ। ਚਲੋ ਡੋਕਰਾ ਸ਼ੇਰਾ ਹੋ ਤਖੜਾ ਮੂਰੇ ਮੇਰਾ ਅਡੀਕਦਾ ਮਿੱਤਰਾ ਤੈਨੂੰ ਰਿਸ਼ਪਾਲ ਅਡੀਕਦਾ ਕੁਲਵੰਤ ਕਰਮਜੀਤ ਲਸਾਲੇ ਵਾਲਾ ਅਡੀਕਦਾ ਤੇ ਇੰਦਰਜੀਤ ਦੱਸਦਾ ਵੇ ਸਤਨਾਮ ਸਿਆ ਜੱਫਾ ਲੱਗੂ ਦਾ 10 ਪਾਉਂਡ ਆਉਣੇ ਆ। ਉੱਧਰ ਚਾਰੇ ਜਾਫੀ ਪੂਰੀ ਤਿਆਰੀ ਦੇ ਵਿੱਚ ਤੇ ਉੱਧਰ ਸਾਬੀ ਕਹਿੰਦਾ ਡੋਗਰਾ ਕਰਦੇ ਟੱਚ ਭੁੱਜਿਆ ਪਿਛਲਖੁਰੀ ਸਿੰਘ ਦੇ ਨਾਲ ਮੁਕਾਬਲਾ ਕਰਮਜੀਤ ਲਸਾਲੇ ਦੀ ਧਰਤੀ ਮਾਲਵੇ ਦੀ ਧਰਤੀ ਤੇ ਆ ਆਉਂਦਾ ਭੱਜਿਆ ਡੋਗਰ ਹੱਲਾ ਸ਼ੇਰੀ ਦਿੰਦਾ ਉੱਧਰ ਸੰਧੂ ਤੇ ਨਾਲ ਕਰਨ ਤਰਨਜੀਤ ਬੋਪਰ ਆਇਆਂ ਵਾਲਾ। ਚਲੋ ਸ਼ੇਰਾ ਕਬੱਡੀ ਫਿਰ ਮਨਿੰਦਰ ਸਰਾਂ ਵਾਲੇ ਦੀ ਪੈ ਗਈ ਆ। ਬੜੇ ਲੰਮੇ ਸਮੇਂ ਤੋਂ ਇੰਗਲੈਂਡ ਦੀਆਂ ਗਰਾਊਂਡਾਂ ਦਾ ਸ਼ਿੰਗਾਰ ਜਾਨੀ ਸੁਨਿਆਰਾ ਦੇ ਨਾਲ ਮੁਕਾਬਲਾ ਤੇ ਜਾਨੀ ਸੁਨਿਆਰਾ ਤੇ ਉਹ ਵੇਖ ਲਓ ਹੁਣ ਤਾਂ ਮੈਨੂੰ ਲੱਗਦਾ ਮੁਸ਼ਕਿਲ ਦਾ ਨਾਂ ਜਾਨੀ ਸੁਨਿਆਰਾ ਬਣੀ ਪਈ ਆ। ਤੇ ਉੱਧਰ ਹੁਣ ਵੇਖਣਾ ਭਈ ਪੂਰਾ ਜੱਫਾ ਭਰਿਆ ਪਿਆ ਬਹਾਦਰ ਦਾ ਫੈਸਲਾ ਕਿਤੇ ਲਿਫਾਸੇ ਜਾਂਦਾ। ਜੈਲਦਾਰਾ ਉੱਧਰ ਜੱਫਾ ਜਿਹੜਾ ਬੈਡਵੇ ਦੇ ਖਾਤੇ ਵਿੱਚ ਪੁਆਇੰਟ ਗਿਆ 20 ਪਾਉਂਡ ਲੱਗੇ ਆ ਜੈਲਦਾਰ ਵੱਲੋਂ ਜੱਫੇ ਦੇ ਜਿਹੜਾ ਕਮੈਂਟਰੀ ਵਾਲਾ ਜਾਫੀ ਜੱਫਾ ਲਾਓ। ਚੱਲ ਬਸ਼ੇਰਾ ਇੱਧਰ ਸੁੱਚਾ ਧਰਮੀ ਬਾਲ ਵਾਲਾ ਸੁੱਚੇ ਦੀ ਕਬੱਡੀ ਮੂਰੇ ਰਿਸ਼ਪਾਲ ਨਾਲ ਕੁਲਵੰਤ ਹਰਿਆਣੇ ਵਾਲਾ ਦੂਸਰੀ ਕੰਨੀ ਸਤਨਾਮ ਜੰਡ ਵਾਲਾ ਕਰਮਜੀਤ ਲਸਾੜੇ ਦੀ ਧਰਤੀ ਤੇ ਹੁਣ ਵੇਖਣਾ ਇੱਧਰ ਰਿਸ਼ਪਾਲ ਸਤਨਾਮ। ਚਲੋ ਸੁੱਚਿਆ ਬੱਜ ਸ਼ੇਰਾ ਹੈਕ ਦੇ ਵਿੱਚ ਹੁਣ ਪਤਾ ਲੱਗਣਾ ਭਾਈ ਸਿੰਘ ਸਰਦਾਰ ਦੇ ਨਾਲ ਮੁਕਾਬਲਾ ਹੋ ਗਿਆ। ਉੱਧਰ ਸੁੱਚਾ ਧਰਮੀਵਾਲ ਪਿੰਡ ਪੁਆਇੰਟ ਮਿੱਤਰਾ ਮਿਲ ਗਿਆ ਹੈ ਹਾਫ ਟਾਈਮ ਜਿਹੜਾ ਹੋ ਚੁੱਕਾ। ਲਵਪ੍ਰੀਤ ਨੀਨਾ ਅੱਧੇ ਸਮੇਂ ਤੋਂ ਬਾਅਦ ਕਬੱਡੀ ਪਾ ਰਿਹਾ, ਇੱਕ ਪਾਸੇ ਪਿੰਦਾ ਟੰਡਰੀਆਂ ਵਾਲਾ ਨਾਲ ਜਾਨੀ ਸੁਨਿਆਰਾ ਅਰਸ਼ਦ ਬਿਜਲੀ ਦੇਖਣਾ ਕਿਹਨੂੰ ਹੱਥ ਲਾਉਂਦਾ। ਚਾਰੇ ਜਾਫੀ ਚੀਨ ਦੀ ਕੰਧ ਮਾਂ ਖੜੇ ਆ ਔਰ ਹੱਥ ਲੱਗਾ ਲਵਪ੍ਰੀਤ ਨੀਨਾ ਤੇ ਨਾਲ ਜਾਨੀ ਸੁਨਿਆਰਾ ਦੇਖਣਾ ਵੀ ਕਿਹਦੇ ਗੁੱਟ ਤੇ ਸੋਨੇ ਦੀ ਚੈਂਡੀ ਵੱਜਦੀ ਆ। ਜਾਨੀ ਸੁਨਿਆਰਾ ਇੱਕ ਪਾਸੇ ਲਵਪ੍ਰੀਤ ਨੀਨਾ ਸਟਰਗਲ ਹੋ ਰਹੀ ਆ ਔਰ ਨੱਖਾਂ ਦਾ ਨੰਬਰ ਜੋੜਿਆ ਨੀਨੇ ਨੇ। ਇਹ ਆ ਨੀਨਾ ਲਵਪ੍ਰੀਤ ਨੀਨਾ ਜਿਹਨੇ ਲੱਖਾਂ ਦਾ ਨੰਬਰ ਕਮੈਂਟਰੀ ਦੇ ਲਈ ਜੋੜਿਆ ਮੈਚ ਬੜਾ ਫਸਮਾ ਵਿੱਚ ਦੋਹਾਂ ਟੀਮਾਂ ਲਈ। ਇਹ ਆ ਜੱਗਾ ਰੰਧਾਵੇ ਮਸੰਦਾ ਵਾਲਾ ਗਦਾਈਪੁਰ ਦੇ ਲਾਗੇ ਆ ਪਿੰਡ ਇਸ ਨੌਜਵਾਨ ਦਾ, ਕਹਿੰਦੇ ਗਦਾਈਪੁਰ ਵਾਲੇ ਟੋਚੀ ਨੇ ਬਹੁਤ ਵਧੀਆ ਕਬੱਡੀਆਂ ਪਾਈਆਂ। ਅੱਜ ਹੱਥ ਲੱਗਾ ਸਤਨਾਮ ਜੰਡ ਵਾਲੇ ਨੂੰ ਅਤੇ ਨੰਬਰ ਦਾ ਵਾਧਾ ਕੀਤਾ ਮਿਡਵੇ ਦੇ ਲਈ ਜਗਰਾਜ ਸੰਧੂ ਦੇ ਲਈ। ਸੁਖਰਾਜ ਸੰਧੂ ਜੀ ਮਿਡਵੇ ਵਾਲੇ
आनंदपुर की धरती हाथ लगा पिंडा ढंडरिया वाला हल्का जिहा टट मनजिंदर सरान है करके एक नंबर का वाधा किया अपनी टीम के लिए। यह कहते डोगर मेडवे वालों डोगर एक पासे जंड सतनाम ढेसी दर्शपाल करमजीत लसाड़ा देखना हाथ लगा रशपाल नू स्ट्रगल चलती है पर डोगर कहिंदा भज के ना जाना अज डोगरा कर दूं मैदान मैं खड़ा। ए आ बिक्की घनौर पटियाले की धरती बिक्की घनौर अर्श देखदा और पिंदे ढंडरिया वाले दे नाल स्ट्रगल हुई सी हल्का जिहा टच करके लखा दा नंबर बिक्की घनौर पटियाले दे ने कमेंट्री दे लई जोड़िया। सुचा धर्मीवाल वाला शाहकोट का एरिया नकोदर का एरिया जा पहुंचा जंड सतनाम वाले दे लागे ढेसी दे लागे रशपाल पर हाथ कई बारी कहिंदे बंदे नूं चलाकी भी मार जांदी है हल्का जिहा टच लाउण दी कोशिश कीती सी ते नंबर लैके। ए आ जीवन कहिंदे 60 किलो इस गमरू का भार आ पंजाब दे खेड मेलिया दे बड़ियां खेडां खेडियां अज डबल टच का इशारा दिता अख्तर की अख ने पछाणिया कि डबल टच आ और नंबर कमेंट्री के हिस्से जोड़ता होया सतनाम गिल दे केवल पासला मक्खन शंकरिया शिंदा शूमांतर साबी इंदरजीत सारे मेरे भीर कमेंट्री वाले पहुंचे है। मैच बड़ा फासमा हो रहा है एक एक नंबर की स्ट्रगल चलती है जग्गा रतावे मसंदा वाला हाथ लाया सतनाम जंड नू सिंह सरदार गुट्टे ते रुमाल पर नंबर एक अंक का वाधा लखां का अंक का साबी दे लई जोड़िया मेडवे दे लई जोड़िया। ए आ नीना लवप्रीत नीना मलवे की धरती जिन्हें वर्ल्ड कप से बहुत वधिया कबड्डियां पाईया अज कबड्डी खेड लैसर के लिए पिंदे ढंडरिया वाले दे नाल होई सी पकड़ पिंदा ढंडरिया वाला जिन्हों आप प्यार ना बाबा ढंडरिया वाला भी कहने नंबर लिया नीने ने। मंगे वालों भी 10 पाउंड जिन्ने मेडवे वाले जफे लाउणगे मंगे वालों 10 पाउंड उधर डोगर इस समय रेड के उत्ते डोगर आ रशपाल सलामपुर वाले दे नाल होई सी पकड़ पर सलीमपुरी रशपाल दे कोलों नंबर लिया डोगर ने। ए मनजिंदर सरां 2 साल पहले कमेंट्री वालों भी बहुत सोहनिया कबड्डियां पाईया अज फिर लैसर की धरती से सन्यारे दे नाल हो गई है टक्कर देखना एक पासे मनजिंदर दूजे पासे सन्यारा पर नंबर मनजिंदर दा लखां दा अंक जोड़िया केवल पासे वाले नूं चेता आउंदा कि किदां मैं अपने समय दे जांदे पिंदर ते इंदरजीत पिछे पिंदर सारे मेरे वीर बैठे आ जैलदार साबी तीर्थ मक्खण केवल छिंदा शू मंत्र सारी कमेंट्री कबड्डी क्लब इत्थे बैठी आ देखती कि अज टीम की करती है। रशपाल ने जफा फड़िया धर्मीवाल वाले सुचे नूं और कैची मारन दी कोशिश कीती आ देखना बड़ा फसम मुकाबला सुचा कमाला पर नंबर सुचे धर्मीवाल वाले का शेर गैल की अख ने इशारा किया कि नंबर सुचे धर्मीवाल वाले का। ए आ बिक्की घनौर पटियाले की धरती बिक्की घनौर गरलाल घनौर हाथ थलका जिहा टच किया अरशद नूं ते बिक्की घनौर ने एक होर नंबर का वाधा किया कमेंट्री दे लई बड़ा फसमा मुकाबला दोहां टीमों के विचकार हो रहा। अगला मैच स्लो अते पंजाब यूनाइटेड वुलवरहैम्पटन के विचकार होना वह भी दोनों टीम ग्राउंड के आ जाओ। ये आ जग्गा रधावे मसंदा वाला हल्का जिहा टच करन की कोशिश की आ पर नाल ही नीने दे नाल टच किया नीना पर नंबर जगे दा डीएवी कॉलेज जलंधर अकैडमी का खिडारी है जग्गा रधावे मसंदा वाला। ए आ जीवन हल्का जिहा शरीर देखना बिजली एक पासे आ एक पासे सुनहरा पिंदा नाल अरशद छोटा जिहा टच बिजली नूं करके जीवन ने एक होर अंक का वाधा किया। जीवन बहुत ही पंजाब के खेड मेलिया के बच्चे इस नौजवान ने लोगों दी तसलियां करवाइया अज लैसर की धरती से कमेंट्री वालों खेल रहा डोगर। ए पाकिस्तानी खिडारी डोगर
हाथ लाया रशपाल नू डबल टच का इशारा दिता शेरगिल बहादुर ने नंबर डोगर का जंड के नाल पकड़ हुई सी। ए मनजिंदर सरां आनंदपुर साहब की धरती गुरुआ पीरां की धरती साहबजादियां की धरती बाबे दे टंडरे वाले दे नाल होई सी टक्कर भिंदे दे नाल पर नंबर मनजिंदर सरां दा आजीवन नूं भाई कलवंत जत्थे वालों 10 पाउंड आज गैल साहब लै लो जीवन नूं कलवंत जत्था साडे वीर ने वधिया टूर्नामेंट भी पिंड अपने करवाउंदे आ जत्था उन्हां दा थैंक यू। लो रशपाल दे नाल फिर टक्कर होई सी पहला भी लूज पॉइंट दिता दूसरा पॉइंट फिर रशपाल ने लूज दिता और दो नंबर धर्मी वाले सोचे ने रशपाल तो लए है पकड़ की पर ढिली पकड़ ने कम नहीं किया नंबर मेडवे नूं मिलिया। ए बिक्की घनौर बिक्की घनौर तजर्बा जानी सुनियारे दे नाल टक्कर एक पासे बिक्की दूजे पासे जानी सुनियारा देखना के सुनियारा केनू केदे गुट ते पर नंबर बिक्की घनौर दा जानी सुनियारे तो लिया कमेंट्री दे लई एक होर लखां दा अंक जोड़िया। वोट ब्रेक हुई है बिंदर माल बई मंगल वालों मंगे वालों 10 पाउंड जेड़े जिन्हें भी जफे मेडवे के खिडारी लाउणगे और दूसरे पासे पिंदर वालों 10 पाउंड पिंदर दीनावाल वाले वालों 10 पाउंड जिन्हें खिडारी जफे लाउणगे कमेंट्री वाले पिंदर वालों 10 पाउंड जिन्हें खिडारी जफे लाउणगे कमेंट्री वाले। ए जीवन पतला जिहा शरीर हाथ लगा लो हुण लोगों नूं पता लगना कि डौज की हुंदी आ भाज की हुंदी आ जवानी की हुंदी आ सजना तैं दसना आ बल्ले ओ जीदा रहा सोने आ एक बारी ताड़ियां मार के दसो वे नौजवान दे ले बई। ए आ जीवन पहली बारी इंग्लैंड की धरती ते आया कहिंदे पंजाब दे खेड मेलिया दे विच बड़े बड़े धलंदरां नूं इहने रोलिया अज डौज कहिंदे खुदपुरी भजी दी कितें डौज इदां हुंदी सी जदों इत्थे खेडण आया सी अज उस याद नूं ताज़ा कीता। बी पौंड जीवन नू सत्ते मठड्डे वालों सत्ते मठड्डे वालों भी पौंड जीवन नू आ लो जी सत्ते मठड्डे वालों भी पौंड जीवन नू जूके कबड्डी फेडरेशन दे प्रधान वालों और दूसरे पासे मनजिंदर देखना मनजिंदर सराह दे नाल जफा पै गया सुनियारे दा मैनू लगदा मनजिंदर गुट ते बंध दित्ती आ चैनी सोने दी सुनियारे ने पर मैनू लगदा नहीं कहिंदे ने सुनियारा ते पटवारी किसे दे सके नहीं हुंदे पर देखना ओ बल्ले मनजिंदर सिंह ए आनंदपुर दी धरती पर कहिंदे आ किधरला नंबर जी पर नंबर शीरे ने दस्या कि समा किसे दा इंतजार नहीं करदा नंबर मिल गया मिडवे नूं ते जग्गा रंधावे मसंदा वाला करमजीत सिंह सरदार दे नाल टक्कर हो गई आ करमजीत मालवे की धरती दूसरे पासे जिला जलंधर एक पासे मालवे की धरती जिला जलंधर जग्गा जग्गा नंबर जग्गे दे हक विच होया रंधावे मसंदा का बहुत ही सोहना गभरू डीएवी कॉलेज जलंधर अकैडमी का खिडारी ते आया जीवन मणकी छोटा मणकी वाला जीवन हुण देखना एक पासे हो जावे सारे खिडारी और अर्श दे नाल हो गया मुकाबला हुण देखना कि अर्श दा डौज वजदी आ जां तेरी जवानी एक पासे तजर्बा एक पासे जवानी एक पासे तजर्बा ओ बल्ले ओ जीवना ए आ जीवन मणकी वाला जीवन मेला लुट लिया इस गभरू ने दुनिया ऐदी दा इहनूं ही देखण आउंदी कि किहड़ा निक्का जिहा नौजवान पंजाब दे विचों आया जिन्हें पंजाब दे खेड मालिया ते बड़े बड़े स्टॉपरां नूं भाजा लवा दित्तियां नंबर शेरगिल दा इशारा डोगर दा नंबर साबी दा नंबर जगराज संधू दा नंबर मिडवे दा नंबर। ए आ मनजिंदर सरां गुरुआं पीरां दी धरती
आनंदपुर साहब की धरती वर्ल्ड कप से वधिया कबड्डियां पाईया पिंदे ढंडरिया वाले दे नाल बाबे ढंडरिया वाले दे नाल होया सी मुकाबला इस नौजवान का पर नंबर मजिंदर सरां का सुचा धर्मी बाल वाला शाहकोट की धरती वर्ल्ड कप का सुपर स्टार अज कबड्डिया मिडवे वालों पा रहा करमजीत लसाड़ा सिंह सरदार हो गया सामने कहिंदा भज के ना जाई हुण सुचिया कर तू मैदान में खड़ा इहनू कहिंदे आ सुचा इह आ करमजीत पर नंबर सुचे का बहुत ही वधिया नंबर लिया सुचे ने बिक्की कनौर पटियाले की धरती बिक्की कनौर गुरलाल कनौर दे नाल इको टीम विच खेडदा और सन्यारे दे नाल हो गई टक्कर पहला भी सन्यारे दे नाल टक्कर होई सी एक पासे सन्यारा बिक्की कनौर सन्यारा और नंबर बिक्की कनौर दा कहिंदे जद नंबर लैंदे तां फिर भंगड़े भी पैंदे आ पंजाब यूनाइटेड बुरवा हंटन ते सिंह सभा स्लो दोनों टीमों नूं पैच जदों शुरू होया उदों दस्या सी अगला मैच आ दोनों टीमों का कोई भी खिडारी अजे तक नहीं दिता क्योंकि थोड़े मिनट बाकी रहिंदे आ दोनों टीमों नूं आखिरी सद्दा दोनों टीमों का कोई भी खिडारी नज़र नहीं आउंदा थैंक यू पिंदा मठाडा जी ए आ मनजिंदर अरशद दे नाल हो गया मुकाबला मनजिंदर दा मनजिंदर सरां दंदपुर दी धरती वर्ल्ड कप दा स्टार दूसरे पासे पाकिस्तान दी धरती अरशद मनजिंदर खेड कबड्डी चौस्ती दी कम लड़ना झोटे दा रूहदारी दी कुश्ती पक्का साध लगोटे दा ये जीदारी दे नाल कबड्डी खेडी जांदी आ 10 पॉइंट पिंदर दिनेवाल वालों लगे आ जिन्ने भी कमेंट्री दे स्टॉपर जफे लाउणगे 10 पॉइंट पिंदर वालों ओ कलवंत ने पा लिया पंगा हरियाणे वाले ने डोगर दे नाल ओ भज गया डोगर ओ गया डोगर ओ गया डोगर ए आ जीवन जीवन पता ला जा शरीर इस गभरू दा और जानी सन्यारा दूजे पासे पिंदा नाल बिजली हुण खड़कूगी कि नहीं जानी सन्यारे दे नाल टक्कर हो गई आ मैनू लगदा कि डॉज बजू जां कैंची बजू डॉज बजी कैंची बजी ओ बल्ले ओ सोहणिया ओ बल्ले 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 ए आ जीवन तेरे एक एक नंबर ते लाइया शर्तां देख जवाना हाँ जी गोल्डी वालों 10 पाउंड जीवन नू गोल्डी स्लो कबड्डी क्लब के प्रधान वालों 10 पाउंड एक पासे जग्गा रिशपाल पर नंबर जगे दा पाली चट्ठे वालों 20 पाउंड 10 पाउंड गोल्डी वालों जीवन नू पाली चट्ठे वालों 20 पाउंड ते 10 पाउंड गोल्डी वालों ए नंबर मैनू लगता है बिजली ने लिया हाँ जी अख्तर का इशारा कि नंबर बिजली ने लिया बिक्की कनौर दे कोलों मैच बड़ा फसमा जा रहा अखीरले पलां दे पिंदा जी मैच आ अगलिया टीमां स्लो अते पंजाब जट बुलव हंटन भी आ जाण सुचा धर्मी बाल वाला एक पासे नीना लवनीन नीना करमजीत दे नाल हो गई टक्कर करमजीत लसाड़ा सिंह सरदार दूजे पासे शाहकोट की धरती दूजे पासे बलवे की धरती सुचा नाल करमजीत लसाड़ा देखना के स्ट्रगल चलती है हंधे दे लेड़े चप चप चक दादा पर नंबर शेर गैल दी बिसल दसदी है कि नंबर साबी का मैनू लगता टाइम हो गया 39.5 39.5 पॉइंट जड़े आ मिडवे दे 34 34 पॉइंट जड़े आ कमेंट्री दे मिडवे दी टीम जड़ी जेतू आ ਕਬੱਡੀ
कबड्डी लीग 2014 ते टू लेस्टर दा है टूर्नामेंट जिस दे विच ए ग्रुप दा पहला मैच होके हटिया जिस दे विच जबरदस्त मुकाबला होया कोवेंट्री वर्सिस मैडवे ते जित प्राप्त होई है मैडवे नू। सो मैडवे दे कैप्टन जग्गा रंधावा साहिब नाल ने, रंधावा साहिब बहुत बहुत वधाइया। धन्यवाद जी, धन्यवाद। अज लेस्टर दी यह घा वाली ग्राउंड है ते पिछे तुहाडे प्लेयर नू काफी सट्टां भी लगियां सन, किदां रहा तुहाडा मैच, किन्नी कु मुश्किल आई जित्तण दे विच? नहीं, मुश्किल तो आई जी क्योंकि टीम दोनों बराबर दी है, कोवेंट्री टीम भी सानू पता है पूरी वधिया टीम है जी, सानू पता है पूरा मैच साडा एक पूरा यानी कि बहुत वधिया फसूगा मैच साडा एक दूजे नाल, असीं तां कि पूरी तैयारी विच सीगे असीं मैच दी जी कि पूरा आपां वधिया देवांगे, आपां एफर्ट अपने वधिया देवांगे मैच जित्तण लई। बाकी उही होया मैच पूरा फसवां होया, एक दो नंबर ते हार जाता कोई मामूली एडी गल नहीं, मैच वधिया होया पूरा जी। हाँ जी, हाँ जी। सो नैना डरोली भाई के कोवेंट्री टीम जबरदस्त टीम है अपने आप दे विच, हालांकि तुहाडा एक रेडर जीवन उन्हें इन सोहनिया रेडा पाइया पर कितने कमी रह गई? कमी जी जिम्मे थोड़ा पता ही है साड़ी जी स्टॉप लाइन है वो पूरी बैलेंस नहीं हैगी, जेडे एक मुंडा एक्सपीरियंस है जिन्हें करमजीत लसाड़ा, बाकी मुंडे गैल जंडा वाले का एक्सपीरियंस आप ही है पर उन्नी फिटनेस नहीं हैगी जिन्ना उन्होंने परफॉर्मेंस देनी चाहिए उन्हें दे नहीं रहा। बाकी जोड़े मुंडे है वो नवे है गए, उन्होंने इन्हों का पैचअप नहीं हो रहा, टैक्नीकल जानी एक दूजे को समझ नहीं रहे पूरा, है वो कुछ होर करना चाहते दूजा जाफी कुछ होर कर रहा, टैक्नीकल प्रॉब्लम है थोड़ी जाफ की। सो असी अच्छ स्ट्रैटेजी चेंज की, असी मैं रेडा छड़ के जाफ लाइन च लगा, ये थोड़ा जा दूसरे रेडर असी मैंटली अपसैट करके भी स्टॉप लाइन बैटर परफॉर्म करने की कोशिश की, लेकिन इन्नी कामयाब नहीं हुई। सो साड़ी जी जाफ लाइन वो थोड़ी जी बहुत जी। हाँ जी, टास पैन लगी सी ते इनू हाथ दे विच इस वार ने, हाँ जी हेड रेड स्लो दी स्लो वाले जिहड़ी आ टॉस जिते आ, राजना दे थापी गभरूआं नू, मैच शुरू करवाइए। चलो चैसी भाव शेरा कबड्डी, पहली कबड्डी सिंह सभा स्लो दी कन्नियो, उधर चुनी पत्तड़ रैफरी उन्हें हाथ खड़ा किया के चल शेरा बज चौह जाफिया दे विच, एक कन्नी हैप्पी आल ओवर ढेरिया, दूसरी कन्नी सुपर स्टार इंग्लैंड दा जीती कोनर जादा सुरखपुरिया ते नाल नंगल अंबियां वाला संदीप ते आ आउंदा भज्जिया पहला शिरिया, डेढ़ पॉइंट गोल्डी सिंह सभा स्लो दे खाते विच दे थापी गभरू नू। ते उधर कबड्डी पहली कबड्डी इधर हुण पता लगना गगन, गगन नागरे दी कबड्डी ते मूहरे सीता जग्गा मूले वाले खैरे कुदे, इधर मुकाबला मोसन बाला आ वेख लो लाला मारदा आउंदा मित्रा, पहला पॉइंट राजना दे हला शेरी गभरू नू, पॉइंट जिहड़ा इह गिया पंजाब जनरेटर बुलव हंटर दे खाते विच। उधर पूरे खुश आ बुलव हंटर दे सारे मेरे वीर, और सामने उधर मोहला काले संघा वाला सिंह सरदार ते सारे मेरे सुखी हुणी जिन्ने वीर आ मक्खण, उधर नाल मीका ते मिंदर सिंह जी मौर सारे जिन्हें भी बुलव हंटर तो आए हैं, पूरी वधिया टीम आ सारे खुश आ। इधर स्लो वाले भी पूरे खुश आ, भाई खड़का दड़का पूरा होगा। तो उधर कबड्डी लाला अबैदुल्ला फैसलाबाद की धरती मित्रों हुण चौहान जाफिया दे विच जा पहुंचा, किहदे विच बजदा ते चुन्नी फैसला किधर ला दिंदा पॉइंट सिंह सभा स्लो दे हक दे विच। इधर कुलवंत चट्ठा गोल्डी ते नाल इधर शीरा समी पुरी आ, उधर पेंकी ते नाल साढ़े सारे कमल हुणी जिन्हें भी वीर पहुंचे हुए स्लो तो, ते उधर बिंदर गढ़ी बख्शे वाला ते कबड्डी छोटा गिरलाल सिंदर पिंड वाला, ते हुण वेखना पे जगया केड़ा रोकदा प
भरे मेले में सीते दे नाल टच पॉइंट जिहड़ा पंजाब जनरेटर बुलव हंटर के खाते में। रणजीत सिंह दे हलाशेरी चोपर नू इधर पॉइंट जिहड़ा इस पंजाब जनरेटर बुलव हंटर के हक के उधर कबड्डी जस्सा परसरामपुरी आ इंग्लैंड कबड्डी फैडरेशन के प्रधान दुरसत्ता मठड्डा सैकटरी सुरेंद्र माणक ते हुण वेखना भाई पॉइंट जिहड़ा किधरले पासे जांदा। जस्सा परसरामपुरी आ पूरा वधिया मुकाबला अज उधर खालिद खालिद मेहर खालिद मुहम्मद खालिद मेहर की कबड्डी मूहरे चार जाफी काला उधर संघा घोदा काले संघा वाला नाल मोहसन बाला सीता जडाली इतों जंपल तो हुण वेखना मूले वाल खैरिया वाला जग्गा सिंह सरदार ते उधर ओ घोदा काले संघा वाला की गल बन रही है आ जाता खालिद राजना दे थापी गबरू नूं बहुत ही वधिया पूरा जोर लग्या पिया राजन ते मालविंदर दोनों भरा बड़े तकड़े कबड्डी खेडे इन्हां ग्राउंडां दे विच। उधर चुन्नी कलविंदर सिंह चुन्नी पत्तर ते कबड्डी चैस्ती दी कबड्डी चारे जाफी जिथे जिथे पंजाबियां पैर पाया गल करदा जहान पंजाबियां दी पौने भंगड़े नचना टप्पना ई आन मान ते शान पंजाबियां दी पिंदा मठड्डियां वाला सच कहिंदा जीती कुनरा कबड्डी खेडिया जान पंजाबियां दी जीती कूनर दा जफा बहुत ही वधिया। चलो गगन शेरा गगन दी कबड्डी गगन नागरा बिल्कुल जलंधर दे नेड़े पिंड उत्थों दा चोबर हुण वेखना वे चारे जाफी पूरी तैयारी दे विच हुण पता लगना उधर हल्का जिहा टच ते पॉइंट जिहड़ा गया पंजाब यूनाइटेड बुलवर हंटन दे खाते विच बहुत ही वधिया गगन दे हक दे विच। अज मैनू लगता राजना भूरे की घाट महसूस होंगी अज कबड्डी इधर लाले की कबड्डी बहुत ही वधिया उधर संदीप कनेडा दे विच खेडिया बेस्ट जाफी के तौर पर चुनिया गया इधर फास्ट रेड प्यारे आ फास्ट रेड वाले सद्यो अपने बिंदर प्रवान बानसिया वाले फास्ट रेड सद्यो सट लगी है नक् के उत्ते बहुत ही वधिया शीरे आ कई प्रवान होना कहीं इधर लै आ फास्ट रेड थैंक यू आ गए जी आ गए बहुत बहुत धन्यवाद। गरलाल सिंदर पिंड वाले की फिर कबड्डी पई आ उधर गरलाल मोहसन बाला काला संघिया वाला घोदा ते सीता हुण वेखना भाई सीते जराली वाले दे नाल टक्कर आउंदा भज्जिया ये छोटे गरलाल दे नाल नां दे नाल मशहूर इस कबड्डी खेत्र में। चलो पाव जस्सिया कबड्डी शेरा एक जत्था नत्थू चार वाला इंग्लैंड का बहुत ही कर देना उधर आ हैप्पी आल वाल ढेरिया हैप्पी आल वाल ढेरिया तो उधर जफा पा के बैठा हूँ वेखना भाई चुनी का फैसला किधर जाता फैसला जरा पंजाब यूनाइटेड बुलव हंटन के खाते में। राजना सुखी उन्होंने कहीं थोड़े पिछे होके खड़े उत्थे वो पिछे होके खड़ो पता नहीं लगा उत्थे मेरा वीर थैंक यू। उधर कबड्डी फिर खालिद की कबड्डी मूहरे चारे जाफी पूरी तैयारी में हूँ वेखना एक पासे सिंह सरदार जग्गा मूले वाले खैरे सीता जडाली घुद्दा काले संघिया वाला ते मोहसन बाला हुण वेखदे टक्कर मोहसन बाले दे नाल हो गई आ उधर खालिद मेहर मोहसन बाला कोठे जिहड़ा गभरू दूसरे पासे मूठी कबर गभरू तिलकदा जांदा हथ दे विचों आ जांदा तिलक गया तिलक गया तिलक गया टाइम हो गया टाइम जिहड़ा सिंह सभा स्लो दे हक दे विच पॉइंट सिंह सभा स्लो दे हक दे विच गया बहुत ही वधिया पॉइंट सिंह सभा स्लो दे हक दे विच। उधर गुरमेल सिंह सोता वह भी पूरा खुश आ ते इधर चल वे लाले शेरा लाला कोठे जिहड़ा गभरू ते सवा क्वांटल भार चोबर दा फिर संदीप सिंह मित्रा जांदा लाला भज्जिया पॉइंट जिहड़ा लाले दे हक दे विच। चलो गगन पा कबड्डी शेरा गगन दी कबड्डी पै गई आ गगन नागरा कौडी कौडी करदा चौहां जाफियां दे कोल जा पहुंचा है मित्रा दुनिया दे विच गल्लां होणियां है भाई अज इंग्लैंड दे विच मुकाबले चलते हैं लेस्टर की धरती ते केड़े गभरू ने किन्नियां कबड्डियां पाईयां केड़े ने लाए आ जफे अज पता लगना शाम नूं हिसाब किताब इंटरनेट ते रिपोर्टां लगनियां भाई गगन ने सीधे तो पॉइंट लियांदा सी ते पॉइंट जिहड़ा इहनूं कहिंदे खेड कबड्डी फुरती दी कम भैणा झोटे दा ते कबड्डी परसरामपुर वाले जस्से दी पै गई आ मूहरे चारे जाफी पूरी तैयारी दे विच जीती कूनर जीती कूनर जीती कूनर मित्रा इहनूं कहिंदे जीती कूनर
ਇਹ ਕੋਟ ਕਪੂਰ ਵਾਲੇ ਫਾਟ ਕਰਾਉਣ ਵਾਲੀ ਗੱਲ ਆ। ਬਹੁਤ ਹੀ ਵਧੀਆ ਪੁਆਇੰਟ ਜਿਹੜਾ ਜੱਸੇ ਪਰਸਰਾਮਪੁਰ ਵਾਲੇ ਦੇ ਹੱਕ ਦੇ ਵਿੱਚ, ਸਿੰਘ ਸਭਾ ਸਲੋਹ ਦੇ ਹੱਕ ਦੇ ਵਿੱਚ, ਛੀਰੇ ਦੇ ਥਾਪੀ ਗੱਭਰੂ ਨੂੰ। ਉੱਧਰ ਕਬੱਡੀ, ਫਿਰ ਕਬੱਡੀ ਪੈ ਗਈ ਗਰਲਾਲ ਦੀ। ਸਿੰਧੜ ਪਿੰਡ ਵਾਲਾ ਗਰਲਾਲ ਜਲਾਲਪੁਰੀਏ ਦੇ ਨਾਂ 'ਤੇ ਹੋਇਆ ਮਸ਼ਹੂਰ ਕਬੱਡੀ ਖੇਤਰ ਵਿੱਚ, ਅਤੇ ਜਗਿਆ ਆ ਜਾਂਦਾ ਭੱਜਿਆ ਗਰਲਾਲ। ਬਹੁਤ ਹੀ ਵਧੀਆ ਪੁਆਇੰਟ ਪੰਜਾਬ ਜਨਰੇਟਰ ਬੁਰਬਹੰਟ ਦੇ ਹੱਕ ਦੇ ਵਿੱਚ। ਚਾਲੋ ਲਾ ਲਿਆ ਸ਼ੇਰਾ, ਹੋ ਤਕੜਾ ਪਾਵੇ ਕਬੱਡੀ। ਬਹੁਤ ਹੀ ਵਧੀਆ ਕਬੱਡੀ ਲਾਲੇ ਦੀ ਮਿੱਤਰੋਂ ਪੈਣ ਲੱਗੀ ਆ। ਮੂਹਰੇ ਚਾਰੇ ਜਾਫੀ ਪੂਰੀ ਤਿਆਰੀ ਦੇ ਵਿੱਚ। ਹੁਣ ਪਤਾ ਲੱਗਣਾ ਵੀ ਕਿਹਦੀ ਹੈਕ ਦੇ ਵਿੱਚ ਵੱਜਦਾ। ਉੱਧਰ ਜੀਤੀ ਕੂਨਰ ਪੂਰੀ ਤਿਆਰੀ ਦੇ ਵਿੱਚ, ਦੂਸਰੀ ਕੰਨੀ ਹੈਪੀ ਅੱਲ ਵੱਲ ਢੇਰੀਆਂ, ਨਾਲ ਸੰਦੀਪ ਨੰਗਲ ਅੰਬੀਆਂ। ਕੋਮਨ ਪੁਆਇੰਟ, ਕੋਮਨ ਪੁਆਇੰਟ, ਮਿੰਨੀ ਬੋਰਡਰ ਬ੍ਰੇਕ ਹੋ ਗਈ, ਮਿੰਨੀ ਬੋਰਡਰ ਬ੍ਰੇਕ। ਰਹਿਣ ਬੱਸ ਦੇ ਪੰਜਾਬੀ, ਢੇਸੀ ਕਾਰ ਦਾ ਦੁਆਵਾਂ, ਇਹਨਾਂ ਦੇ ਘਰੀ ਵਗਣ ਸਦਾ ਠੰਡੀਆਂ ਹਵਾਵਾਂ, ਲੱਗੇ ਨਜ਼ਰ ਨਾ ਕਦੇ ਇਹਨਾਂ ਦੀਆਂ ਚੜ੍ਹਾਈਆਂ ਨੂੰ। ਵਧੋ ਫੁੱਲੋ ਮਿਹਨਤੀ ਪੰਜਾਬੀਓ, ਰੱਬ ਭਾਗ ਲਾਵੇ ਤੁਹਾਡੀਆਂ ਕਮਾਈਆਂ ਨੂੰ, ਰੱਬ ਭਾਗ ਲਾਵੇ ਤੁਹਾਡੀਆਂ ਕਮਾਈਆਂ ਨੂੰ। ਸਾਹਮਣੇ ਇੱਥੋਂ ਦਾ ਜੰਪਲ ਸੀਤਾ ਅਤੇ ਨਾਲ ਖਾਲਦ ਮੇਹਰ ਦੀ ਹੋਈ ਹੈ ਟੱਕਰ ਬੜੀ ਫੁਰਤੀ ਦੇ ਨਾਲ। ਆ ਵੇਖ ਲਓ ਬਿਲਕੁਲ ਹੰਧਿਆਂ ਦੇ ਨੇੜੇ ਰਣਜੀਤ ਸਿੰਘ ਟੰਡਾ ਅੜੀਕਦਾ ਆ, ਇਹਦੇ ਸਵਾਨਾ ਵੇਖਦਾ, ਅਤੇ ਨਾਲ ਸ਼ੀਰੇ ਸੰਮੀਪੁਰੇ ਵਾਲੇ ਦਾ ਵੀ ਪੂਰਾ ਜ਼ੋਰ ਲੱਗਾ। ਪੁਆਇੰਟ ਸਲੋਹ ਦੇ ਹਿੱਸੇ ਜੁੜਦਾ ਹੋਇਆ, ਕਿਉਂਕਿ ਫੁੱਟਬਾਲ ਦੀ ਗਰਾਊਂਡ ਦੇ ਵਿੱਚ ਅੱਜ ਕਬੱਡੀ ਦੇ ਮੈਚ ਚੱਲਦੇ ਹੋਏ, ਅਤੇ ਜੱਗੇ ਪਰਸਰਾਮਪੁਰ ਵਾਲੇ ਦੀ ਪੈ ਗਈ ਕਬੱਡੀ। ਸਾਹਮਣੇ ਜੀਤੀ ਕੂਨਰ, ਜਾਦੇ ਸੁਰਖਪੁਰ ਵਾਲੇ ਦੀ ਗੱਲ ਹੋਣੀ ਆ। ਆਹ ਵੇਖ ਲਓ ਭਾਜੀ ਪਹਿਲਵਾਨ ਦਾ ਪੁੱਤਰ, ਬਿਲਕੁਲ ਮੇਰੇ ਨੇੜੇ ਪਿੰਡ ਤੋਂ, ਆਹ ਵੇਖ ਲਓ ਜੀਤੀ ਕੂਨਰ। ਰਣਜੀਤ ਸਿੰਘ ਟੰਡੇ ਵੱਲੋਂ 20 ਪਾਉਂਡ ਅਤੇ ਬਹੁਤ ਹੀ ਤਕੜਾ ਜੱਫਾ ਲਾਇਆ ਪੰਜਾਬ ਯੂਨਾਈਟਡ 100 ਦੀ ਟੀਮ ਦੇ ਲਈ। ਉੱਧਰ ਨਾਗਰੇ ਦੀ ਪੈ ਗਈ ਆ ਕਬੱਡੀ, ਕੁਲਵੰਤ ਸੰਘਾ ਪਿਆਰਾ ਸਿੰਘ ਜੀ ਰੰਧਾਵਾ ਅਤੇ ਭਲਵਾਨ ਬੀੜ ਵਾਸੀਆਂ ਨਿਰਮਲ ਲੱਡੂ ਅਤੇ ਨਾਲ ਰੇਸ਼ਮ ਉਹਦਾ ਵੀਰ ਅਤੇ ਸਾਹਮਣੇ ਮੁਕਾਬਲਾ। ਆ ਵੇਖਦੇ ਹਾਂ ਮੋਸਨ ਬਾਲੇ ਦੇ ਕੋਲੋਂ ਪਿਛਲਖੁਰੀ ਪੁਆਇੰਟ ਜੋੜਦਾ ਹੋਇਆ ਪੰਜਾਬ ਯੂਨਾਈਟਡ 100 ਦੀ ਟੀਮ ਦੇ ਲੱਖਾਂ ਦੇ ਅੰਕ ਜੋੜਦਾ ਹੋਇਆ। ਚੱਲ ਬਈ ਗੱਭਰੂ ਆਪਾਂ ਕਬੱਡੀ, ਲਾਲੇ ਦੀ ਪਈ ਆ ਕਬੱਡੀ, ਚਾਰੇ ਜਾਫੀ ਬਿਲਕੁਲ ਪੂਰੀ ਤਿਆਰੀ ਦੇ ਵਿੱਚ। ਵੇਖਦੇ ਹਾਂ ਇਸ ਨੌਜਵਾਨ ਨੂੰ ਕੌਣ ਡੱਕਣ ਦੀ ਕੋਸ਼ਿਸ਼ ਕਰਦਾ। ਬੜਾ ਨਾਂ ਆ ਇਸ ਗੱਭਰੂ ਦਾ, ਸਾਰੀ ਦੁਨੀਆ ਜਾਣਦੀ ਆ। ਅਤੇ ਆਹ ਵੇਖ ਲਓ ਡਬਲ ਟੱਚ ਦਾ ਫੈਸਲਾ ਅਤੇ ਪੁਆਇੰਟ ਚੁੰਨੀ ਪੱਤਰ ਦਾ ਫੈਸਲਾ ਜਾਂਦਾ ਹੋਇਆ ਸਲੋਹ ਦੇ ਹੱਕ ਦੇ ਵਿੱਚ। ਇੱਕ ਗੁਲਾਲ ਘਨੌਰ ਦੀਆਂ ਗੱਲਾਂ ਹੁੰਦੀਆਂ, ਪਰ ਸਾਹਮਣੇ ਵੇਖਦੇ ਹਾਂ ਗੁਲਾਲ ਸਿੰਧੜੇ ਦੀ ਪਾਈ ਹੋਈ ਕਬੱਡੀ ਦੀ ਗੱਲ ਕਰਦੇ ਹਾਂ। ਅਤੇ ਘੁੱਦੇ ਦੇ ਕੋਲ ਪੁਆਇੰਟ ਲੈ ਕੇ ਆ ਪਹੁੰਚਿਆ ਰਣਜੀਤ ਸਿੰਘ ਟੰਡੇ ਦੇ ਕੋਲ। ਬੜੀ ਤਕੜੀ ਟੀਮ ਬਣਾਈ ਆ ਮੋਣਾ ਕਾਲੇ ਸੰਘਿਆਂ ਵਾਲਾ, ਅਤੇ ਨਾਲ ਸਾਹਮਣੇ ਫਿਰ ਕੁਲਵੀਰ ਬੈਂਸ ਵੀ ਮੇਰਾ ਵੀਰ ਪਹੁੰਚਿਆ। ਜੱਸੇ ਪਰਸਰਾਮਪੁਰ ਵਾਲੇ ਦੀ ਪਈ ਆ ਕਬੱਡੀ। ਵੇਖਦੇ ਹਾਂ ਚਾਰੇ ਜਾਫੀ ਬੜੇ ਕਲੱਕੜ ਜਾਫੀ ਆ। ਇਹ ਸੰਦੀਪ ਨੰਗਲ ਅੰਬੀਆਂ ਵਾਲਾ ਕਹਿੰਦੇ ਸੱਪ ਦੀ ਖੁੱਟ ਦੇ ਵਿੱਚ ਹੱਥ ਪਾ ਲਿਆ, ਪਤਾ ਲੱਗਣਾ ਮਾਰਦਾ ਡੋਜਾਂ, ਕਦੇ ਸੱਜੇ ਕੰਨੀ ਕਦੇ ਖੱਬੇ ਕੰਨੀ ਕਦੇ ਘਾਹ ਤੋਂ ਤਿਲਕਦਾ ਜਾਂਦਾ। ਇਹ ਸੰਦੀਪ ਨੰਗਲ ਅੰਬੀਆਂ ਵਾਲਾ, ਪਰ ਆ ਨਹੀਂ ਰਿੱਸਾ ਤੇਰੀਆਂ ਨੌਜਵਾਨਾਂ। ਪੁਆਇੰਟ ਲੈ ਕੇ ਆ ਪਹੁੰਚਿਆ ਸ਼ੀਰੇ ਸੰਮੀਪੁਰ ਵਾਲੇ ਦੇ ਕੋਲ, ਅਤੇ ਸਾਹਮਣੇ ਗੋਲਡੀ ਦੇ ਕੋਲ, ਅਤੇ ਉੱਧਰ ਰੇਸ਼ਮ ਸਿੰਘ ਜੀ ਡੇਲ ਵੀ ਬੈਠੇ ਆਨੰਦ ਮਾਣਦੇ ਹੋਏ ਮੈਚ ਦਾ। ਇੱਧਰ ਖਾਲਦ ਮਿਹਰ ਦੀ ਫਿਰ ਪਈ ਆ ਕਬੱਡੀ, ਅਤੇ ਚੱਲ ਖਾਲਦ, ਅਤੇ ਉਹ ਵੇਖਦੇ ਹਾਂ ਮੋਸਨ ਵਾਲੇ ਦੇ ਨਾਲ, ਅਤੇ ਸਵਰਨੇ ਦਾ ਫੈਸਲਾ ਆਪਣੇ ਸਮੇਂ ਦਾ ਸੁਪਰ ਸਟਾਰ ਜਾਫੀ, ਫੈਸਲਾ ਸਲੋਹ ਦੇ ਹੱਕ ਦੇ ਵਿੱਚ ਜਾਂਦਾ ਹੋਇਆ। ਚੱਲ ਬਈ ਚਾਰੇ ਜਾਫੀ ਇੱਕੋ ਜਿਹੇ ਆ। ਵੇਖਦੇ ਹਾਂ ਇਸ ਨੌਜਵਾਨ ਨੂੰ ਗੁੱਟ ਫੜ ਕੇ ਕੈਂਚੀ ਲਾਈਏ ਜਾਂ ਬਗਲਾਂ ਭਰ ਲਈਏ ਜਾਂ ਚੋਰ ਜੱਫਾ ਲਾਈਏ, ਇਹ ਤਾਂ ਸਮਾਂ ਦੱਸੂਗਾ। ਪਰ ਨੌਜਵਾਨ ਵੱਧਦਾ ਜਾਂਦਾ ਆਪਣੀ ਮੰਜ਼ਿਲ ਵੱਲੋਂ। ਜਾਦੇ ਸੁਰਖਪੁਰ ਵਾਲੇ ਦਾ ਮੁਕਾਬਲਾ ਹੋ ਗਿਆ, ਉਹ ਵੇਖ ਲਓ ਇਉਂ ਬਾਹਾਂ ਚੱਲਦੀਆਂ ਜਿੱਦਾਂ ਮਰਸੇਡੀ ਦੇ ਬਾਈਪਰ ਚੱਲਦੇ ਹੋਣ।
ਆਹ ਵੇਖ ਲਾ ਭੰਗੜੇ ਪੈਂਦੇ ਆ, ਪਾਉਣਾ ਭੰਗੜਾ ਤੇ ਖੇਡਣਾ ਕਬੱਡੀਆਂ। ਪਿਆਰਾ ਸਿੰਘ ਰੰਧਾਵਾ ਵੇਖਦਾ ਆ ਵੀ ਗੱਲ ਕਿੱਧਰ ਨੂੰ ਜਾਂਦੀ ਆ, ਕੈਮਰੇ ਫੋਕਸ ਹੋਏ ਪਏ ਨੇ, ਲੋਕ ਐਡੀਆਂ ਚੁੱਕ ਚੁੱਕ ਵੇਖਦੇ ਆ। ਪੁਆਇੰਟ ਪੰਜਾਬ ਯੂਨਾਈਟਡ ਵਨ ਵਨ ਦੇ ਹਿੱਸੇ, ਲੱਖਾਂ ਅੰਕ ਜੋੜਦਾ ਹੋਇਆ ਜਾਦਾ ਸੁਰਖਪੁਰੀਆ। ਇੱਧਰ ਨਾਗਰੇ ਦੀ ਫਿਰ ਪਈ ਆ ਕਬੱਡੀ, ਉੱਧਰ ਕੁਲਵੰਤ ਸੰਘਾ ਵੀ ਵੇਖਦਾ ਭੀਮਾ ਵੀ ਪੈ ਗਈ ਆ ਕਬੱਡੀ। ਇਹ ਆ ਨਾਗਰਿਆਂ ਵਾਲਾ ਬਹੁਤ ਹੀ ਫਰਤੀਲਾ ਗੱਭਰੂ ਗਗਨ, ਅਤੇ ਉੱਧਰ ਮੂਲੇ ਵਾਲੇ ਖਹਿਰੇ ਦੇ ਨਾਲ ਜੱਗੇ ਦੇ ਨਾਲ ਹੋਇਆ ਪਿਆ ਮੁਕਾਬਲਾ। ਉਹ ਸਿੰਘ ਸਰਦਾਰ ਵੇਖਦੇ ਹਾਂ ਗੱਲ ਕਿੱਧਰ ਨੂੰ ਜਾਂਦੀ, 30 ਸੈਕਿੰਡ ਦੀ ਖੇਡ, ਭਰਿਆ ਪਿਆ ਕੜਾਬਾ 3-4 ਪਰ ਪੁਆਇੰਟ ਸਵਾਨੇ ਦਾ ਫੈਸਲਾ ਪੰਜਾਬ ਯੂਨਾਈਟਡ ਵਨ ਵਨ ਦੇ ਹਿੱਸੇ ਜੋੜਦਾ ਹੋਇਆ। ਚੱਲ ਬਈ ਇੱਧਰ ਜੱਸਾ ਪਰਸਰਾਮਪੁਰ ਵਾਲਾ ਬੜਾ ਫਰਤੀਲਾ ਖਿਡਾਰੀ ਆ, ਅਤੇ ਆਪਣੀ ਮੰਜ਼ਿਲ ਪਾਉਣ ਦੇ ਲਈ ਆ ਬਈ ਜੀਤੀ ਕੁੰਨਾ ਨਾਲਾ ਦੇਖ ਲਓ, ਥਾਣੇਦਾਰ ਨਾਲ ਜਾਂਦੇ ਨਾਲ ਪੰਗਾ ਪੈ ਗਿਆ, ਪਰ ਵੇਖਦੇ ਹਾਂ ਚੁੰਨੀ ਪੱਤਰ ਦਾ ਫੈਸਲਾ ਬਹੁਤ ਹੀ ਵਧੀਆ ਜੀਤੀ ਕੁੰਨਰ ਦੇ ਹਿੱਸੇ ਜੁੜਦਾ ਹੋਇਆ। ਆ ਵੇਖ ਲਾ ਜਦੋਂ ਪੈਰ ਪੁੱਟਣ ਗੱਭਰੂ ਧਰਤੀ ਹਿੱਲਦੀ ਵਾਲੀ ਗੱਲ ਹੋ ਗਈ ਆ। ਸਾਹਮਣੇ ਵੇਖਦੇ ਹਾਂ ਜਿਸ ਕੰਨ ਜੌਲ ਬਿੱਲਾ ਕਪੂਰਥਲੀਆ ਵੀ ਮੈਚ ਬੈਠੇ ਵੇਖਦੇ ਆ, ਲੋਲਿਆ ਗੱਲ ਕਿੱਧਰ ਨੂੰ ਜਾਂਦੀ ਆ, ਪਰ ਪੁਆਇੰਟ ਡਬਲ ਡੱਚ ਦਾ ਫੈਸਲਾ ਜਾਂਦਾ ਹੋਇਆ। ਰਣਜੀਤ ਸਿੰਘ ਟੰਡੇ ਦੇ ਕੋਲ ਜਾ ਪਹੁੰਚਿਆ, 1 ਅੰਕ ਦਾ ਹੋਰ ਵਾਧਾ ਕਰਦਾ ਹੋਇਆ। ਇਹ ਆ ਪੰਜਾਬੀਆਂ ਦੀ ਮਾਂ ਖੇਡ ਕਬੱਡੀ। ਆ ਵੇਖ ਲਓ ਲੋਹੇ ਵਰਗੇ ਪੱਟਾਂ ਤੇ ਮਾਨ ਪੋਲੇ ਥਾਪੀ, ਇੱਕ ਪਾਸੇ ਰੇਡਰ ਹੋ ਗਏ ਤੇ ਦੂਜੇ ਪਾਸੇ ਹੋ ਗਏ ਜਾਫੀ, ਸਰੀਰ ਇਉਂ ਚਮਕੇ ਜਿਵੇਂ ਲੌਂਗ ਕਿਸੇ ਹੈ ਨੱਡੀ ਦਾ। ਬਹਿ ਕੇ ਵੇਖ ਜਵਾਨਾ ਚੱਲਦਾ ਫਸਵਾਂ ਮੈਚ ਕਬੱਡੀ ਦਾ, ਤੇ ਡਬਲ ਟੱਚ ਦਾ ਫੈਸਲਾ, ਚੁੰਨੀ ਪੱਤਰ ਦਾ ਫੈਸਲਾ ਧਾਵੀ ਦੇ ਹੱਕ ਦੇ ਵਿੱਚ ਜਾਂਦਾ ਹੋਇਆ, ਕਿਉਂਕਿ ਇਹ ਪਹਿਲਾ ਖੇਡ ਮੇਲਾ ਆ ਜਿਹੜਾ ਕਿ ਹਮੇਸ਼ਾ ਲਿਸਟ ਵਾਲੇ ਆ ਕਿ ਸਟੇਡੀਅਮ ਦੇ ਵਿੱਚ ਕਰਵਾਇਆ ਜਾਂਦਾ। ਕਦੀ ਕਿਸੇ ਨੇ ਸੋਚਿਆ ਸੀ ਇਹ ਜੋ ਕੱਖਾਂ ਦੀ ਖੇਡ ਆ ਲੱਖਾਂ ਤੋਂ ਕਰੋੜਾਂ ਤੇ ਸਟੇਡੀਅਮ ਤੱਕ ਖੇਡੀ ਜਾਣੀ ਆ। ਆ ਸਾਹਮਣੇ ਮੁਕਾਬਲੇ ਦੀ ਗੱਲ ਕਰਦੇ ਹਾਂ, ਸੀਤਾ ਜੰਡਾਲੀ ਵਾਲਾ ਇੱਥੋਂ ਦਾ ਜੰਪਲ ਖਿਡਾਰੀ, ਪਤਾ ਲੱਗਣਾ ਆ ਬਹੁਤ ਹੀ ਤਕੜੇ ਜੱਫੇ ਲਾਏ ਆ ਇਹ ਆ। ਪਰ ਆਹ ਵੇਖ ਲਓ ਤਜਰਬੇ ਦੀ ਗੱਲ ਆ, ਪੁਆਇੰਟ ਬਹੁਤ ਹੀ ਵਧੀਆ ਜੋੜਦਾ ਹੋਇਆ ਆਪਣੀ ਟੀਮ ਦੇ ਕੋਲ, ਆਪਣੇ ਸਾਥੀ ਖਿਡਾਰੀਆਂ ਦੇ ਕੋਲ ਇਹ ਨੌਜਵਾਨ ਪਹੁੰਚਿਆ। ਚੱਲ ਬਈ ਇੱਧਰ ਜੱਸੇ ਪਰਸਨ ਉੱਪਰ ਲਈ, ਇੱਧਰ ਪਿਆਰਾ ਸਿੰਘ ਜੀ ਰੰਧਾਵਾ, ਇੱਧਰ ਪੈ ਗਈ ਆ ਜੱਸੇ ਪਰਸਰਾਮਪੁਰ ਵਾਲੇ ਦੀ ਪਈ ਆ ਕਬੱਡੀ, ਅਤੇ ਚੁੰਨੀ ਪੱਤਰ ਦਾ ਫੈਸਲਾ ਜਾਂਦਾ ਹੋਇਆ ਧਾਵੀ ਦੇ ਹੱਕ ਦੇ ਵਿੱਚ, 1 ਅੰਕ ਦਾ ਹੋਰ ਵਾਧਾ ਕਰਦਾ ਹੋਇਆ। ਪੁੱਤ ਚੋਰੀ ਦੇ ਗੱਭਰੂ ਨਹੀਂ ਹੁੰਦੇ, ਸੱਚੇ ਯਾਰ ਨਹੀਂ ਦਿਲੋਂ ਭੁਲਾਏ ਜਾਂਦੇ, ਸਦਾ ਸੂਰਮੇ ਕੌਮ ਦੀ ਅਣਖ ਬਣਦੇ, ਗੀਤ ਨਹੀਂ ਗਦਾਰਾਂ ਦੇ ਗਾਏ ਜਾਂਦੇ, ਗੱਲਾਂ ਨਾਲ ਨਹੀਂ ਮੰਜ਼ਲਾਂ ਸਰ ਹੁੰਦੀਆਂ, ਹਿੱਕ ਦੇ ਜ਼ੋਰ ਨਾਲ ਕੱਪ ਘਰੀਂ ਲਿਜਾਈ ਜਾਂਦੇ। ਆਹ ਸਾਹਮਣੇ ਵੇਖੋ ਨੌਜਵਾਨ ਵਾਧਾ ਜਾਂਦਾ ਚਾਰੇ ਜਾਫੀਆਂ ਦੇ ਕੋਲ, ਅਤੇ ਆਹ ਵੇਖ ਲਾ ਮੋਸਨ ਵਾਲੇ ਦੇ ਨਾਲ ਪੂਰਾ ਹੋਇਆ ਪਿਆ ਮੁਕਾਬਲਾ, ਕਦਾ ਬਗਲਾ ਭਰਦਾ, ਆਹ ਵੇਖ ਲਓ ਭੱਜਿਆ ਜਾਂਦਾ ਨੌਜਵਾਨ ਬਹੁਤ ਹੀ ਵਧੀਆ। ਪੁਆਇੰਟ ਮਾਂ ਖੇਡ ਕਬੱਡੀ ਦੀਆਂ ਗੱਲਾਂ ਜੋੜਦਾ ਹੋਇਆ ਪੰਜਾਬ ਯੂਨਾਈਟਡ ਵਨ ਵਨ ਦੇ ਹਿੱਸੇ, 1 ਅੰਕ ਦਾ ਹੋਰ ਵਾਧਾ। ਈਰਥ ਅਤੇ ਵਾਰਕਿੰਗ ਦੋਨੇ ਟੀਮਾਂ ਨੂੰ ਬੇਨਤੀ ਆ ਵੀ ਤਿਆਰ ਹੋ ਕੇ ਗਰਾਊਂਡ ਦੇ ਵਿੱਚ ਪਹੁੰਚਣ। ਚੱਲ ਬਈ ਇੱਧਰ ਅਵੈਦ ਉੱਲੇ ਲਾਲੇ ਦੀ ਫਿਰ ਪਈ ਆ ਕਬੱਡੀ, ਪਰ ਜੀਤੀ ਕੂਨਰ ਆਹ ਵੇਖ ਲਓ ਭੱਜਿਆ ਜਾਂਦਾ ਲਾਲਾ, ਬੜੇ ਵਰਲਡ ਕੱਪ ਦੇ ਵਿੱਚ ਵੀ ਬੜੀਆਂ ਤਕੜੀਆਂ ਕਬੱਡੀਆਂ ਪਾਈਆਂ। ਹਾਫ ਟਾਈਮ ਹੋ ਗਿਆ ਆ, ਪੰਜਾਬ ਯੂਨਾਈਟਡ ਵੁਲਵਰਹੈਂਪਟਨ ਦੇ 18 ਪੁਆਇੰਟ, ਸਿੰਘ ਸਭਾ ਸਲੋਹ ਦੇ 14.5। ਚੱਲ ਬਈ ਇੱਧਰ ਗੁਲਾਲ ਦੀ ਪਈ ਆ ਕਬੱਡੀ, ਚੱਲ ਬਈ ਗੁਲਾਲ ਸਿਆਂ ਇਹ ਅੱਜ ਪੰਜਾਬ ਦੇ ਇੰਗਲੈਂਡਿਆਂ ਦੀ ਗੱਲ, ਅਤੇ ਹਲਕਾ ਜਿਹਾ ਟੱਚ ਕਰਕੇ ਪੁਆਇੰਟ ਜੋੜਦਾ ਹੋਇਆ ਪੰਜਾਬ ਯੂਨਾਈਟਡ ਬੋਲਣ ਦੀ ਟੀਮ ਦੇ ਲਈ। ਆਹ ਵੇਖ ਲਓ ਜੱਸਾ ਪਰਸਰਾਮਪੁਰ ਵਾਲੇ ਦੀ ਪਈ ਆ ਕਬੱਡੀ, ਫਲਾ ਕੇ ਬਾਹਾਂ ਜਾ ਪਹੁੰਚਿਆ,
ਆ ਵੇਖ ਲਓ ਜੀਤੀ ਕੂਨਰ ਕਹਿੰਦੇ ਜਦੋਂ ਮਰਜ਼ੀ ਹਵਾਵਾਂ ਦੇ ਰੁੱਖ ਬਦਲ ਦਿੱਤਾ ਇਹ ਗੱਭਰੂ ਭਰ ਕੇ ਕੜਾਵਾ ਬੈਠਾ ਆ ਅਤੇ ਪੱਕਾ ਪਤਾ ਲੱਗ ਗਿਆ ਸੀ ਬਈ ਇਹ ਜੱਫਾ ਜਿਹੜਾ ਆ ਜੀਤੀ ਕੂਨਰ ਦਾ ਹੋ ਗਿਆ ਚੱਲ ਬਈ ਖਾਲਦ ਮਹਿਰ ਬੜਾ ਚੰਡਿਆ ਪਿਆ ਸਰੀਰ ਡੌਲੇ ਅਤੇ ਸੁੱਖਾਂ ਦੀ ਤਵੀਤੜੀ ਬੰਨ ਕੇ ਜਾ ਪਹੁੰਚਿਆ ਇਹ ਨੌਜਵਾਨ ਆ ਵੇਖਦੇ ਹਾਂ ਉਹ ਵੇਖਦੇ ਗੱਲ ਘੁੱਦੇ ਦੇ ਨਾਲ ਹੋ ਗਈ ਪਰ ਪੁਆਇੰਟ ਲੈ ਕੇ ਭੱਜਿਆ ਜਾਂਦਾ ਆਪਣੀ ਟੀਮ ਦੇ ਲਈ ਮੱਥਾ ਟੇਕ ਕੇ ਨੌਜਵਾਨ ਗੁਰੂਆਂ ਪੀਰਾਂ ਫਕੀਰਾਂ ਨੂੰ ਧਿਆ ਕੇ ਬਿਲਕੁਲ ਚਾਰੇ ਜਾਫੀਆਂ ਦੇ ਕੋਲ ਜਾ ਪਹੁੰਚਿਆ ਉੱਧਰ ਬਹਾਦਰ ਸਿੰਘ ਜੀ ਸ਼ੇਰਗਲ ਵੀ ਵੇਖਦੇ ਆ ਵੀ ਪੈ ਗਈ ਆ ਕਬੱਡੀ ਅਤੇ ਵੇਖਦੇ ਹਾਂ ਇਸ ਨੌਜਵਾਨ ਨੂੰ ਡੱਕਣ ਦੀ ਕੌਣ ਕੋਸ਼ਿਸ਼ ਕਰਦਾ ਆ ਚਾਰੇ ਜਾਫੀ ਜਾਦਾ ਸੁਰਖਪੁਰੀਆ ਇੱਥੋਂ ਦਾ ਜਾਂਪਲ ਸੁਖੀ ਹੈਪੀ ਅਤੇ ਆਹ ਵੇਖ ਲਓ ਸੰਦੀਪ ਅਤੇ ਸਵਾਨੇ ਦਾ ਫੈਸਲਾ ਪੁਆਇੰਟ ਜੋੜਦਾ ਹੋਇਆ ਇੱਧਰ ਰਾਜਨ ਮਹਿਲ ਵੇਖਦਾ ਵੀ ਫੈਸਲਾ ਜਾਂਦਾ ਹੋਇਆ ਵਨਹਣ ਦੀ ਟੀਮ ਦੇ ਹਿੱਸੇ ਜੋੜਦਾ ਹੋਇਆ ਮਹਿੰਦਰ ਸਿੰਘ ਜੀ ਮੋੜ ਅਤੇ ਫਿਰ ਇੱਧਰ ਪਈ ਆ ਕਬੱਡੀ ਗਗਨ ਨਾਗਰੇ ਦੀ ਪਈ ਆ ਕਬੱਡੀ ਜਸਪਾਲ ਸਪਾਲ ਸਿਆਂ ਵੇਖ ਲਾ ਸੋਨੂੰ ਅਤੇ ਉੱਧਰ ਪੰਡਿਤ ਆਹ ਵੇਖ ਲਾ ਗੱਲ ਕਿੱਧਰ ਨੂੰ ਜਾਂਦੀ ਆ ਪੁਆਇੰਟ ਜੋੜਦਾ ਹੋਇਆ ਆ ਪਹੁੰਚਾ ਆਪਣੀ ਟੀਮ ਦੇ ਲਈ ਚੱਲ ਬਈ ਪੁੱਤ ਗੱਭਰੂ ਹੋ ਗਏ ਨੇ ਮਾਵਾਂ ਹੱਥੋਂ ਚੂਰੀਆਂ ਖਾ ਕੇ ਕੌਡੀ ਖੇਡ ਹੈ ਜੋਰਾਂ ਦੀ ਖੇਡੋ ਮੁੰਡਿਓ ਮਿਹਨਤਾਂ ਲਾ ਕੇ ਮੇਲਾ ਭਰਦਾ ਜਾਂਦਾ ਆ ਹਰ ਕੋਈ ਹੋਇਆ ਫਿਰੇ ਦੀਵਾਨਾ ਕੱਪ ਜਿੱਤਣੇ ਸੌਖੇ ਨਹੀਂ ਤਕੜਾ ਹੋ ਕੇ ਖੇਡ ਜਵਾਨਾ ਆ ਵੇਖ ਲਓ ਹਲਕਾ ਜਿਹਾ ਟੱਚ ਕਰਕੇ ਪੁਆਇੰਟ ਲੈ ਕੇ ਆ ਪਹੁੰਚਿਆ ਇਹ ਲਾਲਾ ਅਵੈਦ ਬੁੱਲਾ ਪਾਕਿਸਤਾਨ ਦੀ ਧਰਤੀ ਤੋਂ ਆ ਕੇ ਇੱਕ ਅੰਕ ਹੋਰ ਜੋੜਦਾ ਹੋਇਆ ਚੱਲ ਬਈ ਮੂਲੇ ਦੇਖਦੇ ਉੱਧਰ ਨੌਜਵਾਨ ਜੱਗਾ ਮੂਲੇ ਵਾਲ ਖਹਿਰੇ ਵਾਲਾ ਬਿਲਕੁਲ ਪੂਰੀ ਤਿਆਰੀ ਦੇ ਵਿੱਚ ਉੱਧਰ ਮੋਹਸਨ ਬਾਲਾ ਅਤੇ ਆਹ ਵੇਖ ਲਓ ਇੱਥੋਂ ਦਾ ਜਾਂਬਲ ਖਿਡਾਰੀ ਇੱਕੋ ਜਿਹਾ ਸਰੀਰ ਇੱਕੋ ਜਿਹਾ ਕੱਦ ਕਾਠ ਪਰ ਪੁਆਇੰਟ ਜੋੜਦਾ ਹੋਇਆ ਆਪਣੀ ਟੀਮ ਦੇ ਲਈ ਇੱਕ ਅੰਕ ਹੋਰ ਵਾਧਾ ਕਰਦਾ ਚੱਲ ਬਈ ਨੌਜਵਾਨ ਬੜਾ ਨਾਂ ਸੁਣਿਆ ਆ ਕਹਿੰਦੇ ਬੜੀ ਭਾਰ ਆ ਬੜੀ ਫੁਰਤੀ ਆ ਤੇਰੇ ਵਿੱਚ ਅੱਜ ਲੈਸਟਰ ਦੇ ਖੇਡਦੇ ਮੈਦਾਨ ਦੇ ਵਿੱਚ ਕੁਲਵੰਤ ਸੰਘਿਆ ਵੇਖਦੇ ਆ ਆਹ ਵੇਖ ਲਓ ਨੌਜਵਾਨ ਨੇ ਪਹਿਲਾਂ ਬਗਲਾਂ ਭਰੀਆਂ ਸੀ ਸਾਹਮਣੇ ਸੁਰਖਪੁਰ ਦੀ ਧਰਤੀ ਦਾ ਨੌਜਵਾਨ ਪਰ ਆਹ ਵੇਖ ਲਓ ਭੱਜਿਆ ਜਾਂਦਾ ਪੁਆਇੰਟ ਲੈ ਕੇ ਆਪਣੀ ਟੀਮ ਦੇ ਕੋਲ ਜਾ ਪਹੁੰਚਿਆ ਚੱਲ ਬਈ ਖਾਲਿਦ ਮਿਹਰ ਦੀ ਪਈ ਆ ਕਬੱਡੀ ਕਹਿੰਦੇ ਜਿਹਦੇ 'ਤੇ ਮਿਹਰਾਂ ਹੋਣ ਰੱਬ ਦੀਆਂ ਉਹ ਸ਼ੇਰਾਂ ਵਾਂਗੂ ਬੁੱਕਦੇ ਫਿਰਦੇ ਆ ਅੱਜ ਖੇਡ ਮੈਦਾਨ ਦੇ ਵਿੱਚ ਅਤੇ ਸਾਹਮਣੇ ਆਹ ਵੇਖ ਲਓ ਅਤੇ ਫੈਸਲਾ ਚੁੰਨੀ ਪੱਤਰ ਦਾ ਫੈਸਲਾ ਜਾਂਦਾ ਹੋਇਆ ਬਹੁਤ ਹੀ ਵਧੀਆ ਸਲੋਹ ਦੇ ਸ਼ੀਰੇ ਸੰਮੀਪੁਰੀ ਦੇ ਹੱਕ ਦੇ ਵਿੱਚ ਫੈਸਲਾ ਚੁੰਨੀ ਪੱਤਰ ਦਾ ਫੈਸਲਾ ਜਾਂਦਾ ਹੋਇਆ ਚੱਲ ਵੇ ਗੱਭਰੂ ਆਪਾਂ ਕਬੱਡੀ ਕਿਉਂਕਿ ਚੁੰਨੀ ਪੱਤੜ ਵੀ ਬੜਾ ਤਕੜੇ ਖਿਡਾਰੀ ਰੈਫਰੀ ਵੀ ਬੜੇ ਤਕੜੇ ਅਤੇ ਸਵਾਨਾ ਕਹਿੰਦਾ ਚੜ੍ਹ ਜਾ ਸ਼ੇਰਾ ਗੱਡੀ ਕਹਿੰਦਾ ਫਿਰ ਨਾ ਕਹੀਂ ਆ ਜਾ ਪਾ ਦੇ ਕਬੱਡੀ ਇੱਧਰ ਸੰਦੀਪ ਨੰਗਲ ਅੰਬੀਆਂ ਵਾਲਾ ਵੇਖਦੇ ਹਾਂ ਇੱਧਰ ਰਣਜੀਤ ਸਿੰਘ ਟੰਡੇ ਨੇ ਬੜੀ ਚੌਣ ਕੇ ਟੀਮ ਬਣਾਈ ਆ ਅਤੇ ਉਹ ਵੇਖਦੇ ਹਲਕਾ ਜਿਹਾ ਟੱਚ ਕਰਕੇ ਸੰਦੀਪ ਨੰਗਲ ਅੰਬੀਆਂ ਵਾਲਾ ਦੇ ਕੋਲੋਂ ਸਲੋਹ ਦੀ ਟੀਮ ਦੇ ਲਈ ਇੱਕ ਅੰਕ ਦਾ ਹੋਰ ਵਾਧਾ ਕਰਦਾ ਹੋਇਆ ਚੱਲ ਬਈ ਫਿਰ ਪਈ ਆ ਕਬੱਡੀ ਗਗਨ ਨਾਗਰੇ ਦੀ ਪਈ ਆ ਕਬੱਡੀ ਬੜਾ ਸਮੱਧਰ ਜਿਹਾ ਸਰੀਰ ਪਰ ਫੁਰਤੀ ਵੇਖੋ ਅਤੇ ਡਬਲ ਟੱਚ ਅੱਗੇ ਕਦੇ ਕਦੇ ਡਬਲ ਟੱਚ ਹੁੰਦਾ ਸੀ ਹੁਣ ਹਰੇਕ ਚੌਥੀ ਪੰਜਵੀਂ ਰੇਡ ਦੇ ਡਬਲ ਟੱਚ ਹੋ ਜਾਂਦਾ ਆ ਅਤੇ ਚੱਲ ਬਈ ਇੱਧਰ ਜੱਸੇ ਪਰਸਰਾਮਪੁਰ ਵਾਲੇ ਦੀ ਫੇਰ ਪਈ ਕਬੱਡੀ ਸੰਦੀਪ ਮਾਰਦਾ ਥਾਪੀ ਵੇਖਦੇ ਹਾਂ ਇਸ ਫੁਰਤੀਲੇ ਜਿਹੇ ਖਿਡਾਰੀ ਨੂੰ ਡੱਕਣ ਦੀ ਕੌਣ ਕੋਸ਼ਿਸ਼ ਕਰਦਾ ਆ ਅਤੇ ਉਹ ਵੀ ਵੇਖਦਾ ਵੀ ਕਿਹਨੂੰ ਹੱਥ ਲਾਵਾਂ ਅਤੇ ਆਹ ਵੇਖ ਲਓ ਸੰਦੀਪ ਦੇ ਨਾਲ ਮੁਕਾਬਲਾ ਹੋ ਗਿਆ ਸੰਦੀਪ ਵੀ ਘੱਟ ਨਹੀਂ ਆਹ ਵੇਖ ਲਓ ਨੌਜਵਾਨ ਪੂਰੀ ਫੁਰਤੀ ਦੇ ਨਾਲ ਲੈਣ ਤੋਂ ਬਚਦਾ ਬਚਾਉਂਦਾ ਹੋਇਆ ਆਪਣੇ ਘਰ ਆ ਪਹੁੰਚਿਆ ਚੱਲ ਬਈ ਗੁਲਾਲ ਗੱਭਰੂਆ ਪਾ ਕਬੱਡੀ ਗੁਰਲਾਲ ਸਿੰਧੜੇ ਦੀ ਪਈ ਆ ਕਬੱਡੀ ਅਤੇ ਚਾਰ ਜਾਫੀ ਬਿਲਕੁਲ ਪੂਰੀ ਤਿਆਰੀ ਦੇ ਵਿੱਚ ਵੇਖਦੇ ਹਾਂ ਉੱਧਰ ਸਤਨਾਮ ਪੂਰੇਵਾਲ ਅਤੇ ਨਛੱਤਰ ਸਿਆਂ ਬਿੱਲੇ ਬੋਪਰਾਂ ਵਾਲਿਆ ਆਹ ਵੇਖ ਲਓ ਗੱਲ ਕਿੱਧਰ ਨੂੰ ਜਾਣੀ ਆ ਇਹ ਚੌਹਾਂ ਖਿਡਾਰੀਆਂ ਦੀ ਅਤੇ ਉੱਧਰ ਜੋਗਾ ਕੈਂਗਸਰੀ ਵਾਲਿਆ ਪ੍ਰੀਤਮ ਬੱਲ ਆਹ ਵੇਖ ਲਓ ਭਰ ਲਈਆਂ ਨੌਜਵਾਨ ਨੇ ਖੁੱਚ ਭਰ ਲਈ ਆ ਹੰਦੇ ਦੂਰ ਦਿਸਦੇ ਆ ਪਰ ਰਣਜੀਤ ਟੰਡਾ ਅੜੀਕਦਾ ਆ ਵੀ ਪੁਆਇੰਟ ਸਾਡੇ ਲਈ ਇੱਕ ਹੋਰ ਅੰਕ ਲਿਖਾ ਦੇ ਗੱਭਰੂਆ ਬਹੁਤ ਹੀ ਸੋਹਣਾ ਅੰਕ ਜੋੜਦਾ ਹੋਇਆ ਇਹ ਨੌਜਵਾਨ ਦਰਸ਼ਕਾਂ ਨੂੰ ਤਾੜੀਆਂ ਮਾਰਨ 'ਤੇ ਮਜਬੂਰ ਕਰਦਾ ਹੋਇਆ
चल बई जदों पैर पुटन गभरू धरती हिलदी आ नौजवान बड़ा टंडिया पिया शरीर आ मेहनत कीतियां तड़के उठ के जिन्हां ने मेहनत कीतियां अज उन्हां दा नां चलदा इन्हां ग्राउंडां दे विच आ वेख लो बहुत ही फरतीला जिहा पॉइंट लैके अपनी टीम दे कोल आ पहुंचिया ये नौजवान ते उधर सिख बहुत ही वधिया सिख चन वाले इन्हां खिडारियों नूं अपने कैमरे दे विच बंद करदे होए ते फिर वेखदे आ सामने कबड्डी उधर भजन सिंह जी ढेसी भी बैठे वेखदे आ बई आ पॉइंट लैके खालद मेहर कित्थों आ गया बहुत ही वधिया पॉइंट जोड़ के अपनी टीम दे हौसले बुलंद करता होया उधर दुनिया का सुपरस्टार ते नाल पिंदा मठड्डा बोलां दा बनजारा जिहनूं सारी दुनिया जाणदी आ पहला मेरे तो कमेंट्री करके गया ते बिल्कुल सामने वेखदे आ गल इत्थे दे जंपल खिडारी दे नाल गल की होनी आ पॉइंट जोड़दा होया सवाने दा फैसला जांदा होया धावी दे हक दे विच चल बई गगन नागरां वाला बिल्कुल मेरे नेड़े पिंड तों पा दित्ती इस गभरू ने कबड्डी ते उधर वेखदे आ जग्गा मूलिक वाल खैरा वाला भी बिल्कुल पूरी तैयारी दे विच ते आओ वेखदे आ पूरी कोशिश कीती सी पर पॉइंट लैके रणजीत सिंह ढंडे दे कोल आ पहुंचिया ये नौजवान क्योंकि दोनों टीमें इको जिहियां आ इको जे तकड़े तकड़े खिडारी आ इधर शीरा समीपुरी आ बड़ी तकड़ी कबड्डी भी खेडी ते अज सामने वेखदे आ पाई हुई कबड्डी की गल करदे आ ये आ लाला अवैद ते पाकिस्तान की धरती आ ये पंजाब भी मेरा वो पंजाब भी मेरा दोवें सरहदा तोड़ दियो आ वेख लो सवाने का फैसला डबल टच का फैसला जांदा होया धावी दे हक दे विच उधर इंग्लैंड कबड्डी फैडरेशन के प्रधान सतनाम सिंह सत्ता मठाडा वाले ने ते सुरेंद्र माणक सतनाम सिंह जी गिल जिन्होंने दस्या भी जेडे खिडारी नशे कोई भी देखोगे तो उसनू कहिंदे जहाज जहाजे चढ़ाड़ दिता जाऊगा उन्हां दे फैसला ते पॉइंट जांदा होया एक अंक का होर वाधा करता होया पंजाब यूनाइटेड बोलवंड दे हिस्से जोड़दा होया दर्शकों तो बगैर मेले नहीं फपदे जवानों ते ग्राउंड फपदे है इन्हां नौजवानों के नाल बहादुरां के नाल बब्बर शेरां के नाल और स्लो कबड्डी क्लब के बहुत वधिया धावी दी इस वेले कबड्डी पई है एक नंबर के उपर बहुत वधिया मौड़ सुखा लगा खूबसूरत अंदाज के नाल जस्सा परसरामपुरी अगलियां टीमां हाले पहुंचियां ने ईर्त विलेज एंड बारकिंग दियां क्लबां नूं बेनती है पतारा साहब वल्लों बई इस मैच की समाप्ति तो पहला पहला दोनों टीमां ठीक है सर ईर्थ ते बारकिंग दोनों क्लबां नागरा गगन नागरा और जग्गा लगा बे तू अपनी गेम खेड जवाना जग्गा रैफरी ने अपने काम करने हैं तू अपना काम करना वेख्या ही जदों टेंशन डिवर्ट हो जाती है खिडारी दी ते फिर आस नहीं की जा सकती वधिया रिजल्ट दी आ जाओ लाला अबैदुल्ला कंबोज 2011 2012 2013 दे विच पाकिस्तान वालों वर्ल्ड कप खेडन आया पंजाब की सरजमी के उपर सुलो वालों कबड्डी पाउंदा है लाला अबैदुल्ला दो भाई खेडते हैं और सामने जफ्फा भरिया बहुत ही वधिया ढंग दे नाल कोई मौका नहीं लाले नूं हुण ये लाला जिन्हों कहिंदे आ पिछले सालों के भी ये समझौता एक्सप्रैस आ लाहौर तो चलती है पर डक ली है बहुत वधिया हैप्पी आलूवाल ढेरिया ने सिंधना का गुरलाल इस वेले मैदान दे विच कबड्डी पाउंदा है बहुत वधिया खेड कबड्डी खूबसूरत अंदाज दे नाल कबड्डी कबड्डी होई पई है और घुद्दा काला संघिया का घुद्दा और बहुत वधिया जफा अज माण है सानू केसर सिंह जी धारीवाल साहब और नाल मेरा वीर पिंदा मठड्डा मैदान दे विच रणजीत ढंडे दी टीम वधिया खिडारी बारकिंग ते ईर्थ विलेज दीआं टीमां वधिया खिडारी हर साल लैके आउंदे ये माण है सानू वख-वख टीमां दे विच
इस वेले बहुत तगड़िया टीमां ने सारिया ही उधर लाला कबड्डी पाउंदा अबैदुल्ला सिंह सभा कबड्डी क्लब सरोह वालों और कबड्डी का महान जाफी बन जा रहा छोटी उम्र के वड्डियां उलांघा और फैसला स्वर्णे का फैसला और नंबर हो गया धावी का खालिद मुहम्मद पाकिस्तान दे ऐतकी 12-13 खिडारी खेडण आए ने पाकिस्तान तो मेरे वीरो वड्डी शमूलियत है और फिर लगा कुदा जफा लाया गोल्डी और फैसला चुनी पत्तर दा हाथ पाया और गोल्डी चेयरमैन ने दिता माण कुदे नूं हीरा समीपुरिया जसा परसरामपुरिया और मैदान दे विच रणजीत टंडा नाजर सौं दा लखते जिगर बाबा बसंत सौं दा पोता और हिम्मत टंडा करमजीत टंडा और शौक है कबड्डी का और जसा परसरामपुरिया यह बहुत वधिया सुरखपुरिया जिथों का बब्बर शेर दुल्ला खेडदा कबड्डी और पेंडू यह ज्यादा सुरखपुरिया बगलां भरिया कोई मौका नहीं परसरामपुरिया इनू कहिंदे पकड़ मजबूत बना ला तू कबड्डी खेडनी है जवाना तो नागरा पा कबड्डी हो पा नागरे कबड्डी उधर रंधावा प्यारा सिंह रंधावा कुलवंत सिंह संघा तो नाल भलवान बीड बंसिया का ये ना खजाना मंत्री साहब रेशम जी अज वधाइया ने तुहानू बहुत सारिया के हिंकली यूनाइटेड क्लब फुटबॉल क्लब वैजीटेरियन ढाबा भलवान जी वैजीटेरियन ढाबा बलबीर सिंह का बड़े वाजब रेटा के उपर सारी संगत की सेवा होगी ये प्यारा सिंह रंधावा जी बारकिंग की टीम अजे तक मैदान के नहीं पहुंची बारकिंग की टीम को बेनती है कि मैदान के लाले की कबड्डी पई है लाला संदीप लाओ जफा हा हा बल्ले कूनर पहलवान हरभजन सिंह का लखते जिगर बाप ने पहलवानी की है रुस्तम हिंद बनया भारत माल सम्राट के टाइटल जिते और इस वेले रुस्तम कबड्डी का हर कोई नहीं रुस्तम अखवा सकता बंदे आउंदे बेगिनत जहान दे विच जित उहनां दे चुम्मदी पैर वेखी जिउंदे जग ते पूरी जो शान दे विच कोछड़ जग खिडारी दी सिफत करदा होवे हौसला जिस जवान दे विच ओह जित हार दी नहीं परवाह करदे ते छाती ताण के आउण मैदान दे विच कुद्दे कोलों नंबर लै के आ गया गुरलाल इदणा क्लब खेडदी है उधर सामने मखण बैंस ओह भी पहुंचिया कुलवंत चठा पाली चठा अज माण है सानू इन्हां वीरां उपर भीमा जी कबड्डी कबड्डी है परसरामपुरी है जसे दी वेखो जसे दी कबड्डी वेखदा भलवान बीड़ बंसियां दा इक लाते भंगड़े पाउंदा फिर अज भंगड़े पहिणगे जदों मैच होवेगा लैस्ट दी कबड्डी टीम दा लड्डू रेशम भाव कबड्डी हल्का जिहा ये बहुत वधिया पंजाब यूनाइटेड वालों कबड्डी पाई है खालिद मुहम्मद ने खालिद मुहम्मद पाकिस्तान का खिडारी तो लोग धामी जी विशेष तौर पर पहुंचे अगो हट जा जवाना अगो हट जा जसिया गोल्डी का लगते जिगर अगो हट जा जवाना अगो हट जा बहुत वधिया रेड पाओ लाला कबड्डी लै भी हैप्पी कूनर जवाना सुखे तो जादे आ गया जे पाकिस्तान का कबड्डी का महान रुस्तम कबड्डी पाने वास्ते मैदान दे विच बहुत वधिया बहुत मारिया ला के नौजवान ने यह दुनिया मंदी जोरां नूं ये दुनिया नहीं कमजोरां दी ये जगत नहीं बीमारां दा ये रण है वीर बहादुरां दा ये पिड़ है शाह सवारां दा ये दुनिया मंदी जोरां नूं जोर ते जवानी इहो उमरां दी खेड इहदे विच हुंदा यारो साना वाला भेड़ साना दीआं टकरां वेखो सामने वाला ला जवाना जफा उहनूं कहिंदे गगन नागरा ऐ कुंडियां दे सिंघ फस गए कोई नितरू वड़ेवें खाणी ओए कुंडियां दे सिंघ फस गए कोई नितरू वड़ेवें खाणी आओ राजन माल ने प्यार दिता रणजीत टंडे ने स्वागत किया भी आ गया जवान नंबर लै के आओ सामने वधिया गड्डी रखण दा शौक है हिम्मत नूं ते नाल बाप नूं शौक है कबड्डी दा बाप कहिंदा तैनूं तेरा शौक मुबारक ते मैनूं मेरा शौक मुबारक दोवें बाप माण है सानूं के प्यार सत्कार दिंदे ने और कबड्डी की इस वेले वड्डी गल करिए
ਤੇ ਜਲਾਲ ਪਿੰਡ ਉੱਚਾ ਹੋ ਗਿਆ ਵੀ ਜਿੱਥੋਂ ਪਾਲਾ ਜਲਾਲ ਖੇਡ ਗਿਆ ਪਿਛਲੇ ਸਾਲ ਪੰਜਾਬ ਯੂਨਾਈਟਡ ਵੱਲੋਂ ਐਤਕੀ ਗੁਰਲਾਲ ਜਲਾਲ ਕਬੱਡੀ ਪਾਉਂਦਾ ਮੈਦਾਨ ਦੇ ਵਿੱਚ ਜੱਗਾ ਆਲੂਵਾਲ ਢੇਰੀਆਂ ਦੀਆਂ ਗੱਲਾਂ ਹੋਈਆਂ ਇੱਕ ਜੱਗਾ ਮੂਲੇਵਾਲ ਖਹਿਰਿਆਂ ਦਾ ਇਹ ਹੈ ਘੁੱਦਾ ਕਾਲਾ ਸੰਘਿਆਂ ਦਾ ਨੰਬਰ ਸਿੰਧੜਾਂ ਵਾਲੇ ਗੁਰਲਾਲ ਦੀ ਕਿਉਂਕਿ ਪਾਲੇ ਨਾਲ ਖੇਡਿਆ ਅਤੇ ਨਾਲ ਵੱਢਣ ਲੱਗ ਪਿਆ ਪਾਲਾ ਜਲਾਲ ਭਾਵ ਕੰਬੋਜ ਕਬੱਡੀ ਔਰ ਇਸ ਦੇ ਨਾਲ ਫੈਸਲਾ ਹੋ ਗਿਆ ਦਰਸ਼ਕ ਵੀਰੋ ਵੀ ਸਲੋਹ ਅਤੇ ਪੰਜਾਬ ਯੂਨਾਈਟਡ ਦਾ ਇਹ ਮੁਕਾਬਲਾ ਇੱਥੇ ਸਮਾਪਤ 37 ਪੁਆਇੰਟ ਜਿਹੜੇ ਆ 37 ਪੁਆਇੰਟ ਪੰਜਾਬ ਯੂਨਾਈਟਡ ਵੁਲਵਰ ਹੰਟਨ ਦੇ 30 ਪੁਆਇੰਟ ਜਿਹੜੇ ਆ ਸਿੰਘ ਸਭਾ ਸਲੋਹ ਦੇ ਪੰਜਾਬ ਯੂਨਾਈਟਡ ਵੁਲਵਰ ਹੰਟਨ ਦੀ ਟੀਮ ਜਿਹੜੀ ਜੇਤੂ ਆ ਹਾਂਜੀ ਬਾਰਕਿੰਗ ਜਿਹੜੀ ਆ ਉਹ ਟਾਸ ਜਿਹੜੀ ਜਿੱਤ ਗਈ ਆ ਅਤੇ ਬਾਰਕਿੰਗ ਦੀ ਟੀਮ ਜਿਹੜੀ ਆ ਉਹਨਾਂ ਦੀ ਰੇਡ ਆ ਪਹਿਲੀ ਕਬੱਡੀ ਪੈਣ ਲੱਗੀ ਆ ਬਾਰਕਿੰਗ ਦੀ ਕੰਨਿਓ ਤਰਨ ਤਾਰਨ ਦੀ ਧਰਤੀ ਸਭਰਾਵਾਂ ਪਿੰਡ ਵਾਲੇ ਗਗਨ ਦੀ ਕਬੱਡੀ ਮਿੱਤਰੋ ਪੈ ਗਈ ਆ ਗਗਨ ਦੀ ਕਬੱਡੀ ਸਭਰਾਵਾਂ ਵਾਲੇ ਦੀ ਮੂਹਰੇ ਚਾਰੇ ਜਾਫੀ ਗਿੰਦਰ ਭੂਰਾ ਪਿੰਡ ਦੀਪੇ ਘੋਲੀ ਦੇ ਨਾਲ ਹਲਕਾ ਜਿਹਾ ਟੱਚ ਹੋਇਆ ਤਾਂ ਪਹਿਲਾ ਡੇਢ ਪੁਆਇੰਟ ਗਗਨ ਸਭਰਾਵਾਂ ਵਾਲੇ ਦੇ ਹੱਕ ਦੇ ਵਿੱਚ ਪਹਿਲਾ ਡੇਢ ਪੁਆਇੰਟ ਗਿਆ ਬਾਰਕਿੰਗ ਦੇ ਹੱਕ ਦੇ ਵਿੱਚ ਇੱਧਰ ਲੈਂਬਰ ਸਿੰਘ ਜੀ ਲਿੱਦੜਹੁਣੀ ਗੁਰਵਿੰਦਰ ਕਾਲਵਾਂ ਵਾਲਾ ਅਜਮੇਰ ਸਿੰਘ ਮੇਲਾ ਗੁਰਮੀਤ ਔਲਖ ਅਤੇ ਕਬੱਡੀ ਈਰਥ ਬੁਲੀ ਦੀ ਕਨੀਓ ਅਮਰੀਕ ਸਿੰਘ ਜੀ ਬੋਪਾ ਰਾਏ ਗਗਨ ਜੋਗੇਵਾਲ ਦੀ ਧਰਤੀ ਗਗਨ ਦੀ ਕਬੱਡੀ ਸਿੰਘ ਸਰਦਾਰ ਚਾਰੇ ਜਾਫੀ ਫਿਰੋਜ਼ਪੁਰ ਦੀ ਧਰਤੀ ਦੀ ਗੱਲ ਮਿੱਤਰੋ ਹੋਣ ਲੱਗੀ ਆ ਮੂਹਰੇ ਇੱਕ ਕਨੀ ਜੱਗਾ ਬਿੱਲੀ ਭੁੱਲਰਾਂ ਅਤੇ ਨਾਲ ਮੁਕਾਬਲਾ ਮਾਜੂ ਔਲਖ ਦੇ ਨਾਲ ਮੁਕਾਬਲਾ ਹੁਣ ਵੇਖਣਾ ਬਈ ਪੁਆਇੰਟ ਜਿਹੜਾ ਪਹਿਲੀ ਰੇਡ ਆ ਅਤੇ ਪੁਆਇੰਟ ਜਿਹੜਾ ਗਿਆ ਗਗਨ ਸਿੰਘ ਸਰਦਾਰ ਈਰਥ ਬੁਲੀ ਦੇ ਖਾਤੇ ਵਿੱਚ ਉੱਧਰ ਲਾਲਾ ਖੜਾ ਵੇਖਦਾ ਜੈਲਾ ਹੁਸ਼ਿਆਰਪੁਰੀਆ ਸੁਰਿੰਦਰ ਮਾਣਕ ਸਾਰੇ ਜਿਹੜੇ ਆ ਆਪਣੇ ਈਰਥ ਬੁਲੀ ਦੇ ਜਿੰਨੇ ਵੀ ਪ੍ਰਮੋਟਰ ਆ ਪੂਰੇ ਹੱਲਾਸ਼ੇਰੀ ਦਿੰਦੇ ਆ ਬਈ ਕਬੱਡੀ ਚੱਕਾਂ ਵਾਲੀ ਵਾਲੇ ਮੰਨੇ ਦੀ ਮਿੱਤਰੋਂ ਪੈ ਗਈ ਆ ਮੂਹਰੇ ਇੱਕ ਕੰਨੀ ਸੈਫੁੱਲਾ ਨਾਲ ਮਨੀ ਧਨੌਰੀ ਦੀਪਾ ਘੋਰਲੀ ਭੂਰੇ ਪਿੰਡ ਵਾਲਾ ਮਾਝੇ ਦੀ ਧਰਤੀ ਗਿੰਦਰ ਭੂਰਾ ਪਿੰਡ ਹੁਣ ਵੇਖਣਾ ਭਈ ਦੀਪੇ ਹਾਂਜੀ ਪੁਆਇੰਟ ਬਿੰਦਰ ਪੁਆਇੰਟ ਪੁਆਇੰਟ ਜਿਹੜਾ ਡਬਲ ਟੱਚ ਦਾ ਬਾਰਕਿੰਗ ਦੇ ਖਾਤੇ ਵਿੱਚ ਬਾਰਕਿੰਗ ਦੇ ਖਾਤੇ ਵਿੱਚ ਮਾਨੇ ਚੱਕ ਵਾਲੀ ਦੇ ਖਾਤੇ ਵਿੱਚ ਪੁਆਇੰਟ ਜਿਹੜਾ ਬਿੰਦਰ ਮਾਹਲ ਦਾ ਫੈਸਲਾ ਚੱਲੋ ਮੱਖਣਾ ਪਾਵੇ ਸ਼ੇਰਾ ਕਬੱਡੀ ਮੱਖਣ ਮੱਖੀ ਪਿੰਡ ਸੰਧੂਆਂ ਦੇ ਪਰਿਵਾਰ ਦੀ ਗੱਲ ਮਿੱਤਰੋ ਕਰੀਏ ਮੱਥਾ ਟੇਕਿਆ ਉਸ ਧਰਤੀ ਮਾਂ ਨੂੰ ਤੇ ਯਾਦ ਕੀਤਾ ਉਸ ਵਾਹਿਗੁਰੂ ਨੂੰ ਤੇ ਕਬੱਡੀ ਪਈ ਆ ਮੱਖਣ ਸੰਧੂ ਦੀ ਕਬੱਡੀ ਮੂਹਰੇ ਪਾਲਾ ਇੰਦਰਾ ਵਾਲਾ ਮਾਜੂ ਔਲਖ ਜਗਦੀਪ ਮਨਰਾਈਆਂ ਜੱਗਾ ਬਿੱਲੀ ਭੁੱਲਰਾਂ ਕਿਹਦੀ ਹੈਕ ਵਿੱਚ ਵੱਜਦਾ ਮਧਰੇ ਕੱਦ ਵਾਲਾ ਗੱਭਰੂ ਮੂਹਰੇ ਕੋਠੇ ਜਿਹੜਾ ਗੱਭਰੂ ਪਾਲਾ ਇੰਦਰਾ ਦੀ ਧਰਤੀ ਵਾਲਾ ਹੋ ਗਿਆ ਮੂਹਰੇ ਹੁਣ ਵੇਖਣਾ ਬਿਲਕੁਲ ਹੰਧਿਆਂ ਦੇ ਮੂਹਰੇ ਪਰ ਤਕਨੀਕੀ ਪੁਆਇੰਟ ਈਰਥ ਬੁਲੀ ਦੇ ਖਾਤੇ ਵਿੱਚ ਪੂਰੇ ਖੁਸ਼ ਆ ਉੱਧਰ
लाला भी पूरा खुश है। लाला कहिंदा वे मित्रो इधर बग्गे पढ़ाने वाले की कबड्डी पई आ, मूहरे चारे जाफी पूरी तैयारी दे विच, एक कनी उधर भूरे पिंड वाला पट्टी के नेड़े पिंड श्री हरिमंदर साहब की धरती की गल करिए, उन्होंने शहीदों की गल करिए जिन्हों की याद के बच्च खेड़ मेले मित्रो, तो इधर भूरे पिंड वाले गेंद्र के नाल हल्का जिहा मुकाबला, ये फिरोजपुरी बग्गा पढ़ाने पिंड वाला, उधर हरविंदर अपने वीर बांसिया वाला लड्डू ते नाल इधर गल करते हैं कुलवंत सिंह, बड़ी देन है इन्हां दी, ते प्यारा रंधावा ते जगदीप जगे बिल्ली पुलरां वाले दे नाल, ए आ बहुत ही लंबे समय तो इन्हां ग्राउंडां दा शिंगार दुनिया के कोने कोने विच खेडिया, ये आ सुखी लखण के पड्डे वाला कपूरथले दी मित्रो धरती, ते उधर कबड्डी जग्गा गुरदासपुरी दुर्गाबाद पिंड दे नां नाल मशहूर गुरदासपुर बाला जग्गा, ते उधर दीपा कोहली इथों दा कलक्कर जाफी, हुण पता लगना दीपिया मित्र एक पासे पंजाब तो आया गभरू, ते इधर दीपे दे नाल मुकाबला, हुण पता लगना पे किन्ने क पानी बेद विच है, उधर दीपा भी चढ़दी उमर, टाइम जिहड़ा दीपे दे हक दे विच हो गया, पॉइंट जिहड़ा इस ईर्थ बोली दे हक दे विच पॉइंट हो गया। कोचर साहब जी आ जाओ, अज तुहाडे भी बोल सुनीए, ते इधर क्योंकि सारे ने आपां हाजरियां लवाउणियां, गगन जोगेवाल दी धरती फिरोजपुरी गगन मूहरे चारे जाफी पाला इंद्रा वाला माजू ओलख नाल जगदीप मनराइया, उधर हम पता लगना भाई बिल्ली भुलना वाले जगे दे नाल हुंदा मुकाबला, जां इंद्रा वाला पाला पाउंदा हथ भरे मेले दे विच, पर गगन भी घट नहीं, आ वेख लो तिलकदा जांदा गभरू ते बिलकुल हंदियां दे नेड़े, पॉइंट जिहड़ा ईर्थ बोली दे हक दे विच एक अंक दा होर वाधा होया। चल वे पा वे कबड्डी शेरा, ये आ बहुत ही वधिया परिवार, बाबे ने कबड्डी बड़ी तकड़ी खेडी आ, जोते सवरावां वाले दा पोतरा है गभरू, हुण पता लगना भाई गगन सवरावां दी धरती वाला गोरा चिट्टा रंग आ गज चौड़ी छाती, ते हुण वेखना भाई किहनूं टच करदा नाल मुकाबला, एक पासे चढ़दी उमर इंग्लैंड दा जंपल ते दूसरे पासे ए जोते दा पोतरा, ये आ सवरावां पिंड वाला गगन, अंक जिहड़ा गया पॉइंट जिहड़ा गया इस बारकिंग दे हक दे विच गया। उधर कुलवंत सिंघा वह भी लड्डू नूं दसदा है भाई मेला भरी जांदा मित्रा, मैच पूरे खड़कदे आ, पिछे दीपे मौली वाले ने फैसले देने आ, ते कबड्डी पई आ मक्खण मक्खी संधू दी कबड्डी पई आ, उधर मूहरे चारे जाफी पूरी तैयारी विच, उधर इंग्लैंड कबड्डी फैडरेशन नूं अज मुबारकां मिलदियां, अज बधाइयां मिलदियां भाई, आ जिहड़ा ड्रग दा जिहड़ा आ जिहड़ा वड्डिया तुसीं जिहड़ा सारे जिहड़े खिडारी जिहड़े आ उहनां दे टैस्ट होए आ, हुण भी जिहड़े टैस्ट होए आ खिडारी सारे जिहड़े आ पास होणगे उही खेडणगे, नहीं तो मित्रों फ्लैटां बुक हो जाणियां नाल दी नाल, ते बहुत ही वधिया उपराला इंग्लैंड कबड्डी फैडरेशन दा, सारियां क्लबां ने ये जिहड़ी रल मिल के फैडरेशन बनाई आ, सारियां क्लबां दा साथ आ, ते अज मित्रों वधाई दी पात्र इंग्लैंड कबड्डी फैडरेशन ते कबड्डी मन्ना चक्का वाली पॉइंट मन्ने दे हक दे विच। इधर सोखा ढेसी देश प्रदेश दे विच भी गल्लां सोखियां होणियां, फोटो लगणियां, पता लगना भई उत्ते आ ढेसी रिपोर्टां किधरलियां लिखदा, किहड़ा जाफी निकलू अज बेस्ट, किहड़ा धाबी पौंदा कबड्डियां खिच खिच के, ते उधर मित्रा पता लगणू भई कप उही चकणगे जिन्हां दे डौलियां पट्टां विच जाना सुखी लखण के पड्डे वाला आ जांदा माजू भज्जिया। बहुत ही लंबे समय तो जस्से सिद्धवां वाले दी जोड़ी सुखी नाल बणी आ, संदीप लल्लियां वाले दी जोड़ी बणी आ, बड़े तकड़े खेडे आ, ते अज कबड्डी जिहड़ी ईर्थ बोली जबलों कबड्डियां पाउंदा, उधर सैफ उल्ला चोर पजकियां दिंदा है, ते नाल दीपा कोरली गिंदर पूरे पिंड वाला, ते आया सैफ उल्ला बहुत ही वधिया छोटे लाले दे नां नाल मशहूर लाले अवैध उल्ले दा छोटा वीर, ते उधर बग्गा पढ़ाना जिंद जिहड़ी है, हुण पता लगना पे मित्रा भट्ठी विच पए दाणियां वांगू तड़फदी फिरदी है, पॉइंट जिहड़ा इस छोटे सैफ उल्ले दे हक दे विच बहुत ही वधिया पॉइंट सैफ उल्ले दे हक दे विच। चलो गगन पाओ शेरा कबड्डी, गगन कौडी कौडी करदा है, जा पहुंचा चौहान जाफियां दे कोल, चारे जाफी पूरी तैयारी दे विच, इधर इंद्रा वाला पाला हुण वेखना पे हल्का जिहा टच, ते अख्तर चक टड्डियां वाले दा फैसला फैसला जिहड़ा ईर्थ बोली दे हक दे विच गया। उधर इंग्लैंड कबड्डी दे फैडरेशन दे साबका प्रधान लैंबर सिंह जी कंग साहब नाल सारी क्लब की सपोर्ट आ, बस चढ़ के वधिया टीम जिहड़ी आ बणाउंदे हरेक साल,
ते इधर कबड्डी पई आ दुर्गाबाद वाले जगे गुरदासपुरी दी जिहड़ा पॉइंट गया इस बारकिंग दे हक दे विच सिंह सभा। उधर आपां गल करिए सिख चैनल दी 840 सिख चैनल दे मित्रों आ सारा जिहड़े परिवार आ साडे बैठ के घर घर जिहड़ा ये आनंद माणदे कबड्डी दे खेड मेले वेखदे आ बाद चढ़ के सिख चैनल की सपोर्ट करिए आने वाले सालों में भी आपां नूं पूरा सहयोग रहे रहे इस सिख चैनल का। इस तरह जिहड़े ये पंजाबियों के चैनल आ जिहड़े चलते रहन ता कि साडियां भी जिहड़ियां गल्लां सुनिया कीतियां जा सकन। इन्हां चैनलों के उत्ते मिनी बोट ब्रेक हो गई आ जोते का पोता सबरावा पिंड माझे की धरती का मजैल सामने जुड़ गए उन्होंने सामने बहुत वधिया मुकाबला हिक दे जोर दे नाल उधर पूरा कोना पिंड भिखी पिंड का इलाका तन 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 बाबा दीप सिंह शहीद का जन्म स्थान पऊ पिंड गगन जोगे वाली आ पा भी कबड्डी जगया नहीं दिसा। गुरद्वारा गुरु तेग बहादुर साहब जिन्होंने 5000 पाउंड लैस्टर कबड्डी क्लब नूं मान भेजिया असीं उन्हां दे बहुत धन्नवादी हाँ। गुरद्वारा श्री दशमेश साहब जी, गुरद्वारा श्री अमरदास साहब जी, गुरद्वारा श्री रविदास साहब जी, सरदार अजैब सिंह जी मट्टू, सरदार कुलवंत सिंह जी संघा इन्हां वल्लों 2500 पाउंड जिहड़ा है ये क्लब लई मान सन्मान। सरदार पैरा सिंह जी रंधावा चेयरमैन साहब वालों 2000 रुपया, 2000 हरविंदर सिंह जी विरक भलवान बीड़बंसिया ते मन्ना इस वेले चाकां वाली दा डेरा बाबे नानक दा माझे दी धरती दा मजैल अमर सौं कबड्डी खेडे बहुत तगड़ी अगो पुत खेडदे कबड्डी आ गगन खैरियां दा जफा आ जीत सौं लखन के पड्डे दा लखते जिगर इस वेले कबड्डी पाउंदा मैदान दे विच सुखी लखन के पड्डे दा डाली लखन के पड्डे दा सुखी लखन के पड्डे दा जगतार लखन के पड्डे दा महान खिलाड़ियों का पिंड मिस्टर रशीद क्राउन क्रैसट वाले 2000 रुपये का मान भेजते हैं साढ़े लैस्टर कबड्डी क्लब लई। और सामने लगा जे पाला इंद्रा का जिन्हों कहते शक्तिमान आ गया मैदान बगल भरन कोशिश करता होया मारिया धक्का नौजवान ने भरी बगल आह पाला ऐ हंध्या के उपर आके ए हथ जोड़ दी सैशन जज मोहरे भगते नू कैद ना करी। मुझे कोई गम नहीं है, अगर गम है तो ये गम है मेरी कश्ती जहां डूबी वहां पानी बहुत कम है, वहां पानी बहुत कम है। पाउंड रुपये की गल कहता भलवान कोठड़ साहब पाउंडा की गल करो, मैं क्या कोई गल नहीं पाउंडा की गल। संजू साहब 1000 पाउंड, गुरदावर सिंह जी GTA 1000 पाउंड, भलवान जी पाउंड ही है हुण पाउंडा की गल ही होनी है। आ गया मखण मखी बिकर सिंह संधु भिखी पिंड का इलाका आ गया मखी पिंड मखी कलां संधु परिवार का बिकर सौ का लाडला बहुत वधिया कबड्डी का वारस बन गया और माझे की धरती का बबर शेर बन गया। सिख टैंपल वुल्वर हंटम मैं बेनती करांगा शीरा जी नूं रोगन साहब शिंदा समरा मार्केट बेनती करांगा कि वह टीम लैके अपनी मैदान दे विच पहुंच जाण अगले मैच लई। और सामने लगा फिर गगन खैरियां दा बहुत वधिया कैंची वजी है जवानों बगल भरी है कबड्डी च कैंची सेंट्रल जेल हुंदी है ते सेंट्रल जेल जग्गा दरगाबाद दा जग्गा दरगाबाद दा बहुत वधिया नंबर हो गया खूबसूरत अंदाज दे नाल ईट विलेज दा सुरेंद्र मानक जी सलेस्टर लेकिन शौक कबड्डी दा वधिया खिडारी पालन दा शौक गगन जोगे वाली आया कबड्डी खेडण वास्ते। ईस्ट वेस्ट तों बिट्टू ते जसवीर सिंह 1000 पाउंड मान भेजदे हन, कुलवीर सिंह जी 1000 रुपए का पाउंड का मान भेजते हैं, DK ट्रांसपोर्ट वाले 1000 पाउंड, रवि सैमगज फैशन 1000 और जिंदर AB क्लोथिंग वाले आ जाता जे जोते का पोता है गगन मित्रों पूरा है कबड्डी मगन मित्रों
दादे वांगू ये भी सारे काम जानदा पा लेंदा कौडी फड़ना भी जानदा सिंहपुरे वाला राणा कोछड़ सच लिखदा देन अल मुल्ली मिली वड्डी जट नू एवें नहीं गगन मशहूर हो गया विरसे चो मिलीए कबड्डी जट नू विरसे चो मिलीए कबड्डी जट नू लड्डू ते नेका मैरी पुरिया कलवकड़ियां पैंदियां ने खेडां दे विच हाणी मिलदे मेलियां दे विच मित्र मिलदे खेडां दे विच हाणी कुंडियां दे सिंह फस गए कोई नितरू बड़े में खाणी उधर बिंदर महल राजन महल बिंदर कंचियां वाला नाल जैला हुशियारपुरिया मन्ना चाकां वाली का कबड्डी पाउण चलिया है दर्शक वीरो माझे की गल करा तो कृपाल साहब की गल आउंदी है महिंदर मम्मण के कबड्डी खेडिया बहुत तकड़ी शहबाजपुरी कबड्डी खेडिया आ करतार सिंह वाली नंगल सुचा छप्पा पप्पू ये बहुत वधिया खिडारी सामने चाकां वाली पिंड डेरे बाबे नानक का गुरबख्शा जिन्हों निहंग कहिंदे सी कबड्डी का डेरे बाबे नानक का मखण मखी संधू परिवार का लखते जिगर बिकर सौं दी अखां का तारा बाप नूं शौक सी वी पुत कबड्डी खेडे छोटी उम्रे कबड्डी खेडण लग गया माण है सानू संत बाबा अवतार सिंह जी घरेआले वाले जिन्हां ने अपनी अकैडमी दे विच्चों वड्डा प्यार दिता है इस नौजवान नूं अज खेडण आया ईट ठंड विलेज वल्लों खेड गया सिख टैंपल वल्लों खेड गया जवानों कबड्डी सामने जफा ये है माजू औलख मजैल लेकिन नंबर अख्तर चक ढड्डियां दा फैसले करदा मैदान दे विच बग्गा पुराणा बलजीत सहोता वैस्टपोर्ट 1000 पाउंड जोनी मडेर फैशन 1000 पाउंड इंद्रजीत सिंह जी एन जे ट्रांसपोर्ट वाले 1000 पाउंड लैस्टर कबड्डी क्लब नू ये मान भेजते ने सामने कबड्डी वेखो पुराने की कबड्डी आ बग्गे की पुराने बग्गा बग्गा जट नहीं किसी ने बन जाना ते कर कर पुत जमते बल्ले बग्गिया पाव जोगिया झंडे निकले कूच का हुक्म होया चढ़े सूरमे सिंह दलेरमियाँ चढ़े पुत सरदारां दे शैल बांके जिवें बेल्यों निकलदे शेरमियाँ माण है सानू पाली चठे दा माण है सानू अपने वीरां उपर जिहड़े हर साल वड्डा प्यार सत्कार दिंदे ने शीरा औलख ऐतकी टिकाणा कीता है बड़े प्यार सत्कार दे नाल माण दिंदा मेरा वीर मैं इन्हां वीरां दा बहुत धन्नवादी हाँ और गगन नंबर लैके घर नूं ईर्थ वुलच लई लाड़ा ईर्थ वुलच जोता सबरा बहुत तगड़ा रुस्तम अंग्रेजा ते पंजाबियों की महाराजा रणजीत सिंह की आखिरी जंग हुई है जिथे शाम सिंह सरदार अटारी वाले बन शस्त्री जोड़ बछोर सुटे शाह महमदा सिंह ने गोरिया के वांग ने मूह लो नचोड़ सुटे ठीक है जी कुलवंत ते प्यारा जी रंधावा जी कहते हैं सिक्योरिटी जो किसी चाहिए हो मेला जी मेला महेड़ू जी अपनी टीम के पिछे कंध बन के खड़े ने गुरविंदर कालो होम केयर सर्विस बिल्डर माण है सानू और साडा वीर सत्कारयोग साडे बजुर्ग सरदार लैंबर सिंह जी लद्दड़ साहब सबका प्रधान यूके कबड्डी फेडरेशन लै बजवाना हुण सुखी डकला अजीत सिंह दा लाडला जे डकया जांदा पर ये फड़ने सौखे नहीं उड़ने सप सेह दा लक मिर्ग दी लत शेर दा नक कबूतर चीने ये फड़ने सौखे नहीं सौखा ढेसी अपना बहुत वधिया गीत लिखदा कबड्डी दे आ चलिया जे मन्ना चाकां वाली दा फड़ लो जवानो हुण कुरली उहदे सामने दादा आया बैठा ओह खेडण गया 73 दे विच कबड्डी पंजाब दी सर जमीन दे उपर ओह सामने गिंदर भूरियां दा कबड्डी खैरे दी सामने गड्डी गल होनी है गल्लां मैदान दे विच होनी है परखी जांदी है जवानी मैदान दे विच
अरदास करके जब भी कार्य शुरू करते ने फिर जीत ही जीत है पंजाबियों की। आए गए दे सेवा विच कसर नहीं कोई छड़ दे मुढ़ तो यह भी रीत है पंजाबियों की। जलम ते जुलम नूं मुढ़ तो काट देंदे उठे जद भी शमशीर पंजाबियों की, उठे जद भी शमशीर पंजाबियों की। स्टेडियम विच पहुँचे सारे ही दर्शकों का स्वागत है और अज गल करांगे जून महीने की 15 तरीक दिन ऐतवार और देसी महीना हाड़ की अज संगरांद 1 तरीक है और बहुत ही शानदार मैच ग्राउंड के विचकार खेलिया जा रहा है। मेरे तो खब्बे पासे टीम जी है साढ़े सुरेंद्र मानक जी, राजवीर मानक, जैले हुशियारपुरी होना दी और कंग परिवार की तैयार की टीम जी है वो ईर्स बुलज, और मेरे तो सज्जे पासे टीम जी है सर रैंबर सिंह जी लद्दड़, ममरीत सिंह जी बपारा, अजमेर सिंह जी मेला और गंते लद्दड़ होने की तैयार टीम जी है वो बारकिंग। बहुत ही शानदार मैच ग्राउंड के विचकार चलता हुआ। साढ़े कुलवंत सिंह जी संघा जेडे कि लिस्टर कबड्डी क्लब के प्रधान ने अज बहुत वड्डा माण महसूस करते हैं। सत्कारयोग दर रंधावा साहब और साढ़े निर्मल सिंह जी लड्डू पलवान वीर बलसिया अज माण है, अज बहुत वड्डे सत्कार ने। आ खजारी कहिंदे वी जिला कपूरथले दा बहुत ही मशहूर पिंड है, लखण के पड़े निराले रोड के उपर वसिया है नगर। जिस पिंड के गूरी वर्गे, जिस पिंड के डाली वर्गे, जिस पिंड के जगतार वर्गे और जिस पिंड के ठेकेदार वर्गे पलवान वर्गे कबड्डी खेलते हैं उस पिंड का किंग तावी सर अजीत सिंह का बेटा सुखी लखण के पड़े। बहुत वधिया नंबर इस वेले चलते हुए मैच विचकार इस सबूल वास्ते जोड़ता होया। आ खिलाड़ी कहिंदे जी जिन्हें 2012 में पहली बार इंग्लैंड के सिंह सभा कबड्डी क्लब सलोह के वलों कबड्डी खेली। सबरावा पिंड है पट्टी के बिल्कुल लागे, जिला तरन तारण, ज्योति सबरावा वाले का पोता गगन सबरावा वाला कबड्डी पाँदा हो। जिथे वधिया खिडारी है उत्थे बहुत ही वधिया कलाकार भी और राइटर भी है। खिडारी कई गुण ने और गगन इस वेले अपनी टीम वास्ते बार किंग वास्ते नंबर जोड़ता हुआ। आ खिडारी जरा 2-3 साल तो लगातार पिखी पिंड के लागे कहते मक्खी पिंड बड़ा मशहूर है सर बिक्रम सिंह का बेटा, जिला अमृतसर, गुरु रामदास जी वसाई हुई नगरी मक्खन संधु सर बिक्रम सिंह का बेटा कबड्डी पाँदा हुआ। एक कनी दे आ है माजू औलख, बाऊ औलख का पेंडू जिला गुरदासपुर और दूसरे पास कहते भी मक्खन संधु। बहुत वधिया नंबर इस वल की टीम वास्ते जोड़ता हुआ। अगलियां टीमों के प्रबंधकों को बेनती है कि एक दो मैच ये जरूर बेनती है कि सुन लैन। अगला मैच जिहड़ा सिख टेंपल वुल्वरहैम्पटन ते ग्रेवसेंड, इन्हां दे रैफरी जैला ते अख्तर जी होणगे ते लाइनसमैन साबी ते मखण जी। इस तों बाद डरबी ते बर्मिंगम दे मैच दे बहादुर शेरगिल ते निंदी औजला जी ते दीपा मौली ते शिंदा डपई। तीसरा जिहड़ा मैच आ लेस्टर ते बर्म पंजाब यूनाइटेड वुल्वरहैम्पटन, इन्हां दे रैफरी बिंदर माल जी ते जैला। इस तों बाद असी होर जिहड़ी रिपोर्ट तुहानूं देंदे रहेगा। थैंक यू। मेहरबानी बतारा साहब सामने देखा गया इस वेले इंद्रा की धरती कहते गुरपाल सिंह पाला दूसरे पासे। आ खिलाड़ी कहते भी इस वेले गगनदीप सिंह जोगेवाल धरती जिला फिरोजपुर और मखू का इलाका बहुत सुरंग अपनी टीम वास्ते जोड़ता हुआ। सतनाम सिंह जी सत्ता मठंडा प्रधान है जोगे फाउंडेशन के, अज बहुत वड्डी जिम्मेवारी है, बहुत वड्डा माण महसूस करते हुए। सिंध सिंह जी मानक सैकटरी ने साढ़े सतनाम सिंह जी गिल चेयरमैन, रिशपाल सिंह जी शीरा कुद्दा, कुलवंत सिंह चट्ठा पहुंचे हुए ने। आ वेखांगे बल्ले बल्ले होंदी हुई ऐसे गिंदर जफा भरदा होया चलते हुए मैदान के विचकार अक्सर टंडियावाला तकदा हुआ सामने गल की होगी। दीपा मौली जी बल्ले 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 दर्शक ताड़ी मारेंगे जे नंबर मालिक की टीम का हो गया तो कमाल होगा और नंबर इस बुल का हो गया। भी पाउंड साढ़े अड़क साहब के वलों हो गए साढ़े नाल लैंबर सिंह जी लद्दड़, गुरविंदर सिंह जी कालो साहब साहब साढ़े वालों भी। ये जफा 60 पाउंड का होगा, जो भी जाफी बार किंग की टीम का जफा लाएगा। लैंबर सिंह जी लद्दड़ वालों 20 पाउंड, गुरविंदर सिंह जी कालो वालों 20 पाउंड, अड़क साहब वालों 20 पाउंड, लगभग जफा 6000 का। और दूसरे पास सुखी बल्ले बल्ले तो नंबर मिंदर महल जी
ते राजन महल दो सके भरावां ने बहुत लंबा समा इंग्लैंड की सर जमीन ते कबड्डी खेली और वड्डे नाम ने नंबर इस उल्दर। अगलिया टीमों नूं बेनती है साडिया टीमों जो भी पतारा साहब ने अनाउंस कीतियां ने वो टीम ग्राउंड में आ जाण। सामने गल करिए गगन सबरावां वाला कबड्डी पाउंदा होया और नंबर बारकिंग की टीम वास्ते जुड़दा होया। बहुत वधिया मैच सैटरडे 7 तरीक न 7 जून बारकिंग की धरती से होए। अज 15 तरीक है अज लिस्टर का यह बहुत ही शानदार कबड्डी का नज़ारा और जो अगला टूरनामेंट होगा वो वुलवहंटन की धरती होगा जफ्फा 60 पाउंड का। साडे अड़क साहब कहिंदे लंबर सिंह लदड़ साहब और नाल ही गुरदत्त सिंह जी कालो सामने मक्खी संधू कबड्डी पाउंदा होया चलते हुए मैच के विचकार ते आ जाफी कहिंदे जगदीप मलाइया जिला कहिंदे भी हुशियारपुर है पर जफ्फा नहीं भर सकिया और नंबर ताबीद चल भी कबड्डी बग्गा पडाणा पाउंदा होया चलते हुए मैच के विचकार सरदार लखवीर सिंह चट्ठा मेरे बहुत सत्कारयोग ने जिहड़े 3 साल लगातार यूनिवर्सिटी विच एथलीट दे चैंपियन दे विच स्टार है सरदार अवतार चट्ठा जी साढ़े कलौन चट्ठा जी वड्डा मान लैके पहुँचे हुए और जोगिंदर सिंह लद्दड़ दा लखते जिक्र मेरा वीर गंता लद्दड़ वो भी बहुत वड्डा मान लैके पहुँचे स्वागत है जी आया नूं। चल भी गगन पा फिर कबड्डी आ खिलाड़ी कहिंदे भी 2011 विच जद कनेडा कबड्डी खेलिया तो दुनिया ने गल्लां कीतियां कि खिडारी किहड़े पिंड दा है और लोगों ने पब्बा पार होकर मैच वेखिया। फिर 2013-14 में आ खिडारी इंग्लैंड की सरजमीन से लगातार कबड्डी खेलता होया कोच कलवंत सिंह का यह चंडिया हुआ तरासिया हुआ कबड्डी खिडारी भज्जी खीरां वाली आ अपने समय का महान खिडारी जिन्हों अड़िका सिंह का खिताब मिलया अज वड्डे मान ने साडे गुरदत्त सिंह दुल्ले साहब पहुँचे हुए ने सामने कबड्डी बग्गा पड़ाने वाला चलते हुए मैच के विचकार पाउंदा होया आ कहिंदे भी लाले का छोटा वीर है जिहड़ा बारकिंग कबड्डी टूरनामेंट का बैठ जाफी चुनिया गया छोटा लाला जफ्फा नहीं भर सकिया और नंबर तावीज। सैकंड वाटर ब्रेक ग्राउंड दे विच हो चुकी है और लाइव जी बारकिंग की जी कबड्डी के उपर जफ्फा लगेगा एक जफ्फा 100 पाउंड का होगा 20 पाउंड गंते लद्दड़ वालों भी होंगे तो 20 पाउंड अमरीक सिंह बोपारवा वालों भी होंगे। ये लगभग जफ्फा जो होगा बारकिंग का जे जाफी लाएंगे तो 100 पाउंड का एक जफ्फा होगा जाफी तो साढ़े को साहबान ये गल नोट कर लैन। चल भी माना मना चाका वाली धरती है जिला गुरदासपुर सामने मैदान में कबड्डी पाउंदा होया कि खेड कबड्डी मुड़ तो जित जान पंजाबियों की इहदे विच ही वस्ती यारो जान पंजाबियों की बिच मैदाने कम हुंदा दलेरां दा खेड कबड्डी खेडना शौक पंजाबी शेरां दा खेड कबड्डी खेडना शौक पंजाबी शेरां दा। चल भी शेरा पा कबड्डी कहिंदे भी मक्खी पिंड सरदार गुरनाम सिंह जी बहुत मशहूर कबड्डी कोच रहे ने उन्हां दा पिंड ऐसे मक्खन मक्खी संधु अपनी टीम वास्ते बहुत वधिया प्रदर्शन करता होया गुरदत्त सिंह जी कालो पूरा जोर लगे होया दीपक कुरली दे बुल ते सट लगी है डॉक्टर साहबान नूं मेहंदी है भी ग्राउंड आ जाना मेहरबानी होगी आ वेखांगे लगभग जफ्फा 20 पाउंड का बल्ले बल्ले ते नंबर ए बिंदर महल कहिंदा कि इस वेले हाँ जी प्रधान जी नंबर किधर है जी मछड़ा साहब नंबर किधर है जी ठीक है नंबर ईर्थ बुल का साढ़े सलाम सत्ता जी मछड़ा साहब प्रधान ने जो कि फेडरेशन दे ये जानकारी देते कि जो नंबर है इस वे ईर्थ बुल का बहुत ही शानदार मैच दोनों टीमों के विचकार चलता होया। चल भी गगन पा फिर कबड्डी धरती जोगेवाल दी कसू वाले मोड़ के अगले पासे जोगेवाल पिंड है जिथे सतलुज ते ब्यास दो दरिया कट्टे होंदे ने हरी के हैड हरी के पतन दे लागे ये जोगेवाल धरती
और गगन बहुत वधिया नंबर अपनी टीम अगते जोड़ता हुआ चल रही पठाने पा फिर कबड्डी कबड्डी बगे पठाने की ग्राउंड के विचकार बहुत ही शानदार तरीके पाई जा रही है। मेरे तो पहला बोलों के बन जा रहे पिंदा मठाडा जी सोखा ठेसी जी और अरविंदर सिंह जी कोचर साहब ने कबड्डियां मैकते पाइया मैं थोड़ा छोटा भी मिठा दरगेवाल और सामने वेखा गेंद्र ये डबल टा का इशारा अख्तर जी शानदार तरीके फीचर करते हुए कि नंबर बार किंग की कबड्डी टीम अगर जुड़ता हुआ चल भी सुखी पा कबड्डी सुखी महान दावी है ये दो दो काम गर्द कबड्डियां भी पाँदा तो जब्फे भी पाँदा है बहुत खिलाड़ी घट होंगे ने जेडे दो दो काम करते हैं सुखी दुनिया का महान रुस्तम हिंद तावी और सुपर दे किंग तावी अपनी टीम अति वधिया नंबर का प्रदर्शन करता हुआ कि अदा होंगी है मौसम की सानू पो का पता नहीं हाड़ा का असी खेत भी अज के वेखे ना सानू की पता पहाड़ा का हले तकिया नहीं कपूरथला खौरे कद कुल्लू वेखांगे फिलहाल हवामा रुमक दिया चखड़ चुल्लूगा तो वेखांगे चखड़ चुल्लूगा तो वेखांगे। मेरा प्यारा भी सोनू बाजवा जी बिल्ला कपूरथला जसकरण सिंह जी जौल हे तो साउथ हाल तो पहुँचे हुए स्वागत है और सामने वेखांगे बहुत वधिया मैच साढ़े तकते हुए दर्शक वीर मक्खी संधु की मक्खण संधु की पई हुई कबड्डी और मक्खी पिंड जिन्हें दुनिया के नक्शे से मशहूर किया है बहुत शानदार कबड्डियां ईर्थवुल कबड्डी क्लब के वालों पा के नंबर का विजाफा करता हुआ चल भी गगन शेरा पा कबड्डी फर्स्ट एज को बेनती है कि वह ग्राउंड के आ जाना दीपे कोरली से सट लगी है बुल पार चुका है सो बेनती है फर्स्ट एज को टीम जी ग्राउंड के आ जाए मेहरबानी होगी। इस तो बाद सिख टेंपल बुल बहंटन का मैच ग्रेव जंट बहुत ही शानदार मैच होगा सो दो टीम बिल्कुल तैयार ने आखिरी पलों में पहुंचे है मैच सिख चैनल की टीम साढ़े वीर बलजिंद्र सिंह जी अपनी पूरी टीम साढ़े संधु साहब जिहड़े कि सारे ही मैचों दुनिया भर के प्रसारित करते हैं सो सिख चैनल का भी धन्यवाद और सामने गगन कबड्डी पाँदा हुआ तो नंबर इस वे बिंदर महल जी इशारा करते हुए कि पॉइंट ईर्थवुल की टीम अति जुड़ता हुआ चल भी बगे पाशरा कबड्डी बहुत ही शानदार मैच ग्राउंड के विचकार खेले जा रहा है। हेलो इफ द फर्स्ट एड टीम हियर बी कुड यू कम टू द कबड्डी पिच हेलो इफ द फर्स्ट एड टीम हियर बी कुड यू कम टू द कबड्डी पिच आर यू लिसनिंग टू मी फर्स्ट एड टीम या थैंक यू वेरी मच चल भी सुखी जरा पा फिर कबड्डी सुखी लखन के पंडित सरदार अजीत सिंह को अपने बहादुर बेड़े ते मान है लो जी असले जफा लगभग 100 पाउंड का जफा मैदान के विचकार और पर पॉइंट बाजू औलुख चलते हुए मैच के विचकार प्राप्त नहीं कर सकता नंबर सुखी लखन के पंडे वाला ईर्थवुल की टीम अते जोड़ता हुआ सरदार लैंबर सिंह जी कंग साढ़े नहीं रहे पर उन्होंने याद में समर्पित जिहड़ा लैंबर सिंह जी कंग यादगारी अवार्ड है 2014 के कबड्डी सीजन में बैट जाफी ते रेडर नूं दिता जाएगा 2500 पाउंड जिहड़ा 2014 के सीजन के दो एक जाफी ते रेडर होणगे उन्होंने लैंबर सिंह जी कंग अवार्ड दिते जाणगे ये लैंबर परिवार की और कंग परिवार की बहुत वड्डी देन होगी मां खेड कबड्डी वास्ते इस नाल ही मैच समाप्त होया है। .29 29 जेड़े अबार किंग दे ते 35 पॉइंट ईर्थवुल की टीम जी जेतू आ
ਕੇ ਕਬੱਡੀ ਲੀਗ 2014 ਤੇ ਹੁਣੇ ਮੈਚ ਖਤਮ ਹੋਇਆ ਜੀ ਈਥ ਵੁਲਿਚ ਵਰਸਿਸ ਬਾਰਕਿੰਗ ਤੇ ਜਿੱਤ ਪ੍ਰਾਪਤ ਹੋਈ ਜੀ ਈਥ ਵੁਲਿਚ ਨੂੰ ਵਧਾਈ ਦਿੰਦੇ ਹਾਂ ਸਾਡੇ ਨਾਲ ਟੀਮ ਮੈਂਬਰ ਨੇ ਜੀ ਮੱਖਣ ਮੱਖੀ ਜੀ ਮੱਖੀ ਜੀ ਬਹੁਤ ਬਹੁਤ ਵਧਾਈ ਹੋਵੇ ਤੁਹਾਨੂੰ ਵੀ ਬਹੁਤ ਬਹੁਤ ਵਧਾਈ ਜੀ ਮੱਖੀ ਜੀ ਅੱਜ ਲੈਸਟਰ ਦੇ ਵਿੱਚ ਪੰਜਵਾਂ ਟੂਰਨਾਮੈਂਟ ਹੈ ਤੁਸੀਂ ਪਿਛਲੇ ਟੂਰਨਾਮੈਂਟ ਵਿੱਚ ਬੈਸਟ ਫੀਲਡਰ ਰਹੇ ਹੋ ਅੱਜ ਇਸ ਟੀਮ ਨਾਲ ਮੈਚ ਤੁਹਾਡਾ ਪਿਆ ਕਿੱਦਾਂ ਰਿਹਾ ਤੁਹਾਨੂੰ ਕੀ ਐਕਸਪੀਰੀਅੰਸ ਰਿਹਾ ਮੈਚ ਬਹੁਤ ਵਧੀਆ ਲੱਗਾ ਜੀ ਮੈਚ ਟੀਮਾਂ ਦੋਨੇ ਬਰਾਬਰ ਹੈ ਟੀਮ ਵਧੀਆ ਹੈ ਵੀ ਸਾਡੀ ਟੀਮ ਵੀ ਵਧੀਆ ਹੈ ਮੈਚ ਬਹੁਤ ਟਫ ਲੱਗਾ ਉਦਾਂ ਪਰ ਪਰਮਾਤਮਾ ਦੀ ਕਿਰਪਾ ਚਲੋ ਜਿੱਤ ਪ੍ਰਾਪਤ ਹੋਈ ਹੈ ਦੋਨਾਂ 'ਚ ਤੁਹਾਨੂੰ ਪਤਾ ਇੱਕ ਨੇ ਤਾਂ ਜਿੱਤਣਾ ਹੀ ਆ ਬਾਕੀ ਔਰ ਬਹੁਤ ਬਹੁਤ ਧੰਨਵਾਦ ਜੀ ਸੋ ਦੂਜੀ ਟੀਮ ਦੇ ਕੈਪਟਨ ਗਗਨ ਸਪਰਾਵਾਂ ਜੀ ਗਗਨ ਜੀ ਪਿਛਲੀ ਮੈਚ ਵਿੱਚ ਤੁਸੀਂ ਸੈਮੀਫਾਈਨਲ ਤੱਕ ਪਹੁੰਚੇ ਸੀ ਇਸ ਟੂਰਨਾਮੈਂਟ ਦੇ ਵਿੱਚ ਉੱਥੇ ਤੱਕ ਨਹੀਂ ਪਹੁੰਚ ਸਕੇ ਕਿੱਥੇ ਕਮੀ ਹੈ ਰੇਡਰਾਂ ਵਿੱਚ ਜਾਂ ਸਟੋਪਰਾਂ ਵਿੱਚ ਹਾਂਜੀ ਭਾਈ ਪਹਿਲਾਂ ਸਤਿ ਸ਼੍ਰੀ ਅਕਾਲ ਜਿਹੜੀ ਬੇਸਿਕ ਪ੍ਰੋਬਲਮ ਆਪਾਂ ਨੂੰ ਆ ਰਹੀ ਆ ਸ਼ੁਰੂ ਤੋਂ ਜਦੋਂ ਆਪਾਂ ਟੂਰਨਾਮੈਂਟ ਸਟਾਰਟ ਹੋਇਆ ਦੇਖਿਆ ਵਾ ਕਿ ਸਾਡੇ ਸਟੋਪ ਲਾਈਨ ਨੂੰ ਥੋੜ੍ਹਾ ਪ੍ਰਦਰਸ਼ਨ ਆਪਣਾ ਜਿੰਨਾ ਕੁ ਉਹਨਾਂ ਚਾਹੀਦਾ ਆ ਉਸ ਹਿਸਾਬ ਨਾਲ ਨਹੀਂ ਕਰ ਰਹੀ ਇਸ ਵਾਰ ਇਸ ਕਰਕੇ ਥੋੜ੍ਹਾ ਸਾਨੂੰ ਪ੍ਰੋਬਲਮ ਆਉਂਦੀ ਆ ਜਿੱਦਾਂ ਵੀ ਸਾਡੇ ਰੇਡਰਸ ਜਿਹੜੇ ਆ ਉਹ ਵਧੀਆ ਥੋੜ੍ਹਾ ਪ੍ਰਦਰਸ਼ਨ ਕਰਦੇ ਆ ਸਟੋਪਰਸ ਨਾਲੋਂ ਜਿੱਦਾਂ ਅੱਜ ਇੱਕ ਹੀ ਸਟੋਪ ਲੱਗਾ ਦੇਖਿਆ ਆਪਾਂ ਰੇਡਰਸ ਨੇ 4-5 ਜੱਫੇ ਖਾਧੇ ਬਟ ਇਹੋ ਚੀਜ਼ਾਂ ਮੈਟਰ ਕਰਦੀਆਂ ਥੋੜ੍ਹੇ ਆਪਾਂ 8 ਪੁਆਇੰਟ ਨਾਲ ਲੂਜ਼ ਕਰਕੇ 9 ਜਿੱਦਾਂ ਜੇ ਆਪਣੇ ਸਟੋਪਰਸ ਥੋੜ੍ਹਾ ਕੁਛ ਕਰਨਗੇ ਫਿਰ ਆਪਾਂ ਫਿਊਚਰ 'ਚ ਕੋਈ ਆਸ ਲਾ ਸਕਦੇ ਹਾਂ ਵੀ ਆਪਾਂ ਕੋਈ ਆਪਾਂ ਦਾਅਵੇਦਾਰ ਹੋਵਾਂਗੇ ਹੁਣ ਤਾਂ ਇੰਸਪੀਰੇਸ਼ਨ ਲੈਣੀ ਚਾਹੀਦੀ ਹੈ ਦੂਜੀਆਂ ਟੀਮਾਂ ਤੋਂ ਵੀ ਜਿੱਦਾਂ ਖੇਡਦੀ ਆ ਈਰਸ ਖੇਡਦੀ ਆ ਗ੍ਰੇਜ਼ਨ ਖੇਡਦੀ ਆ ਥੋੜ੍ਹਾ ਇੰਸਪਾਇਰ ਹੋਣ ਸਾਡੇ ਜਾਪੀ ਫਿਰ ਆਪਾਂ ਕੁਛ ਕਰ ਸਕਦੇ ਹਾਂ ਅਦਰਵਾਈਜ਼ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਟੌਸ ਹੋਣ ਲੱਗਾ ਟੇਲ ਗ੍ਰੇਜ਼ਨ ਨੇ ਟੌਸ ਜਿੱਤੀ ਆ ਹਾਂ ਗ੍ਰੇਜ਼ਨ ਦੀ ਰੇਡ ਆ ਅਗਲੇ ਮੈਚ ਦੇ ਰੈਫਰੀ ਡਰਬੀ ਤੇ ਬਰਮਿੰਗਮ ਦੇ ਬਹਾਦਰ ਸ਼ੇਰਗਿੱਲ ਜੀ ਤੇ ਨਿੰਦੀ ਔਜਲਾ ਤੇ ਇਹਨਾਂ ਦੇ ਨਾਲ ਦੀਪਾ ਮੌਲੀ ਤੇ ਸ਼ਿੰਦਾ ਡਪਈ ਲਾਈਨਸਮੈਨ ਹੋਣਗੇ ਸ਼ਿੰਦਾ ਸ਼ੂ ਮੰਤਰ ਐਜ ਯੂਜ਼ਲ ਟਾਈਮਿੰਗ 'ਤੇ ਹੋਏਗਾ ਜਸਪਾਲ ਸਿੰਘ ਬੈਠੇ ਆ ਪੁਆਇੰਟਾਂ 'ਤੇ ਲਓ ਜੀ ਮੈਚ ਸ਼ੁਰੂ ਹੋ ਗਿਆ ਰੇਡ ਪੈ ਗਈ ਆ ਆਓ ਜੀ ਕੋਸ਼ਰ ਸਾਹਿਬ ਧੰਨਵਾਦ ਸਿੱਖ ਟੈਂਪਲ ਵੁਲਵ ਹੰਟਮ ਅਤੇ ਗ੍ਰੇਵਜੈਂਟ ਦੀਆਂ ਸ਼ਕਤੀਸ਼ਾਲੀ ਟੀਮਾਂ ਉੱਧਰ ਬਹੁਤ ਵਧੀਆ ਬਲਾਲ ਕਬੱਡੀ ਪਾਉਂਦਾ ਹੋਇਆ ਖੂਬਸੂਰਤ ਅੰਦਾਜ਼ ਨਾਲ ਨੰਬਰ ਲੈ ਕੇ ਵਾਢੀ ਛਾਲ ਮਾਰੀ ਹੈ ਉੱਧਰ ਸਾਹਮਣੇ ਬਹੁਤ ਖੂਬਸੂਰਤ ਅੰਦਾਜ਼ ਦੇ ਨਾਲ ਕਬੱਡੀ ਪਾਈ ਹੈ ਖੂਬਸੂਰਤ ਅੰਦਾਜ਼ ਦੇ ਨਾਲ ਇਹ ਕਬੱਡੀਆਂ ਪੈਣੀਆਂ ਦੋਨਾਂ ਟੀਮਾਂ ਵੱਲੋਂ ਬਾਬਰ ਗੁੱਜਰ ਜਿਹਨੇ 2010 ਅਤੇ 2013 ਦੇ ਵਿੱਚ ਪਾਕਿਸਤਾਨ ਵੱਲੋਂ ਕਬੱਡੀ ਖੇਡੀ ਹੈ ਵਰਲਡ ਕੱਪ ਦੇ ਵਿੱਚ ਸਾਡੇ ਹਰਮੇਲ ਸਿੰਘ ਜੀ ਮਾਨ ਬੇਲੋ ਮਹੇੜੂ ਜਾਂ ਦਰਸ਼ਨ ਸਿੰਘ ਜੀ ਮਾਨ ਦੇ ਲਖਤੇ ਜਿਗਰ ਉਹ ਵੀ ਸਿੱਖ ਟੈਂਪਲ ਕਬੱਡੀ ਕਲੱਬ ਦੇ ਪ੍ਰਮੋਟਰ ਸਾਡੇ ਕੋਲ ਪਹੁੰਚੇ ਨੇ ਅਸੀਂ ਬਹੁਤ ਧੰਨਵਾਦੀ ਹਾਂ ਨਾਲ ਨਛੱਤਰ ਥਿਆੜਾ ਪਾਲੀ ਚੱਠਾ ਇਹ ਸਾਰੇ ਮੇਰੇ ਵੀਰ ਸਿੱਖ ਟੈਂਪਲ ਦੇ ਜਿਨ੍ਹਾਂ ਨੇ ਵੱਡਾ ਪਿਆਰ ਦਿੱਤਾ ਅਮਨ ਜੌਹਲ ਦਾ ਜਫਾ ਵੇਖੋ ਨਿੱਕੂ ਸਿੰਘਣਾ ਦੇ ਨਾਲ ਅਮਨ ਜੌਹਲ ਜੌਹਲ ਪਰਿਵਾਰ ਦਾ ਲਖਤੇ ਜਿਗਰ ਬਹੁਤ ਵਧੀਆ ਪਾਲਾ ਸਹੋਤਾ ਅੱਜ ਮਾਣ ਹੈ ਸਾਨੂੰ ਯੂਨੀਅਰ
चीमा मैदान दे विच टीम नू खड़ौंदा होया और सामने मत्था टेकिया धरती मां नू। इहनू सौण रुड़की वाला आखदे आ। गुरलाल कनौर दा झूठ सौंदा लगते जिगर। गुरलाल कनौर जिला पटियाला दे बहुत ही मशहूर पिंड कनौर दा ए अंतरराष्ट्रीय खिडारी पिछले 15 साल तो लगातार पंजाब की मार्केट कबड्डी खेलता होया। सुखी बैंस जगी यूके विंडो लाली घूमन निशता थियाड़ा पाली बिंदर गिल और आ गया बहुत ही तगड़ा स्पीक बट वर्ल्ड कप खेडिया 12 का वल्द अब्दुल रहमान चार भाई कबड्डी खेडते अगो हट जो हूँ। फैसला अख्तर का नंबर तावी का साबी लित्रां का मेरा बहुत ही प्यारा वीर लित्रां का खेड मेला होंगे हर साल साबी लित्रां का वह भी साढ़े को पहुंचे विशेष तौर पर पंजाब तो धन्यवाद जी आयान। आ बलकारा शिकार मछिया वाला बल्ले हो तेरे जवाना अगो हट जाओ हूँ। फैसला बलकारा सिख टैंपल का बिंदर कंचिया वाला वेखदा कबड्डी भी हूँ बलकारा ए आओ मारी डारी लेकिन नंबर बलकारे के खाते में बहुत वधिया। बलाल नियामत अली पिंड सहजादा फैसलाबाद अफजल दो भाई खेडते हैं। आ सामने बलाल की कबड्डी पई है खूबसूरत कन्नी दे उपर बब्बर शेर बहुत वधिया खेड नहीं रिसा आओ सोन रुड़की ने पालिया वेख लो कैंची मार के ते पाती बहुत ही वधिया खेड का प्रदर्शन। कोई मौका नहीं मठड्डिया के खेड मेले से सत्ते मठड्डा पिंदे मठड्डे के खेड मेले से पाला जी 1.25 लाख का जफा लाया कुलजीत मलसिया वाले नू इस नौजवान ने सोन रुड़की वाले ने। कबड्डी सिंह सूरमे सरदार की कबड्डी है राजू कोटला पढ़ी का बहुत वधिया खिडारी और जैला देता फैसला राजू के हक में पा भी पा जवाना निकू सिंधड़ा का निकू पा पा भी कबड्डी बल्ले तेरे बहुत वधिया। विकास गुजर मतलूब अली ते नाल सौन चार जाफी विच और नंबर निकू सिंधड़ा का बाबर गुजर दियां गल्लां हुई। बाबर गुजर वर्ल्ड कप खेडिया पाकिस्तान वालों बाबर गुजर पाई है कबड्डी गोरा नशो पिंडा जिवें मक्खन च केसर घोलिया हुंदा है। वेखो कबड्डी इस वेले आ लाली पाली बहुत वड्डा माण है सानू लाली घूमण और सामने नछत्र थियाड़ा सन्नी थियाड़ा साउंड लैके पहुंचिया माण है सानू सन्नी थियाड़े दे उपर और कबड्डी इस वेले लैस्टर का खेड मेला हेंकली यूनाइटेड फुटबॉल क्लब और कबड्डी का सफीक बट आ गया पाकिस्तानी खिडारी सिख टैंपल वालों शीरा महेड़ू औलख आप कबड्डी खेडी है हुण कबड्डी खिडाउंदा है। अज कबड्डी कबड्डी होई पई है चार चफेरे कबड्डी दियां रौनकां लगियां ने माण है सानू खूबसूरत अंदाज दे नाल कबड्डियां। उधर हरमेल सिंह की मान बेलो महेड़ू मेला मान महेड़ू शीरा महेड़ू किंदा महेड़ू तीर्थ महेड़ू अज कबड्डी खेडी है ते हुण प्रमोटर बने है कबड्डी खिडाउंदे आ। अज माण है सानू बहुत तगड़ी कबड्डी अटवाल सिंह जी कौंसलर बर्मिंगम तो वह भी साढ़े दरम्यान पहुंचे ने। निका जी बहुत सारा स्वागत है जी आयान बहुत वधिया को हर जो हूँ बलाल की कबड्डी है मतलूब मतलूब बहुत वधिया बहुत वधिया सामने वेखो धौलां बजदियां दोनों पाकिस्तानी खिडारी एक बंदे बलाल एक बंदे मतलूब आ बल्ले तेरे मैं काली मेरा माही भी काला अभी काले लोग सुनींदे विच पहाड़ी सुरमा भी काला लोकी अखियां विच वसींदे कुरान शरीफ के अखर भी काले जड़े विच मसीता पढ़ींदे बुले शाह गोरे की करने और जड़े गलियों गली वकींदे बुले शाह गोरे की करने। ये मतलूब अली का जफा हो गया अभी टाइम कराता
ਸ਼ੀਰਾ ਜੀ 20 ਪਾਉਂਡ ਕਿਹਨੂੰ ਦਿੱਤੇ ਆ? ਬਲਾਲ ਨੂੰ? ਅੱਛਾ, ਬਲਕਾਰੇ ਨੂੰ 20 ਪਾਉਂਡ ਸ਼ੀਰਾ ਮਹਿੜੂ ਯੂਕੇ ਕਬੱਡੀ ਫੈਡਰੇਸ਼ਨ ਦੇ ਪਾ ਨਿੱਕੂ ਸਿੰਧੜਾਂ ਦਾ, ਨਿੱਕੂ ਸਿੰਧੜਾਂ ਪਾ ਕਬੱਡੀ ਹੋਏ ਆ ਫਰੀਨੋ ਤੇਰੇ ਜਵਾਨਾ ਮਤ ਆ ਸੌਣ ਆ ਗਿਆ ਅਮਨਜੋਲ ਦੋ ਨੰਬਰ ਦੇ ਉੱਪਰ ਵੇਖੋ ਕਬੱਡੀ ਹੁਣ ਬਹੁਤ ਵਧੀਆ ਖੂਬਸੂਰਤ ਮਤਲੂਬ ਵਾਲੀ ਵਿਕਾਸ ਗੁਜਰ ਭਿੰਦਾ ਵੇਖੋ ਕਬੱਡੀ ਹੁਣ ਹੋਈ ਆ ਬੱਲੇ ਨਹੀਂ ਰਿਸ਼ਾਂ ਤੇਰੀਆਂ ਮਾਰੀ ਛਾਲ ਯੂਨੀਅਰ ਚੀਮਾ ਮਾਰਦਾ ਛਾਲਾਂ ਜਵਾਨੋ ਸੱਤਾ ਮਠੱਡਾ ਭਿੰਦਾ ਮਠੱਡਾ ਪਾਲੀ ਸੋਹਤਾ ਪਾਲਾ ਸੋਹਤਾ ਕੁਲਵਿੰਦਰ ਜਗਰੂਪ ਚੀਮਾ ਭੱਜੀਆਂ ਤਾੜੀਆਂ ਦਰਸ਼ਕਾਂ ਨੇ ਭਰਪੂਰ ਆਨੰਦ ਲਿਆ ਇਸ ਮੈਚ ਦਾ ਬਹੁਤ ਵਧੀਆ ਰਾਜੂ ਦੀ ਕਬੱਡੀ ਪਈ ਆ ਬਹੁਤ ਵਧੀਆ 20 ਪਾਉਂਡ ਰੁੜਕੀ ਨੂੰ ਯੂਨੀਅਰ ਚੀਮਾ ਪਾ ਵੀ ਕਬੱਡੀ ਸਪੀਕ ਬੱਟ ਸਪੀਕ ਬੱਟ ਗੁਜਰ ਧਿਆਨ ਨਾਲ ਜਵਾਨਾ ਵਿਕਾਸ ਗੁਜਰ ਇੱਕ ਨੰਬਰ ਤੇ ਮਤਲੂਬ ਵਾਲੀ ਨਾਲ ਲੱਗਾ ਗੁਜਰ ਦੀਆਂ ਗੱਲਾਂ ਹੋਈਆਂ ਵਰਲਡ ਕੱਪ ਖੇਡਿਆ ਗੁਜਰ ਪਰ ਨੰਬਰ ਬਾਬਰ ਗੁਜਰ ਦੀਆਂ ਗੱਲਾਂ ਹੋਣੀਆਂ 20 ਪਾਉਂਡ ਸੌਣ ਰੁੜਕੀ ਮੇਸ਼ਾ ਰੁੜਕੀ ਆਪਣੇ ਪੇਂਡੂ ਨੂੰ ਮਾਣ ਦਿੰਦਾ ਬਾਬਰ ਗੁਜਰ ਬੱਲੇ ਉਹ ਤੇਰੇ ਮੇਸ਼ੀ ਲਿਖਦਾ ਵੀ ਬਹੁਤ ਸੋਹਣਾ ਪਾਉਂਡ ਡਾਲਰ ਤੇ ਯੂਰੋ ਕਮਾਈ ਜਾਂਦੇ ਤੇ ਮੇਸ਼ਿਆ ਆਹ ਵੇਖ ਲੈ ਕੱਪ ਜਿੱਤ ਕੇ ਫੋਟੋ ਖਿਚਾਈ ਜਾਂਦੇ ਬਾਬਰ ਗੁਜਰ ਆਉਂਦਾ ਜੀ ਮੈਦਾਨ ਦੇ ਵਿੱਚ ਲੁੱਡੀਆਂ ਪਾਉਂਦਾ ਫੁੰਮਣੀਆਂ ਪਾਉਂਦਾ ਪਾਓ ਬਲਾਲ ਕਬੱਡੀ 19 ਸਾਲ ਦੀ ਉਮਰ ਯੂਨੀਵਰਸਿਟੀ 'ਚ ਪੜ੍ਹਦਾ ਲੋਲਾ ਸਾਊਥ ਹਾਲ ਤੋਂ 10 ਪਾਉਂਡ ਸੌਣ ਵਾਸਤੇ ਲੋਲਾ ਸਾਊਥ ਹਾਲ ਤੋਂ 10 ਪਾਉਂਡ ਲੋਲਾ ਸਾਊਥ ਹਾਲ ਤੋਂ 10 ਪਾਉਂਡ ਮਾਣ ਹਰਮੇਲ ਸਿੰਘ ਜੀ ਵੱਡਾ ਪਿਆਰ ਹੈ ਸਾਨੂੰ 1000 ਰੁਪਈਆ ਜੀ ਐਨ ਜੀ ਗੁਰਦੁਆਰਾ ਲੈਸਟਰ ਵਾਲੇ ਲੈਸਟਰ ਵੱਲੋਂ 1000 ਪਾਉਂਡ ਇਹ ਲੈਸਟਰ ਕਬੱਡੀ ਕਲੱਬ ਵਾਸਤੇ ਮਾਣ ਹੈ ਅਗਲੀਆਂ ਟੀਮਾਂ ਡਰਬੀ ਅਤੇ ਬਰਮਿੰਗਮ ਅਗਲਾ ਮੈਚ ਹੋਵੇਗਾ ਦੋਨੇ ਟੀਮਾਂ ਮੈਦਾਨ ਦੇ ਵਿੱਚ ਪਹੁੰਚਣਗੀਆਂ ਡਰਬੀ ਅਤੇ ਬਰਮਿੰਗਮ ਲਕਸ਼ਮੀ ਕਾਂਤ ਸਵਾਮੀ ਜੀ ਸ਼੍ਰੀ ਪ੍ਰਾਪਰਟੀ ਵਾਲੇ ਔਰ ਸਾਡੇ ਗੁਰਮੀਤ ਸਿੰਘ ਜੀ ਗੈਰੀ ਕੈਸ਼ੀਅਰ ਔਰ ਕੁਲਦੀਪ ਸਿੰਘ ਜੀ ਚਹੇੜੂ ਸਾਹਿਬ ਲਾਲ ਮੰਗਲ ਸਿੰਘ ਜੀ ਬਹੁਤ ਸਾਰਾ ਸਵਾਗਤ ਹੈ ਗੁਰੂ ਘਰ ਵੱਲੋਂ ਕਿਉਂਕਿ ਸਾਨੂੰ ਸਿੱਖ ਕੌਮ ਨੂੰ ਇਹ ਫਖਰ ਹੈ ਕਿ ਪਹਿਲਾ ਮੱਲ ਅਖਾੜਾ ਹੋਂਦ ਵਿੱਚ ਆਇਆ ਖਡੂਰ ਸਾਹਿਬ ਦੀ ਧਰਤੀ 'ਤੇ ਦੂਸਰੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਪਹਿਲਾਂ ਮੱਲ ਅਖਾੜਾ ਹੋਂਦ ਵਿੱਚ ਲੈ ਕੇ ਆਉਂਦਾ ਆਪੇ ਛਿੰਜ ਪਵਾਈ ਮੱਲਾ ਅਖਾੜਾ ਰਚਿਆ ਲੋਲਿਆ ਵੇਖ ਲਾ ਜਫਾ 10 ਪਾਉਂਡ ਦਿੱਤੇ ਆ ਅਤੇ ਸੋਹਣ ਰੁੜਕੀ ਹੋ ਗਿਆ ਗਰਮ ਕੋਈ ਮੌਕਾ ਨਹੀਂ ਕੋਈ ਮੌਕਾ ਨਹੀਂ ਹੋ ਆਫਰੀਨ ਉਹ ਤੇਰੇ ਜਵਾਨਾ ਆਫਰੀਨ ਵਧੀਆ ਖੇਡ ਖੇਡ ਦਾ ਪ੍ਰਦਰਸ਼ਨ ਕੋਟਲੀ ਆਹਾ ਹਾ ਹਾ ਬੱਲੇ ਫੈਸਲਾ ਫੈਸਲਾ ਧਾਵੀ ਦੇ ਹੱਕ ਵਿੱਚ ਨਹੀਂ ਵੀ ਨਹੀਂ ਇੱਦਾਂ ਨਹੀਂ ਜਵਾਨੋ ਇੱਦਾਂ ਨਹੀਂ ਗਾਣੀ ਜਿੰਦਰ ਰੁੜਕਾ ਢਾਹਾਂ ਦਾ ਆਹ ਨਿੱਕੂ ਪਾ ਕਬੱਡੀ ਨਿੱਕੂ ਦੀ ਕਬੱਡੀ ਹੈ ਪਾਓ ਕਬੱਡੀ ਖੇਡੋ ਮੁੰਡਿਓ ਖੇਡ ਕਬੱਡੀ ਅੱਜ ਮਾਣ ਹੈ ਸਰ ਬਲਾਲ ਨੂੰ ਸ਼ੀਰਾ ਅੰਕਲ ਸ਼ੀਰਾ ਔਲਖ ਸ਼ੀਰਾ ਮਹਿੜੂ 10 ਪਾਉਂਡ ਬਲਾਲ ਵਾਸਤੇ ਵੱਡਾ ਮਾਣ ਭੇਜਦਾ ਯੂਕੇ ਕਬੱਡੀ ਫੈਡਰੇਸ਼ਨ ਦਾ ਫਾਈਨੈਂਸ ਸੈਕਟਰੀ ਮਹਿੜੂ ਕਹਿੰਦਾ ਮਹਿੜੂ ਮਾਣ ਹੈ ਸਾਨੂੰ ਮਿਲੋ ਗੇਲੋ ਤਗੜਾ ਹੋ ਜਾ ਜਵਾਨਾ ਹੁਣ ਟੀਮ ਖੇਡਦੀ ਹੈ ਤਗੜਾ ਹੋ ਕੇ ਬਾਬਰ ਗੁਜਰ ਆਇਆ ਬਾਬਰ ਗੁਜਰ ਬਲਕਾਰੇ ਬਾਬਰ ਗੁਜਰ ਗਿੰਦਰ ਪ੍ਰਭ ਬਾਬਰ ਗੁਜਰ ਦੀਆਂ ਗੱਲਾਂ ਹੋਣੀਆਂ ਬੱਲੇ ਉਹ ਤੇਰੇ ਰਾਣਾ ਅਲੀ ਆਓ ਜਿੰਨਾ ਮਿਹਨਤ ਕੀਤੀ ਹੈ ਉਹ ਸ਼ੇਰਾਂ ਵਰਗੇ ਨੇ ਮਰਦ ਦਲੇਰਾਂ ਵਰਗੇ ਨੇ ਗੁਰੂ ਦੀਆਂ ਮੇਰਾਂ ਵਰਗੇ ਨੇ ਮੰਨੀਏ ਇਹਨਾਂ ਦੇ ਆਫਰੀ ਨੇ ਇਹ ਫੜਨੇ ਸੌਖੇ ਨਹੀਂ ਸਫੀਕ ਬੱਟ ਮਾਣ ਹੈ ਸਾਨੂੰ ਚਾਰ ਭਰਾਈ ਖੇਡਦੇ ਆ ਸਦੀਕ ਬੱਟ ਸਫੀਕ ਬੱਟ ਵਿਕਾਸ ਬੱਟ ਨਹੀਮ ਬੱਟ ਚਾਰ ਭਰਾ ਬਾਪ ਨੇ ਭਲਵਾਨੀ ਕੀਤੀ ਅਤੇ ਸਾਹਮਣੇ ਕਬੱਡੀ 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 ਆ ਗਿਆ ਬੱਟ ਨੰਬਰ ਲੈ ਕੇ ਸਿੱਖ ਟੈਂਪਲ ਦੇ ਬਿੰਦਰ ਕੈਂਚੀਆਂ ਵਾਲੇ ਕੋਲ ਗੇਲੋ ਕੋਲ ਮਹਿੜੂ ਕੋਲ ਸ਼ੀਰਾ ਮਹਿੜੂ ਗੇੜੇ ਕੱਢਦਾ 20 ਪਾਉਂਡ 10 ਪਾਉਂਡ ਕਦੀ ਧਾਵੀ ਨੂੰ ਕਦੀ ਜਾਫੀ ਨੂੰ ਇਹ ਪਿਆਰ ਮਾਣ ਸਨਮਾਨ ਹੁੰਦਾ ਪ੍ਰਮੋਟਰਾਂ ਵੱਲੋਂ ਆਹ ਬਲਕਾਰਾ ਸ਼ਿਕਾਰ ਮਾਸ਼ੀਆਂ ਦਾ ਅੱਗੋਂ ਹਟ ਜਾਓ ਹੁਣ ਲੰਮੀ ਛਾਲ ਵੱਢਣੀ ਹੈ ਲੰਮੀ ਛਾਲ ਵੱਢਣੀ ਹੈ ਔਰ ਗ੍ਰੇਜੈਂਟ ਦਾ ਸੱਤਾ ਮਠੱਡਾ ਭਿੰਦਾ ਮਠੱਡਾ ਔਰ ਪਾਲਾ ਸਹੋਤਾ ਦੋਨੋਂ ਵੀਰ ਕੁਲਵਿੰਦਰ ਮਾਣ ਹੈ ਸਾਨੂੰ ਚੀਮਾ ਸਾਹਿਬ ਵੱਡੀ ਗੱਲ ਬਲਾਲ ਦੀ ਕਬੱਡੀ ਹੈ ਅੱਗੋਂ ਹਟ ਜਾਓ ਬਲਾਲ ਬਲਾਲ ਦੀ ਕਬੱਡੀ ਬਲਾਲ 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 ਪਾਕਿਸਤਾਨ ਦਾ ਕਬੱਡੀ ਦਾ ਸ਼ਾਹ ਸਵਾਰ ਜੌਹਲ 'ਤੇ ਕਬੱਡੀ ਪਾਈ ਹੈ ਅਮਨ 'ਤੇ ਅਮਨ 'ਤੇ ਕਬੱਡੀ ਹੈ ਉੱਧਰ ਬਣੇ ਮਖਤੂਲ 'ਤੇ ਕਬੱਡੀ ਹੈ ਸੌਣ 'ਤੇ ਕਬੱਡੀ ਹੈ ਸਾਹਮਣੇ
खूबसूरत चार पाकिस्तान दे एक यूके दा इथों दा बॉर्न ते नाल रुड़की दा सौण लगा रुड़की दा सौण बिलाल जोर लगदा पाले दा लगदा पाला सोता वेखदा की होऊगा की बनूगा की करदा सौण पर फैसला फैसला रेफरी दा अक्सर नंबर तावी दा प्रधान सत्ता मुठड्डा कबड्डी 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 राजू कोटला बड़ी सिंह सूरमा सरदार कबड्डी 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 पाउंदा आ सामने साबी मेहमान दा जरनैल सिंह होशियारपुरिया कबड्डी दा रेफरी बिंदर कंचियां वाला मेलों मेहड़ू आ सिंधड़ा वाला यह है निकू सिंधड़ा दा सिख टैंपल की कबड्डी हुई है सिख टैंपल अमन अमन खूबसूरत अंदाज बहुत वधिया विकास गुजर लगी टक्कर होई है भलिया मकतूल को नंबर लेके कर नू पाओ गुजरा कबड्डी नहीं रिसा तेरिया पाकिस्तान च खेड वेखी है तेरी ते तेरी खेड वेखी है वर्ल्ड कप दे विच पंजाब दी सर जमीन उपर अज यूके कबड्डी फेडरेशन ग्रेवजन दी टीम सत्ता मठड्डा कुलविंदर माण है सानू अपने वीर पाला सहोता बहुत वधिया कबड्डी अगो हटो जवानो हुण प्रभ प्रभ लगा 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 लो कद छोटा पैंदा तणके ताप चढ़ा देंदा जदों लड़दा काला नग बनके ताप चढ़ा देंदा हां जी 10 पाउंड शीरा महेड़ू 10 पाउंड मान करदा सत्कार करदा अपने इस नौजवान दा जिन्ने जफा बाबर गुजर नूं भरिया ते हुण बट दी कबड्डी पई आ बट दी कबड्डी आ मकतूल मकतूल कबड्डी दा मकतूल कबड्डी दा पाओ सिंघा कबड्डी पाओ राजू कोटला भड़ी आलिया पा ग्रेजमेंट वालों ये बहुत वधिया टीम हाँ प्रभ नू 10 पाउंड शीरा मेहड़ू प्रभ नू मेलो दही जरा प्रभ नू आ लगा प्रभ फिर राजू दे नाल टक्कर प्रभ 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 लेकिन नंबर हो गया सिंह सूरमे सरदार राजू का बिलाल दी कबड्डी है लै पालिया वे कबड्डी बिलाल दी हुण की करदा अमन जौहल की करदा मकतूल अली की करदा विकास वेखो सामने गुजर की पाउंदा कहानियां हुण तुहाडे सामने पिंदिया कर लो खेडां जवानों वेख लो दुनिया वेखण आई है तुहाडी कबड्डी अमन जौहल खेडिया वर्ल्ड कप यूके वालों अज बिलाल दे नाल कबड्डियां पैंदियां 19 साल दी उम्र आ बल्ले तेरे अमन अमन पैर थिड़के कोई मौका नहीं छड्डिया अमन जौहल ने बगल भर ली आ रब ने दित्तियां गाजरां विचे रंबा रख रब ने दित्तियां ही गाजरां विचे रंबा रख आह जिन्हों रब दवे जवानों आ गुजर दी कबड्डी वेखो चौड़ा सीना आ लोहे वर्गे पट्टा उपर मारन पोली थापी एक पासे आ रेडर दूजे पासे जाफी पता लगदा विच मैदाने खुराकां खादियां दे बाबर गुजर बलकारा गुजर बलकारा गुजर बलकारा बाबर गुजर बलकारा बलकारा गुजर बाबर गुजर बस 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 सगे भरा बन जो सगे भरा बन जो पाकिस्तान ते हिंदुस्तान दी वंड पई 47 दे विच बाबर ना मेरे वीर ना मेरे भरा ये काम नहीं करना बलकारे ये काम नहीं करना ये काम नहीं जे करना कबड्डी खेडो पाकिस्तान तो कबड्डी खेडन आए हो पंजाब तो कबड्डी खेडन आए हो बाजो कोई गल नहीं आ जाओ
ਇਹਨੂੰ ਆ ਜਾਓ ਆ ਜਾਓ ਆ ਜਾਓ ਸੱਤਾ ਮਠੱਡਾ ਪ੍ਰਧਾਨ ਵੱਲੋਂ ਬੇਨਤੀ ਵੀ ਕੋਈ ਮੇਰਾ ਵੀਰ ਗਲਤ ਢੰਗ ਨਾਲ ਨਾ ਖੇਡੇ ਵਧੀਆ ਖੇਡ ਖੇਡੋ ਸ਼ੇਰੂ ਹੀਰਾ ਮਹਿੜੂ ਜੀ ਪਾਲਾ ਸੋਤਾ ਜੀ ਕਬੱਡੀ ਪਾਓ ਨਿੱਕੂ ਕਬੱਡੀ ਪਾ ਬਈ ਨਿੱਕੂ ਪਾ ਕਬੱਡੀ ਕਬੱਡੀ ਪਾਓ ਕਬੱਡੀ ਪਾਓ ਨਰਿੰਦਰ ਸਿੰਘ ਜੀ ਪਤਾਲਾ ਵੱਲੋਂ ਪਾਓ ਕਬੱਡੀਆਂ ਆਹ ਫਰੀ ਨਾ ਤੁਹਾਡੇ ਜਵਾਨੋ ਦਸ ਦਸ ਪਾਊਂਡ ਖਰਚੇ ਆ ਸਾਰਾ ਆਵਾਮ ਜੁੜ ਗਈ ਹੈ ਰਾਜੂ ਦੀ ਕਬੱਡੀ ਹੈ ਹਲਕੀ ਦੀ ਉਮਰ ਹੈ ਗ੍ਰੈਜੂਏਟ ਦਾ ਐਤਕੀ ਪਹਿਲੀ ਵਾਰ ਖੇਡਣ ਆਇਆ ਯੂਕੇ ਦੀ ਧਰਤੀ ਤੇ ਵੇਖੋ ਦੁਨੀਆ ਲੜਦੀ ਜਾਂਦੀ ਅੱਗੇ ਇਹ ਦੁਨੀਆ ਮੰਦੀ ਜੋਰਾਂ ਨੂੰ ਇਹ ਦੁਨੀਆ ਨਹੀਂ ਕਮਜ਼ੋਰਾਂ ਦੀ ਇਹ ਜਗਤ ਨਹੀਂ ਬਿਮਾਰਾਂ ਦਾ ਇਹ ਰਣ ਹੈ ਵੀਰ ਬਹਾਦਰਾਂ ਦਾ ਇਹ ਪਿੜ ਹੈ ਸ਼ਾਹ ਸਵਾਰਾਂ ਦਾ ਇਹ ਦੁਨੀਆ ਮੰਦੀ ਜੋਰਾਂ ਨੂੰ ਬੱਟ ਦੀ ਗੱਲ ਹੈਗੀ ਮਕਤੂਲ ਸੌਣ ਅਮਨ ਵੇਖੋ ਸਾਹਮਣੇ ਪਿੰਦੇ ਸਾਹਮਣੇ ਗੱਲ ਹੋਣੀ ਹੈ ਹੁਣ ਸਾਹਮਣੇ ਗੱਲਾਂ ਹੋਣੀਆਂ ਸਾਹਮਣੇ ਗੱਲਾਂ ਅਮਨ ਮੈਦਾਨ ਦੇ ਵਿੱਚ ਗੱਲ ਹੋਣੀ ਹੈ ਜ਼ੋਰ ਤੇ ਜਵਾਨੀ ਇਹੋ ਉਮਰਾਂ ਦੀ ਖੇਡ ਇਹਦੇ ਵਿੱਚ ਹੁੰਦਾ ਯਾਰੋ ਸਾਨਾਂ ਵਾਲਾ ਪੇੜ ਇਹਦੇ ਵਿੱਚ ਹੁੰਦਾ ਯਾਰੋ ਸਾਨਾਂ ਵਾਲਾ ਪੇੜ ਰਾਜੂ ਕੋਟਲਾ ਪੜੀ ਇਹ ਦੁਨੀਆ ਮੰਦੀ ਜ਼ੋਰਾਂ ਨੂੰ ਜ਼ੋਰ ਦੀ ਗੱਲ ਹੋਣੀ ਤੁਹਾਡੇ ਸਾਹਮਣੇ ਮੇਰੇ ਵੀਰੋ ਇਹ ਕਬੱਡੀ ਇਕੱਲੇ ਨੂੰ ਇਕੱਲਾ ਐਵੇਂ ਨਹੀਂ ਪੰਜਾਬੀ ਮਾਰ ਮਿਟੇ ਇਸ ਖੇਡ ਦੇ ਉੱਪਰ ਇਕੱਲੇ ਨੂੰ ਇਕੱਲਾ ਜਵਾਨੋ ਇਕੱਲੇ ਨੂੰ ਇਕੱਲਾ ਹਾਂ ਰਾਜੂ ਗ੍ਰੇਜੂਏਸ਼ਨ ਦਾ ਨੰਬਰ ਵੱਧ ਗਿਆ ਔਰ ਇਸ ਦੇ ਨਾਲ ਹੀ ਬ੍ਰੇਕ ਹੋਈ ਹਾਫ ਦਾ ਟਾਈਮ ਇਜ਼ ਓਵਰ ਬਹੁਤ ਵਧੀਆ ਦਵਿੰਦਰ ਸਿੰਘ ਜਿੰਦਰ 500 ਪਾਊਂਡ ਨਿਰਮਲ ਸਿੰਘ ਲੱਡੂ 500 ਪਾਊਂਡ ਦਲਜੀਤ ਸਿੰਘ 500 ਪਾਊਂਡ ਔਰ ਸੁਰਿੰਦਰਜੀਤ ਸਿੰਘ ਜੀ ਹੀਰ ਐਸ ਕੇ ਫੈਸ਼ਨ 500 ਪਾਊਂਡ ਐਸ ਆਰ ਟੈਕਸਟਾਈਲ 300 ਪਾਊਂਡ ਜੋਗਿੰਦਰ ਸਿੰਘ ਛਾਂਦੜਾ 300 ਪਾਊਂਡ ਔਰ ਬਿੱਲੀ 250 ਪਾਊਂਡ ਰਣਜੀਤ ਸਿੰਘ ਜੀ ਮੇਟਾ 250 ਪਾਊਂਡ ਯਾਦਵਿੰਦਰ ਸਿੰਘ ਜੀ 250 ਪਾਊਂਡ ਔਰ ਲਾਲੀ ਦੀਪਾ ਜੀ 250 ਪਾਊਂਡ ਦਿਸ਼ਾ ਬਿੱਟੂ 250 ਪਾਊਂਡ ਗੁਰੂ ਨਾਨਕ ਸਵੀਟ ਸੈਂਟਰ ਵਾਲੇ 250 ਪਾਊਂਡ ਨਿਊ ਸਟਾਰ ਫੈਸ਼ਨ 250 ਪਾਊਂਡ ਦੀਪ ਜੈਕ ਟਰਾਂਸਪੋਰਟ ਵਾਲੇ 250 ਪਾਊਂਡ ਮਹਿੰਗਾ ਸਿੰਘ 250 ਪਾਊਂਡ ਇੰਪੋਸੀਬਲ ਫੈਸ਼ਨ 200 ਪਾਊਂਡ ਨਾਰਥ ਸਟਾਰ ਵਿੰਡੋਜ਼ ਵਾਲੇ 200 ਪਾਊਂਡ ਉਸ ਤੋਂ ਬਾਅਦ ਹੋਰ ਵੀ ਲਿਸਟ ਹੈ ਲੇਕਿਨ ਕਬੱਡੀ ਦਾ ਮੈਚ ਸ਼ੁਰੂ ਮਾਈਕ ਦਿਆਂਗਾ ਸੋਖਾ ਟੇਸੀ ਨੂੰ ਬਹੁਤ ਬਹੁਤ ਧੰਨਵਾਦ ਇੱਧਰ ਪੈ ਗਈ ਆ ਕਬੱਡੀ ਦੇਖਦੇ ਹਾਂ ਬਾਬਰ ਗੁੱਜਰ ਦੀ ਪਈ ਆ ਕਬੱਡੀ ਮੇਰੇ ਪੰਜਾਬੀ ਵੀਰੋ ਵੇਖਦੇ ਹਾਂ ਨੌਜਵਾਨ ਆ ਪ੍ਰਭੂ ਦੇ ਨਾਲ ਹੋਇਆ ਮੁਕਾਬਲਾ ਤੇ ਵੇਖਦੇ ਹਾਂ ਬਿਲਕੁਲ ਹੰਧਿਆਂ ਦੇ ਨੇੜੇ ਗੱਲ ਪਹੁੰਚੀ ਆ ਔਰ ਲਾ ਲਾ ਕੇ ਸੁੱਟੀ ਜਾਂਦਾ ਤੇ ਆਹ ਵੇਖ ਲਓ ਪੁਆਇੰਟ ਲੈ ਕੇ ਆ ਪਹੁੰਚਿਆ ਪਾਲੇ ਦੇ ਕੋਲ ਇਹ ਨੌਜਵਾਨ ਚੱਲ ਬਈ ਉੱਧਰ ਬਲਿਹਾਰ ਲੱਖਾ ਸਕੈਫੋਲਡ ਵਾਲਿਆ ਆ ਪੈ ਗਈ ਆ ਕਬੱਡੀ ਵੇਖਦੇ ਹਾਂ ਬਿਲਕੁਲ ਚਾਰ ਜਾਫੀਆਂ ਦੀ ਗੱਲ ਹੋਣੀ ਆ ਆਹ ਕਬੱਡੀ ਕਬੱਡੀ ਕਰਦਾ ਹਜੇ ਕਹਿੰਦਾ ਕੋਈ ਟੱਚ ਨਹੀਂ ਹੋਇਆ ਜੈਲਾ ਵੀ ਕਹਿੰਦਾ ਜਦੋਂ ਟੱਚ ਹੋਣਾ ਕਹਿੰਦਾ ਪਤਾ ਲੱਗ ਜਾਣਾ ਦਰਸ਼ਕਾਂ ਦੀਆਂ ਤਾੜੀਆਂ ਵੱਜ ਜਾਣੀਆਂ ਤੇ ਵੇਖਦੇ ਹਾਂ ਗੱਲ ਕਿੱਧ ਨੂੰ ਜਾਂਦੀ ਆ ਤੇ ਪੁਆਇੰਟ ਕਿੱਧ ਨੂੰ ਜਾਂਦਾ ਆ ਤੇ ਸਾਹਮਣੇ ਪੂਰਾ ਮੁਕਾਬਲਾ ਹੋਇਆ ਪਿਆ ਤੇ ਬਹੁਤ ਹੀ ਵਧੀਆ ਮਕਤੂਲ ਇੱਕ ਅੰਕ ਦਾ ਹੋਰ ਵਾਧਾ ਕਰਦਾ ਹੋਇਆ ਚੱਲ ਬਈ ਰਾਜੂ ਕੋਟਲੀ ਵਾਲਾ ਸਿੰਘ ਸਰਦਾਰ ਨੇ ਪਾ ਦਿੱਤੀ ਆ ਕਬੱਡੀ ਚੱਲ ਵੇ ਉਧਰ ਉਹਦੇ ਭਲਵਾਨ ਬੀੜ ਵਾਸੀਆਂ ਵਾਲਾ ਕਲਵੰਤ ਸੰਘਾ ਪਿਆਰਾ ਦਾਵਾ ਨਿਰਮਲ ਆ ਸਾਹਮਣੇ ਆ ਬਲਕਾਰੇ ਨਾਲ ਹੋਇਆ ਪਿਆ ਮੁਕਾਬਲਾ ਬਲਕਾਰਾ ਆ ਵੇਖ ਲਓ ਕਿ ਗੁਰਦਾਸਪੁਰ ਦੀ ਧਰਤੀ ਦਾ ਨੌਜਵਾਨ ਬਹੁਤ ਹੀ ਪੁਆਇੰਟ 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 ਧਾਵੀ ਦੇ ਹੱਕ ਦੇ ਵਿੱਚ ਜਾਂਦਾ ਹੋਇਆ ਤੇ ਇੱਧਰ ਫੈਸਲਾ ਚੱਲ ਵੇ ਗੱਭਰੂਆ ਬਹੁਤ ਹੀ ਵਧੀਆ ਪੁਆਇੰਟ ਜੋੜਦਾ ਹੋਇਆ ਲੱਖਾਂ ਦੇ ਅੰਕ ਬਲਕਾਰੇ ਨੇ ਵੀ ਪੂਰੀ ਕੋਸ਼ਿਸ਼ ਕੀਤੀ ਸੀ ਤੇ ਸਾਹਮਣੇ ਫਿਰ ਨਿੱਕੂ ਦੀ ਪਈ ਆ ਕਬੱਡੀ ਵੇਖਦੇ ਇੱਧਰ ਭਿੰਦਾ ਤੱਲਣ ਵਾਲਾ ਵੀ ਪੂਰੀ ਤਿਆਰੀ ਦੇ ਵਿੱਚ ਸੋਨ ਰੋਟਕੀ ਵਾਲਾ ਅਮਰ ਜੋਹਲ ਦੀਆਂ ਗੱਲਾਂ ਤੇ ਪੁਆਇੰਟ ਡਬਲ ਟੱਚ ਦਾ ਫੈਸਲਾ ਹਾਂਜੀ ਫੈਸਲਾ
डबल टच का फैसला धावी के हक के एक अंक का होर वाधा हों चल पी बाबर गुजर सिंह गभरूआ पा कबड्डी बाबर गुड बलकारा राणा अली तो वेखते हैं जिंदर के नाल मुकाबला हों चार जाफी बिल्कुल पूरी तैयारी के वेखते हैं नहीं रिसा भिंदे का भी पूरा जोर लगा पाया प्रभु दे कोलो एक अंक का वाधा करता हुआ उधर शीरा औलख पूरा जोर इधर पै गई है कबड्डी स्पीक बट दी पई है कबड्डी आ वेख लो पता लगता नौजवान ने फलाइया बाहां सामने कबड्डी पा दी आ चलती चेन से कबड्डी कबड्डी करता सोन रोड़की वाले ने भर लिया कड़ावाया दर्शक वीर पूरे खुश आ रणजीत सिंह ढंडा वेखदा पूरा कड़ावा भरिया पाया नौजवान ने कैमरे फोकस हो पे ने लोग अड्डिया चक चुक वेखते हैं 30 सैकंड की गेम आ सोन रोड़की वाले एक बार मार दो ताड़िया जोड़ ला एक बार गभरू के नाते सत्ते मठाडे की टीम के लिए लखा जा अंक जोड़िया उधर गुलाल किन्नौर की पई है कबड्डी तो वेखते हैं सामने वेखते हैं जसकन जौल बैठा वेखता वे पिया मुकाबला हो गया तो सामने इको जहा गभरू आ पूरा भरिया पिया कड़ावाया तो वेखते हैं गल किधर नू जानी आ दोने पूरी कोशिश करता हुआ राणा अली दे कोल पॉइंट लैके भज्या आंदा गुरलाल किन्नौर दियां गल्लां हो गई चल बई बिलाल पा गभरू आ कबड्डी तो चारे जाफी वेखते हैं बकास गुजर के नाल मुकाबला तो पिंदा तलन तो अमन जौहल तो सामने मकतूब अली की पई हुई कबड्डी दे नाल कबड्डी कबड्डी बिलाल करता हुआ तो वेखते हैं 30 सैकंड की खेड किनू करता टच आ वेख लो पूरी कोशिश की सी खुच भरन की पर पॉइंट लैके आ पहुंचे अपने साथी खिडारियों के कोल बिंदर महाल के कोल आ पहुंचा ये नौजवान चल बई बाबर गुजर ने मार दिती आ थापी वेखते हैं मारी हुई थापी की गल वेखते हैं सामने आ वेख लो भरदा हुआ कड़ावा पर पिंदिया पॉइंट लेके ये नौजवान वाधा हुआ अपनी टीम के कोल तो इधर फिर पै गई है निकू की पई है कबड्डी मारदा थापियां पंजाब वेखते हैं सामने सिख टैंपल बोलण की टीम की लई गल होनी आ कबड्डी कबड्डी करता जा पहुंचा वेखते हैं किनू करता टच आ मकतूब अली दे नाल हो गया मुकाबला आ वेख लो बाहां इदा चल दियां जिदा मरसेडी दे वाइपर चलते हो गभरू भजा जाता पॉइंट लेके आ पहुंचा सिख टैंपल वन की टीम के हिस्से जुड़ता होया चल बई आ पता लगता सिंह सरदार जो पूरी फुरती दे नाल एन कबड्डी पाँदा आ बहुत ही राजू की पई है कबड्डी वेखते हैं कोटली वाला तो सामने पूरा मुकाबला हो गया आ ते सामने इको जे गभरू आ इको जे जिंद जान पर वेख लो फुरती दे नाल पॉइंट लेके पाले दे कोल पहुंचा भिंदे मठडे की टीम के लिए एक अंक का होर वाधा हो गया चल बई बलाल की पई है कबड्डी मेरे पंजाबी वीरियो ये आ बलाल कबड्डी कबड्डी करदा ग्रेव जंट दे धावा बोलण दी पूरी तैयारी दे विच आ वेख लो पुठियां सिद्धियां सोन रुड़की वाले कमाल करी जांदा नौजवाना पूरा मान रख लिया ग्रेव जंट दी टीम लई पिछले हफ्ते भी बड़े धक्कड़ जफे लाए आ ते अज वेख लो कुलवंत संघा वेख लो पिंदा मठड्डे वाला कैच करी जांदा आ जिउंदा वसदा रह बहुत ही वधिया पाला कुलविंदर सारे मेरे वीर पूरी खुश टीम सोनू इधर पतारा साहब जी वालों 10 पाउंड दविंदर सिंह जी पतारा ते ओ वेख लो फिर पै गई है कबड्डी सामने नौजवान मेशे रोड़की वाले वालों सोनू 20 पाउंड आ वेख लो इको जहा मुकाबला हो गया आ बड़ी फुरती दे नाल पॉइंट जोड़दा होया एक अंक का होर वाधा करता होया ये नौजवान सारी दुनिया के विच खेडी जाती लोकी खड़ खड़ बहिंदे इस खेड नू सा पंजाबी मां खेड कबड्डी कहिंदे गोखे बारिए वाले वालों सोन रोड़की वाले 10 पाउंड मेरा फड़ाया वीरा फड़ा दे गोखा बारिया 10 पाउंड सोन रोड़की वाले बहुत बहुत धन्यवाद बड़ा तकड़ा मुकाबला चलता इधर राजू कोटली वाले की फिर पई है कबड्डी चल बई गभरूआ तो उधर बलिहार लखा स्कैफोल्ड वाले वेख सामने की मुकाबला हुंदा आ इको जे गभरू आ इको जी जिंद जान आ वेखदे आ कदे सज्जे कनी कदे खब्बे कनी सिंह सरदार दियां गल्लां होणियां आ ते आ वेखदा कड़ावा भरन दी पूरी कोशिश करदा आ पर गल किधर नूं जांदी आ उधर शीरा औलख भी थापियां मारदा वे आ वेख लो पॉइंट
ਲੋਲਾ ਸਾਊਥਹੈਂਪਟਨ ਵੱਲੋਂ ਆ ਸੋਨ ਰੋਟਕੀ ਵਾਲੇ ਨੂੰ 10 ਪੁਆਇੰਟ ਲੋਲੇ ਵੱਲੋਂ ਤੇ ਉਧਰ ਬਿੱਲਾ ਕਪੂਰਥਲੀ ਆ ਜਸਕਾਨ ਜੌਲ ਪੰਮੀ ਰੰਧਾਵਾ ਆ ਸਾਹਮਣੇ ਗੱਲ ਕਿੱਧਰ ਨੂੰ ਜਾਂਦੀ ਆ ਆਹ ਵੇਖ ਲਓ ਪੁਆਇੰਟ ਲੈ ਕੇ ਆ ਪਹੁੰਚਿਆ ਇੱਕ ਅੰਕ ਦਾ ਹੋਰ ਵਾਧਾ ਕਰਦਾ ਹੋਇਆ ਤੇ ਪਾਣੀ ਦੀ ਬ੍ਰੇਕ ਹੋ ਗਈ ਆ ਬੜਾ ਤਕੜਾ ਇਹ ਮੁਕਾਬਲਾ ਚੱਲਦਾ ਹੋਇਆ ਸੌਖਾ ਜੀ ਬਹੁਤ ਹੀ ਵਧੀਆ ਮੁਕਾਬਲਾ ਚੱਲਦਾ ਹੋਇਆ ਵੱਡ ਵਡਾਂਗਾ ਪੂਰਾ ਇਸ ਖੇਡ ਮੁਕਾਬਲੇ ਦੇ ਵਿੱਚ ਚੱਲਦਾ ਹੋਇਆ ਕਿਉਂਕਿ ਦਰਸ਼ਕ ਵੀਰ ਬੜਾ ਆਨੰਦ ਮਾਣਦੇ ਆ ਤੇ ਇੱਧਰ ਪੈ ਗਈ ਨਿੱਕੂ ਦੀ ਪਈ ਆ ਕਬੱਡੀ ਚੱਲ ਬਈ ਗੱਭਰੂ ਆ ਕਬੱਡੀ ਕਬੱਡੀ ਕਰਦਾ ਆਹ ਵੇਖ ਲਾ ਭਿੰਦਾ ਤੱਲਣ ਵਾਲਾ ਖੁੱਚ ਭਰੀ ਇਸ ਨੌਜਵਾਨ ਪਾਲਾ ਵੇਖਦਾ ਆ ਪਰ ਆਹ ਵੇਖ ਲਓ ਪੁਆਇੰਟ ਲੈ ਕੇ ਆ ਪਹੁੰਚਿਆ ਸ਼ੀਰੇ ਔਲਖ ਦੇ ਕੋਲ ਇਹ ਨੌਜਵਾਨ ਲੱਖਾਂ ਜਿਹਾ ਅੰਕ ਜੋੜਦਾ ਹੋਇਆ ਚੱਲ ਬਈ ਗੱਭਰੂ ਆ ਪਾ ਕਬੱਡੀ ਬੜੇ ਧੱਕੜ ਜਾਫੀ ਤੈਨੂੰ ਚਾਰੇ ਵੇਟ ਕਰਦੇ ਆ ਬਈ ਪਈ ਆ ਬਾਬਰ ਗੁੱਜਰ ਦੀ ਪਈ ਹੋਈ ਕਬੱਡੀ ਦੀ ਗੱਲ ਕਰਦੇ ਹਾਂ ਤੇ ਉਹ ਵੇਖ ਲਓ ਅਲੀ ਦੇ ਨਾਲ ਜਦੋਂ ਮੁਕਾਬਲਾ ਹੋਇਆ ਹੋਵੇ ਤੇ ਉਹ ਵੇਖ ਲਓ ਇੱਕੋ ਜਿਹੀ ਕੱਦ ਕਾਡ ਇੱਕੋ ਜਿਹੇ ਜਾਨ ਆ ਧੱਕ ਕੇ ਲੈ ਆਏ ਨੌਜਵਾਨ ਤੇ ਉੱਧਰ ਅਖਤਰ ਚੱਕ ਢੱਡਿਆਂ ਵਾਲੇ ਦਾ ਫੈਸਲਾ ਚੱਲ ਬਈ ਗੱਭਰੂ ਹਰੇਕ ਵਾਰੀ ਨਹੀਂ ਆਪਾਂ ਲੜਾਈ ਦੀ ਗੱਲ ਕਰਨੀ ਇੱਧਰ ਸ਼ਪੀਕ ਬੱਟ ਦੀ ਇੱਧਰ ਜੂਨੀਅਰ ਚੀਮਾ ਵੀ ਬੈਠਾ ਵੇਖਦਾ ਬਈ ਪਈ ਆ ਕਬੱਡੀ ਜੂਨੀਅਰ ਚੀਮਾ ਉੱਧਰ ਜਿੰਦਰ ਮਲਸੀਆਂ ਵਾਲਿਆ ਸੋਨ ਰੋੜਕੀ ਵਾਲੇ ਨਾਲ ਹੋਈ ਸੀ ਹਲਕੀ ਜਿਹੀ ਟੱਕਰ ਪਰ ਪੁਆਇੰਟ ਜੋੜਦਾ ਹੋਇਆ ਇੱਕ ਅੰਕ ਦਾ ਹੋਰ ਵਾਧਾ ਕਰਦਾ ਹੋਇਆ ਚੱਲ ਬਈ ਗੱਭਰੂਆ ਇਹ ਆ ਨੌਜਵਾਨ ਗੁਲਾਲ ਕਨੌਰ ਪਟਿਆਲੇ ਦੀ ਧਰਤੀ ਦੀ ਗੱਲ ਹੋਣੀ ਅੱਜ ਸਾਹਮਣੇ ਚੱਲ ਬਈ ਗੁਲਾਲ ਕਨੌਰ ਪਾ ਗੱਭਰੂਆ ਕਬੱਡੀ ਚਾਰੇ ਜਾਫੀ ਬਿਲਕੁਲ ਪੂਰੀ ਤਿਆਰੀ ਦੇ ਵਿੱਚ ਪ੍ਰਭੂ ਦੇ ਨਾਲ ਤੇ ਜਿੰਦਰ ਦੇ ਨਾਲ ਵੇਖਦੇ ਹਾਂ ਕਿਹਦੇ ਨਾਲ ਬਲਕਾਰਾ ਤੇ ਸਿੱਖ ਟੈਂਪਲ ਬੋਲ ਮੰਡ ਦੀ ਟੀਮ ਦੇ ਆਇਆ ਬੜਾ ਧੱਕੜ ਜਾਫੀ ਪਈ ਹੋਈ ਕਬੱਡੀ ਦੇ ਸੱਤਾ ਮਠਾਡਾ ਵੇਖਦਾ ਬਈ ਗੁਲਾਲ ਕਨੌਰ ਦੀ ਪਈ ਹੋਈ ਕਬੱਡੀ ਦੀ ਗੱਲ ਕਰਦੇ ਹਾਂ ਬਲਕਾਰਾ ਪ੍ਰਭੂ ਤੇ ਵੇਖਦੇ ਹਾਂ ਜਿੰਦਰ ਦੇ ਨਾਲ ਜਾਂ ਅਲੀ ਦੇ ਨਾਲ ਹੁੰਦਾ ਮੁਕਾਬਲਾ ਆਹ ਬਲਕਾਰਾ ਗੁੱਟ ਫੜ ਕੇ ਪੂਰੀ ਕੋਸ਼ਿਸ਼ ਕੀਤੀ ਸੀ ਕੈਂਚੀ ਲਾ ਕੇ ਪਰ ਇੱਧਰ ਬਹੁਤ ਹੀ ਵਧੀਆ ਗੁਲਾਲ ਪੁਆਇੰਟ ਜੋੜਦਾ ਹੋਇਆ ਚੱਲ ਬਈ ਇੱਧਰ ਨਿੱਕੂ ਇੱਧਰ ਨਿੱਕੂ ਇੱਧਰ ਸ਼ੇਰਾ ਆਹ ਸ਼ੇਰਾ ਇੱਧਰ ਦੀ ਆਹ ਸ਼ੇਰਾ ਗੱਲ ਕੀ ਹੋਈ ਆ ਉਹ ਤਾਂ ਗਲਤੀ ਨਾ ਹੋ ਗਈ ਪੁਆਇੰਟ ਹਾਂਜੀ ਫੈਸਲਾ ਕੀ ਆ ਪੁਆਇੰਟ ਪੁਆਇੰਟ ਚੱਲ ਬਈ ਉਹ ਬੇ ਚੱਲ ਬਈ ਗੱਭਰੂ ਗੁਲਾਲ ਗੱਭਰੂ ਆ ਪਾ ਕਬੱਡੀ ਗੁਲਾਲ ਘਨੌਰ ਦੀ ਪੈ ਗਈ ਆ ਕਬੱਡੀ ਗੁਲਾਲ ਆਹ ਵੇਖ ਲਓ ਸਾਹਮਣੇ ਆਹ ਵੇਖ ਲਓ ਭੰਗੜਾ ਅਤੇ ਕਬੱਡੀ ਹੈ ਜਿੰਦ ਜਾਨ ਪੰਜਾਬੀਆਂ ਦੀ ਉੱਚੇ ਲੰਮੇ ਗੱਭਰੂ ਹੈ ਸ਼ਾਨ ਪੰਜਾਬੀਆਂ ਦੀ ਆ ਸ਼ਾਨ ਪੰਜਾਬੀਆਂ ਦੀ ਪਈ ਆ ਕਬੱਡੀ ਸਾਹਮਣੇ ਗੁਲਾਲ ਘਨੌਰ ਦੀ ਕਬੱਡੀ ਦੀ ਗੱਲ ਕਰਦੇ ਹਾਂ ਉੱਧਰ ਬਲਕਾਰਾ ਬੂਰੀ ਜਿੰਦਰ ਦੇ ਨਾਲ ਮੁਕਾਬਲਾ ਹੋ ਗਿਆ ਕੋਠੇ ਜਿੱਡਾ ਗੱਭਰੂ ਗੁਲਾਲ ਘਨੌਰ ਵੀ ਘੱਟ ਨਹੀਂ ਆ ਵੇਖ ਲਓ ਬਿਲਕੁਲ ਪੱਚੀਆਂ ਦੇ ਨੇੜੇ ਹੰਦੇ ਦੂਰ ਦਿਸਦੇ ਆ ਦਰਸ਼ਕ ਵੀਰ ਅੱਡੀਆਂ ਚੁੱਕ ਚੁੱਕ ਵੇਂਦੇ ਵੇਖਦੇ ਆ ਗੁਲਾਲ ਘਨੌਰ ਸਾਹਿਬ ਟਾਈਮ ਹੋ ਗਿਆ ਵੀਰਿਆ ਬਹੁਤ ਹੀ ਵਧੀਆ ਅੰਕ ਜੋੜਦਾ ਹੋਇਆ ਆ ਮਾਰਦਾ ਥਾਪੀਆਂ ਗੱਭਰੂ ਤੇ ਪੁਆਇੰਟ ਸਿੱਖ ਟੈਂਪਲ ਵੱਲੋਂ ਦੀ ਟੀਮ ਦੇ ਹਿੱਸੇ ਜੋੜਦਾ ਹੋਇਆ ਚੱਲ ਬਈ ਇੱਧਰ ਨਿੱਕੂ ਦੀ ਫੇਰ ਪਈ ਆ ਕਬੱਡੀ ਆ ਸਾਹਮਣੇ ਫਲਾ ਕੇ ਬਾਹਾਂ ਆ ਵੇਖ ਲਓ ਕਬੱਡੀ ਕਬੱਡੀ ਕਰਦਾ ਕੁੰਡਾ ਖੜਕਾ ਦਿੱਤਾ ਤੇ ਮੁਕਾਬਲਾ ਹੋ ਗਿਆ ਤੇ ਆ ਵੇਖਦੇ ਆ ਪੁਆਇੰਟ ਕਿੱਧਰ ਦੀ ਗੱਲ ਹੁੰਦੀ ਆ ਪੁਆਇੰਟ ਗੱਲ ਕਿੱਧਰ ਦੀ ਹੁੰਦੀ ਆ ਪੁਆਇੰਟ ਧਾਵੀ ਦੇ ਹਿੱਸੇ ਜੋੜਦਾ ਹੋਇਆ ਧਾਵੀ ਦੇ ਹਿੱਸੇ ਇੱਕ ਅੰਕ ਦਾ ਹੋਰ ਵਾਧਾ ਕਰਦਾ ਹੋਇਆ ਬਾਬਰ ਗੁੱਜਰ ਆਈ ਜਵਾਨੀ ਪੈਰ ਥਿੜਕਦੇ ਮੇਰਾ ਉੱਡਣੇ ਨੂੰ ਜੀ ਕਰਦਾ ਕੱਢਣਾ ਪਸੀਨੇ ਵਿੱਚ ਦੀ ਜਿਹੜਾ ਖਾਧਾ ਘਿਓ ਘਰ ਦਾ ਸਾਹਮਣੇ ਸੋਖਾ ਜੱਜਿਆਂ ਵਾਲਿਆ
ਵੇਖਦਾ ਆ ਨਾ ਉਹ ਵੇਖ ਲਾ ਨਿੰਦੀ ਔਜਲੇ ਦੀਆਂ ਗੱਲਾਂ ਹੋਣੀਆਂ ਆ ਨਛੱਤਰ ਢਾਡੀ ਦੀਆਂ ਗੱਲਾਂ ਹੋਣੀਆਂ ਆ ਤੇ ਪੁਆਇੰਟ ਧਾਵੀ ਦੇ ਹੱਕ ਦੇ ਵਿੱਚ ਬਹੁਤ ਹੀ ਵਧੀਆ ਫੈਸਲਾ ਦਿੰਦਾ ਹੋਇਆ ਚੱਲ ਵੇ ਇਧਰ ਸ਼ਫੀਕ ਬੱਟ ਦੀ ਪਈ ਆ ਕਬੱਡੀ ਖੱਬੇ ਖੱਬੇ ਪੱਟ ਤੇ ਜਦੋਂ ਮਾਰਦਾ ਥਾਪੀ ਪੂਰਾ ਨਜ਼ਾਰਾ ਲਿਆਂਦਾ ਸੋਹਣ ਰੁੜਕੀ ਵਾਲਾ ਪੂਰੀ ਤਿਆਰੀ ਦੇ ਵਿੱਚ ਆਹ ਵੇਖ ਲਓ ਪੁਆਇੰਟ ਹਲਕਾ ਜਿਹਾ ਟੱਚ ਕਰਕੇ ਪੁਆਇੰਟ ਲੈ ਕੇ ਸ਼ਫੀਕ ਬੱਟ ਆ ਪਹੁੰਚਾ ਹੰਧਿਆਂ ਦੇ ਨੇੜੇ ਇੱਧਰ ਸਿੰਘ ਸਰਦਾਰ ਦੀ ਪਈ ਆ ਕਬੱਡੀ ਆ ਵੇਖਦੇ ਹਾਂ ਸਿੰਘ ਸਰਦਾਰਾਂ ਦੀਆਂ ਗੱਲਾਂ ਹੋਣੀਆਂ ਆ ਆਹ ਵੇਖ ਲਓ ਪੁਆਇੰਟ ਇੱਕ ਅੰਕ ਦਾ ਹੋਰ ਵਾਧਾ ਹੋ ਗਿਆ ਲੈਂਦੀ ਪੱਗ ਤਾਂ ਸੀਨੇ ਵਿੱਚ ਛੇਕ ਪੈਂਦੇ ਥੱਲੇ ਜਾਣ ਨਾ ਜੋਸ਼ ਜਵਾਨੀਆਂ ਦੇ ਡੋਲੇ ਫਰਕਦੇ ਦਿਲਾਂ ਨੂੰ ਰੋਹ ਪੈਂਦਾ ਖੂਨ ਖੋਲਦੇ ਮਰਦ ਜਨਾਨੀਆਂ ਦੇ ਕੱਫਣ ਬੰਨ ਕੇ ਸਿਰਾਂ ਤੇ ਉੱਠ ਤੁਰਦੇ ਕੁਰੇ ਮੇਟਣ ਲਈ ਹੁਕਮ ਦੇ ਵਾਨੀਆਂ ਦੇ ਨੱਕ ਰਗੜ ਕੇ ਢੇਸੀ ਸੁਆਹ ਜੀਣਾ ਤੇ ਕੌਮਾਂ ਜੀਉਂਦੀਆਂ ਨਾਲ ਕੁਰਬਾਨੀਆਂ ਦੇ ਆਹ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਆਹ ਸੋਹਣ ਰੁੜਕੀ ਵਾਲਿਆ ਨਹੀਂ ਮਕਤੂਬ ਅਲੀ ਪੁੱਠੀ ਸਿੱਧੀ ਰੰਗ ਇੱਕੋ ਜਿਹਾ ਆ ਭੁਲੇਖਾ ਪੈ ਗਿਆ ਪੂਰੀ ਕੋਸ਼ਿਸ਼ ਕੀਤੀ ਸੀ ਆਹ ਵੇਖ ਲਓ ਨੌਜਵਾਨ ਬੜੀ ਫੁਰਤੀ ਦੇ ਨਾਲ ਬੜੀ ਜਾਨ ਦੇ ਨਾਲ ਬੜੇ ਜੋਸ਼ ਦੇ ਨਾਲ ਆ ਬਲਕਾਰਾ ਹੋ ਗਿਆ ਗੁੱਟ ਫੜ ਕੇ ਪੂਰੀ ਕੋਸ਼ਿਸ਼ ਕਰਦਾ ਬਗਲਾ ਭਰ ਲਈਆਂ ਆਹ ਵੇਖ ਲਓ ਭੱਜਿਆ ਜਾਂਦਾ ਨੌਜਵਾਨ ਹੱਥਾਂ 'ਚੋਂ ਤਿਲਕ ਜਾਂਦਾ ਇਹ ਗੱਭਰੂ ਪੁਆਇੰਟ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੱਤੇ ਮਠੱਡੇ ਕਲਵਿੰਦਰ ਦੇ ਹਿੱਸੇ ਜੁੜ ਗਿਆ ਅਤੇ ਪਾਲਾ ਬੜੇ ਪਿੰਡੀਆ ਜੂਨੀਅਰ ਚੀਮਾ ਵੀ ਹੱਲਾ ਸ਼ੇਰੀ ਦਿੰਦਾ ਉੱਧਰ ਨੇਕਾ ਮੈਰੀਪੁਰੀਆ ਉਹ ਕੁਲਵੰਤ ਸੰਘਾ ਵੇਖਦਾ ਭਲਵਾਨ ਆ ਸਾਹਮਣੇ ਗੱਲ ਕੀ ਹੋਈ ਆ ਆਹ ਜੋਲ ਦੇ ਨਾਲ ਮੁਕਾਬਲਾ ਹੋਇਆ ਇਹ ਵੀ ਗੱਭਰੂ ਘੱਟ ਨਹੀਂ ਪਰ ਆਹ ਪਤਾ ਲੱਗਦਾ ਜਿਨ੍ਹਾਂ ਨੇ ਖਾਧੀਆਂ ਖੁਰਾਕਾਂ ਦੇ ਮੁੱਲ ਮੋੜੇ ਆ ਅਤੇ ਪੁਆਇੰਟ ਲੈ ਕੇ ਆਪਣੇ ਘਰ ਆ ਪਹੁੰਚਿਆ ਇਹ ਨੌਜਵਾਨ ਸ਼ਫੀਕ ਬੱਟ ਚੱਲ ਬਈ ਗੱਭਰੂ ਆ ਬਾਬਰ ਗੁੱਜਰ ਦੀ ਪਈ ਆ ਕਬੱਡੀ ਸਾਹਮਣੇ ਬਾਬਰ ਗੁੱਜਰ ਬਹੁਤ ਹੀ ਸੋਹਣਾ ਨੌਜਵਾਨ ਕਹਿੰਦੇ ਪਤਾ ਲੱਗਦਾ ਆ ਬਈ ਚੰਡਿਆ ਪਿਆ ਜਦੋਂ ਸਰੀਰ ਹੋਵੇ ਤੇ ਉੱਧਰ ਮੁਕਾਬਲਾ ਹੋਵੇ ਅਲੀ ਦੇ ਨਾਲ ਤੇ ਫਿਰ ਗੱਲ ਕਿੱਧਰ ਨੂੰ ਜਾਂਦੀ ਆ ਪਰ ਆਹ ਵੇਖ ਲਓ ਪੁਆਇੰਟ ਜੋੜਦਾ ਆ ਗਿਆ ਆਪਣੀ ਟੀਮ ਦੇ ਕੋਲ ਆਪਣੇ ਸਾਥੀ ਖਿਡਾਰੀਆਂ ਦੇ ਕੋਲ ਇਹ ਨੌਜਵਾਨ ਆ ਪਹੁੰਚਿਆ ਚੱਲ ਬਈ ਬਹੁਤ ਹੀ ਵਧੀਆ ਫਿਰ ਨਿੱਕੂ ਦੀ ਪਈ ਆ ਕਬੱਡੀ ਬਹੁਤ ਵਧੀਆ ਨਿੱਕੂ ਕਬੱਡੀ ਕਬੱਡੀ ਕਰਦਾ ਮੇਲਾ ਭਰਦਾ ਜਾਂਦਾ ਆ ਪ੍ਰਬੰਧ ਬਹੁਤ ਹੀ ਵਧੀਆ ਆ ਸੋਹਣ ਰੁੜਕੀ ਵਾਲਿਆ ਦੁਨੀਆ ਵੇਖਦੀ ਆ ਵੀ ਸਾਹਮਣੇ ਕੌਣ ਪੁਆਇੰਟ ਲੈ ਕੇ ਜਾਊਗਾ ਪਰ ਪਤਾ ਲੱਗਣਾ ਆ ਵੀ ਪੁਆਇੰਟ ਬਿੰਦਰ ਮਹਾਲ ਦੇ ਕੋਲ ਇੱਕ ਅੰਕ ਦਾ ਹੋਰ ਵਾਧਾ ਹੋ ਗਿਆ ਆਹ ਵੇਖ ਲਓ ਬਹੁਤ ਹੀ ਵਧੀਆ ਇਹ ਨੌਜਵਾਨ ਬੜੇ ਲੰਬੇ ਸਮੇਂ ਤੋਂ ਇੰਗਲੈਂਡ ਕਨੇਡਾ ਅਮੈਰੀਕਾ ਪੂਰੀ ਦੁਨੀਆ ਦੇ ਵਿੱਚ ਇਸਨੇ ਆਪਣਾ ਤਹਿਲਕਾ ਮਚਾਇਆ ਇਸ ਗੱਭਰੂ ਨੇ ਅਤੇ ਸਾਹਮਣੇ ਵੇਖਦੇ ਹਾਂ ਕਬੱਡੀ ਦੀਆਂ ਫੈਲਾ ਕੇ ਬਾਹਾਂ ਅਤੇ ਉਹ ਵੇਖਦੇ ਹਾਂ ਡਬਲ ਡਬਲ ਟੱਚ ਦਾ ਫੈਸਲਾ ਇਹ ਅਖਤਰ ਚੱਕ ਢੱਡਿਆਂ ਵਾਲਾ ਆ ਬੜੀ ਤਕੜੀ ਕਬੱਡੀ ਖੇਡੀ ਆ ਇਹਨੇ ਇੱਦਾਂ ਪੁਆਇੰਟ ਨਹੀਂ ਦੇਣਾ ਮੇਰੇ ਵੀਰਿਆ ਉੱਧਰ ਫਿਰ ਪਈ ਆ ਕਬੱਡੀ ਚੱਲ ਸਾਹਮਣੇ ਵੇਖਦੇ ਹਾਂ ਪਿੰਦਿਆਂ ਮਠੱਡਿਆਂ ਵਾਲਾ ਵੇਖਦਾ ਆ ਵੀ ਟੀਮ ਕਿੱਧਰ ਨੂੰ ਕਿੱਧਰੇ ਪੁਆਇੰਟ ਜਾਂਦੇ ਆ ਇਹਦਾ ਸਮਾਂ ਦੱਸੂਗਾ ਉਹ ਵੇਖ ਲਓ ਨਹੀਂ ਰੀਸਾਂ ਤੇਰੀਆਂ ਪਿੰਦੇ ਤੱਲਣ ਨੇ ਪੁੱਠੀ ਕੈਂਚੀ ਮਾਰੀ ਆ ਅਤੇ ਲੱਗਦਾ ਵੀ ਜੇਲੇ ਹੁਸ਼ਿਆਰਪੁਰੀਏ ਨੇ ਫੈਸਲਾ ਦੇ ਦਿੱਤਾ ਅਤੇ ਥੋੜ੍ਹੀ ਜਿਹੀ ਮੇਰੇ ਖਿਆਲ ਸੱਟ ਲੱਗੀ ਆ ਅਤੇ ਇਹ ਪੁਆਇੰਟ ਇੱਧਰ ਸਾਬੀ ਲਿੱਤਰਾਂ ਵਾਲਾ ਅਮਨ ਲਿੱਤਰਾਂ ਵਾਲਾ ਬੜੇ ਜਿਨ੍ਹਾਂ ਨੇ ਮੇਰੇ ਗੀਤਾਂ ਦਾ ਮਿਊਜ਼ਿਕ ਵੀ ਦਿੱਤਾ ਅਮਨ ਲਿੱਤਰਾਂ ਵਾਲਾ ਬਹੁਤ ਹੀ ਵਧੀਆ ਮਿਊਜ਼ਿਕ ਡਾਇਰੈਕਟਰ ਅਤੇ ਸਾਬੀ ਲਿੱਤਰਾਂ ਤੋਂ ਵੀ ਪਹੁੰਚਿਆ ਆ ਇਹ ਜੋ ਮੈਚ ਚੱਲਦਾ ਸੀ 34.50 ਸਿੱਖ ਟੈਂਪਲ ਬੋਲਹਡਨ ਦੇ ਅਤੇ 38.5 ਗ੍ਰੇਵਜੈਂਟ ਦੇ 4 ਅੰਕਾਂ ਦੇ ਨਾਲ ਗ੍ਰੇਵਜੈਂਟ ਦੀ ਟੀਮ ਜੇਤੂ ਰਹੀ ਆ ਬੜਾ ਤਕੜਾ ਇਹ ਮੁਕਾਬਲਾ ਹੋਇਆ ਅਤੇ ਬਹੁਤ ਹੀ ਵਧੀਆ ਇਹ ਮੁਕਾਬਲਾ ਚੱਲਦਾ ਹੋਇਆ ਅਤੇ 4 ਅੰਕਾਂ ਦੇ ਫਰਕ ਦੇ ਨਾਲ ਗ੍ਰੇਵਜੈਂਟ ਦੀ ਟੀਮ ਇਹ ਮੈਚ ਜਿੱਤ ਗਈ ਆ ਅਤੇ ਬਹੁਤ ਬਹੁਤ ਸਾਰੇ ਵੀਰਾਂ ਦਾ ਧੰਨਵਾਦ।